ਪਰ ਐਸਟ੍ਰੋਲੋਜੀ ਬੇਸਿਕਲੀ ਕੀ ਹੈ? ਐਸਟ੍ਰੋਲੋਜੀ ਇਹ ਹੈ ਕਿ ਜਿੱਥੋਂ ਆਪਾਂ ਹਰ ਚੀਜ਼ ਦਾ ਪਤਾ ਲਗਾ ਸਕਦੇ ਹਾਂ ਕਿ ਸਾਨੂੰ ਅਗਲੇ ਸੈਕਿੰਡ ਦਾ ਨਹੀਂ ਪਤਾ ਹੁੰਦਾ ਕਿ ਅਗਲੇ ਸੈਕਿੰਡ ਕੀ ਹੋ ਜਾਣਾ। ਸੋ ਇਹਨਾਂ ਚੀਜ਼ਾਂ 'ਚ ਬਿਲੀਵ ਕਿਵੇਂ ਕਰੀਏ? ਇਹ ਨੌਲੇਜ ਹੈ, ਵਹਿਮ ਨਹੀਂ ਹੈ, ਜੋਤਿਸ਼ ਇੱਕ ਨੌਲੇਜ ਹੈ, ਸਟੱਡੀ ਹੈ, ਕੋਈ ਵੀ ਸਟੱਡੀ ਕਰ ਸਕਦਾ, ਲੇਕਿਨ ਸਟੱਡੀ ਕਰਨ ਅਲੱਗ ਹੈ, ਹੀਲ ਕਰਨ ਅਲੱਗ ਹੈ। ਅਸੀਂ ਤਾਂ ਕਈਆਂ ਲੋਕਾਂ ਨੂੰ ਇੱਦਾਂ ਵੀ ਕਹਿ ਰਹੇ ਕਿ ਜੀ ਤੁਹਾਡੇ 'ਤੇ ਕੁਛ ਨਹੀਂ ਹੈਗਾ। ਅੱਛਾ, ਉਹ ਫਿਰ ਕੀ ਕਰਦੇ ਕਿ ਉਪਾਅ ਕਰਨ ਦੀ ਬਜਾਏ ਫਿਰ ਕਿੱਥੇ ਹੋਰ ਚੱਲ ਜਾਂਦੇ ਜਿਹੜਾ ਉਹਨਾਂ ਨੂੰ ਕਹਿ ਦੇਵੇ ਕਿ ਤੁਹਾਡੇ 'ਤੇ ਹੋਇਆ ਹੋਇਆ। ਅੱਛਾ, ਵਸ਼ੀਕਰਨ ਕਰਨਾ ਕਿੰਨੀ ਕੁ ਸੱਚਾਈ ਹੈ ਇਸ ਸ਼ਬਦ ਦੇ ਵਿੱਚ, ਵਸ਼ੀਕਰਨ ਦੇ? ਉਹ ਕਹਿੰਦੇ ਮੰਨੋ ਤਾਂ ਰੱਬ ਵੀ, ਨਾ ਮੰਨੋ ਤਾਂ ਕੁਛ ਨਹੀਂ। ਲਾਲ ਕਿਤਾਬ ਬਾਰੇ ਜਾਣਨਾ ਚਾਹਾਂਗੀ ਮੈਂ। ਲਾਲ ਕਿਤਾਬ, ਮੈਂ ਹਰ ਜਗ੍ਹਾ ਹੀ ਕਹਿੰਦਾ, ਗਹਿਰਾ ਸਮੁੰਦਰ ਹੈ। ਲਾਲ ਕਿਤਾਬ ਤੋਂ ਸਭ ਕੁਛ ਪ੍ਰਿਡਿਕਟ ਕੀਤਾ ਜਾ ਸਕਦਾ ਹੈ। ਲਾਲ ਕਿਤਾਬ ਇੱਕ ਸੈਂਟੀਫਿਕ ਕਿਤਾਬ ਹੈ। ਦੋ ਕਿਤਾਬਾਂ, ਕਾਲੀ ਕਿਤਾਬ, ਲਾਲ ਕਿਤਾਬ। ਇੱਕ ਹੀ ਟਾਈਮ ਦੇ ਵਿੱਚ ਇੱਕ ਹੀ ਡੇਟ ਨੂੰ ਕਿੰਨੇ ਬੱਚਿਆਂ ਨੂੰ ਜਨਮ ਹੁੰਦਾ? ਸਭ ਦੀ ਕਿਸਮਤ ਸੇਮ ਨਹੀਂ ਹੋ ਸਕਦੀ। ਇੱਕ ਨਾ ਰਾਹੂ ਕਹਿੰਦੇ ਬਹੁਤ ਜ਼ਿੱਦੀ ਹੁੰਦਾ, ਜਿੱਦੀ ਹੁੰਦਾ ਹੈ। ਰਾਹੂ ਦੇ ਵਿੱਚ ਬੰਦਾ ਜਾਂ ਤਾਂ ਤਰ ਜਾਂਦਾ ਹੈ ਜਾਂ ਬਿਲਕੁਲ ਬੈਠ ਜਾਂਦਾ। ਵੀ ਅਸੀਂ ਤੁਹਾਨੂੰ ਪ੍ਰੈਡਿਕਸ਼ਨ ਦੱਸ ਦਾਂਗੇ, ਅਸੀਂ ਬੇਬੀ ਪ੍ਰੈਡਿਕਟ ਕਰ ਦਿੱਤਾ ਜੀ, ਵੀ ਅਸੀਂ ਤੁਹਾਡੀ ਮੈਰਿਜ ਲਾਈਫ ਪ੍ਰੈਡਿਕਟ ਕਰ ਦਿੱਤੀ, ਤੁਸੀਂ ਮੰਗਲਿਕ ਹੋ ਜਾਂ ਨਹੀਂ ਮੰਗਲਿਕ, ਉਹ ਪ੍ਰੈਡਿਕਟ ਕਰ ਦਿੱਤਾ। ਤੁਸੀਂ ਇਸ ਐਪ ਨੂੰ ਕਿਵੇਂ ਦੇਖਦੇ ਹੋ? ਸਾਨੂੰ ਇੱਥੇ ਪੀੜ੍ਹੀਆਂ ਲੱਗ ਗਈਆਂ ਅੱਜ ਕੰਮ ਕਰਦੇ ਹੋਏ, ਤੁਸੀਂ ਕਹੋਗੇ ਕਿ ਅਸੀਂ 2 ਮਹੀਨੇ ਡਿਗਰੀ ਕਰਕੇ ਤੁਹਾਨੂੰ ਅਸੀਂ ਸਭ ਕੁਝ ਦੱਸ ਦਾਂਗੇ। ਨੋ ਡਾਊਟ, ਜੇ ਆਪਾਂ ਡਿਗਰੀ ਕਰਕੇ ਥੋੜ੍ਹੀ ਬਹੁਤ ਪ੍ਰੈਡਿਕਸ਼ਨ ਸਿੱਖ ਕੇ 2-4 ਬੰਦਿਆਂ ਨੇ ਪ੍ਰੈਡਿਕਸ਼ਨ ਕਰ ਵੀ ਦਿੱਤੀ ਤਾਂ ਚਲੋ ਠੀਕ ਹੈ, ਕਰ ਦਿੱਤੀ। ਕੋਈ ਪੈਸੇ ਪੱਖੋਂ ਪਰੇਸ਼ਾਨ ਆ, ਉਹਨੂੰ ਕੀ ਕਰਨਾ ਚਾਹੀਦਾ? ਦੇਖੋ, ਜਰਨਲ ਉਪਾਏ ਹੁੰਦਾ ਸਭ ਲਈ ਜਰਨਲ। ਹੁਣ ਮੈਂ ਇੱਥੇ ਦੁਬਾਰਾ ਆਊਂਗਾ ਕਿ ਐਪਸ ਕਿਉਂ ਚੱਲ ਪਈਆਂ ਜ਼ਿਆਦਾ, ਉਹਦਾ ਕਾਰਨ ਕੀ ਹੈ? ਹੁਣ ਤੁਸੀਂ ਬਿਲੀਵ ਨਹੀਂ ਕਰਦੇ, ਫੋਰ ਐਗਜ਼ਾਮਪਲ ਤੁਸੀਂ ਕਹਿਣਾ ਯਾਰ ਮੈਂ ਕਿਸ ਤੋਂ ਜਾਊਂਗੀ, ਉਹ ਮੈਨੂੰ ਜੱਜ ਕਰੇਗਾ। ਤੇ ਮੈਂ ਉਹ ਪਾਈ ਹੋਈ ਸੀ ਤੇ ਜਿਸ ਵਿਆਹ ਤੇ ਅਸੀਂ ਗਏ ਸੀ ਨਾ, ਤੁਸੀਂ ਮੰਨੂ ਕਿ ਨਾ ਉਹ ਕਿਸੇ ਚੀਜ਼ 'ਚ ਫਸਿਆ, ਨਾ ਉਹਨੂੰ ਮੈਂ ਛੇੜਿਆ, ਉਹ ਟੁੱਟ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ BMS ਤੇ ਮੈਂ ਹਾਂ ਅਮਨਦੀਪ। ਅੱਜ ਦਾ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਔਰ ਅੱਜ ਦਾ ਪੋਡਕਾਸਟ ਜਿੰਨੇ ਵੀ ਅਸੀਂ ਅੱਜ ਤੱਕ ਪੋਡਕਾਸਟ ਕੀਤੇ ਨੇ ਉਹ ਤੋਂ ਅਲੱਗ ਹੈ, ਕਿਉਂਕਿ ਕਈ ਵਾਰੀ ਅਸੀਂ ਦੇਖਦੇ ਹਾਂ ਕਹਿੰਦੇ ਕਿ ਕਿਸਮਤ ਦੇ ਵਿੱਚ ਜੋ ਹੁੰਦਾ ਹੈ ਉਹ ਮਿਲਦਾ ਜਾਂਦਾ ਹੈ, ਕਈ ਵਾਰੀ ਕਿਸਮਤ ਆਪ ਬਣਾਉਣੀ ਪੈਂਦੀ ਹੈ, ਕਈ ਵਾਰ ਅਸੀਂ ਕੁਝ ਉਪਾਅ ਕਰਦੇ ਹਾਂ ਤਾਂ ਕਿ ਕੁਝ ਸੁਧਾਰ ਕੀਤੇ ਜਾ ਸਕਣ। ਸੋ ਇਹਨਾਂ ਗੱਲਾਂ ਤੋਂ ਤੁਸੀਂ ਸਮਝ ਗਏ ਹੋਵੋਗੇ। ਅੱਜ ਮੇਰੇ ਨਾਲ ਐਸਟ੍ਰੋਲੋਜਰ ਬੈਠੇ ਨੇ ਤਰੁਣ ਸਮਰਾਟ ਜੀ, ਬਹੁਤ ਬਹੁਤ ਸਵਾਗਤ ਹੈ BMS ਤੇ। ਥੈਂਕ ਯੂ ਜੀ। ਅੱਛਾ ਤਰੁਣ ਜੀ, ਜੇ ਮੈਂ ਗੱਲ ਕਰਾਂ ਤਰੁਣ ਸ਼ਾਸਤਰੀ ਤੋਂ ਤਰੁਣ ਸਮਰਾਟ ਜੀ, ਨਾਮ ਤੁਸੀਂ ਚੇਂਜ ਕਰ ਲਿਆ? ਹਾਂਜੀ ਜੀ, ਨਾਮ ਚੇਂਜ ਕਰ ਲਿਆ। ਇਹ ਮਤਲਬ ਬਹੁਤ ਵਾਰੀ ਅਸੀਂ ਦੇਖਦੇ ਹਾਂ ਕਿ ਸੈਲੀਬ੍ਰਿਟੀਜ਼ ਵੀ ਚੇਂਜ ਕਰਦੇ ਨੇ, ਆਮ ਲੋਕਾਂ ਨੂੰ ਵੀ ਕਿਹਾ ਜਾਂਦਾ ਚੇਂਜ ਕਰਨ ਲਈ, ਬਟ ਤੁਹਾਡੇ ਕੀ ਕਾਰਨ ਸੀ? ਮੇਰਾ ਕਾਰਨ ਇੱਦਾਂ ਸੀਗਾ ਕਿ ਮੈਂ ਚਾਹੁੰਦਾ ਸੀਗਾ ਕਿ ਮੇਰੇ ਨਾਮ ਦੇ ਪਿੱਛੇ ਮੇਰੇ ਫਾਦਰ ਦਾ ਨਾਮ ਹੋਵੇ ਜੋ ਕਿ ਮੇਰੇ ਗੁਰੂ ਵੀ ਨੇ, ਇਸ ਕਰਕੇ ਮੈਂ ਸ਼ਾਸਤਰੀ ਹਟਾ ਕੇ ਤੇ ਸਮਰਾਟ ਲਗਾਇਆ ਕਿ ਜਿੱਥੇ ਮੈਂ ਜਾਵਾਂ ਮੇਰੇ ਫਾਦਰ, ਮੇਰਾ ਨਾਮ ਦੇ ਨਾਲ ਮੇਰੇ ਫਾਦਰ ਦਾ ਨਾਮ ਜ਼ਰੂਰ ਹੋਣਾ ਚਾਹੀਦਾ। ਅੱਛਾ, ਵਧੀਆ ਗੱਲ ਹੈ। ਸੋ ਜਦੋਂ ਵੀ ਐਸਟ੍ਰੋਲੋਜੀ ਦਾ ਜ਼ਿਕਰ ਆਉਂਦਾ, ਕਈ ਲੋਕ ਬਿਲੀਵ ਕਰਦੇ ਨੇ, ਕਈ ਲੋਕ ਨਹੀਂ ਕਰਦੇ, ਕਈਆਂ ਨੂੰ ਹੁੰਦਾ ਕਿ ਇਹ ਚੀਜ਼ਾਂ ਨਹੀਂ ਹੈਗੀਆਂ, ਕਈ ਬਿਲੀਵ ਕਰਦੇ ਨੇ ਕਿ ਗ੍ਰਹਿ ਵਗੈਰਾ ਹੁੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਚੀਜ਼ਾਂ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਮੈਂ ਐਸਟ੍ਰੋ ਟਾਕ ਬਾਰੇ ਜਾਣਨਾ ਚਾਹਾਂਗੀ ਕਿ ਬੇਸਿਕਲੀ ਹੈ ਕੀ ਇਹ। ਬੇਸਿਕਲੀ ਇੱਕ ਨੋਰਮਲ ਜੀ ਐਪ ਹੈ ਜਿਹਨੇ ਬਹੁਤ ਜ਼ਿਆਦਾ ਹਾਈਪ ਕ੍ਰੀਏਟ ਕਰ ਲਈ, ਜਿਹਨੇ ਮਤਲਬ ਕਹਿ ਲਓ ਨਵੇਂ ਸਟੂਡੈਂਟਸ, ਉਹਨਾਂ ਨੇ ਥੋੜ੍ਹੇ ਜਿਨ੍ਹਾਂ ਨੇ 2-2 ਮਹੀਨੇ ਦੇ ਕੋਰਸ ਕੀਤੇ ਆ, ਕੁਛ ਕੀਤੇ ਆ, ਤਾਂ ਉਹਨਾਂ ਨੂੰ ਬੁੱਕਸ ਦੇ ਕੇ ਬਿਠਾ ਦਿੱਤਾ ਗਿਆ ਕਿ ਕੋਈ ਵੀ ਬੰਦਾ ਆਵੇ ਤੇ ਆਪਣਾ ਉੱਚੇ ਆਪਣੀ ਡੇਟ ਆਫ ਬਰਥ ਦੇਵੇ ਤੇ ਉਹਨੂੰ ਪੜ੍ਹ ਪੜ੍ਹ ਕੇ ਉਹ ਦੱਸ ਦਿੰਦੇ ਆ, ਕੋਈ ਫਰੰਟ ਫੇਸ ਨਹੀਂ ਆਉਂਦਾ। ਤੇ ਬਹੁਤ ਲੋਕੀ, ਮੇਰੇ ਤੋਂ ਪਰਸਨਲੀ ਬਹੁਤ ਲੋਕੀ ਐਸੇ ਆਉਂਦੇ ਜਿਹੜੇ ਧੋਖਾ ਖਾ ਚੁੱਕੇ ਆ। ਮਤਲਬ ਇਹਦੇ ਇਸ ਵਿੱਚ ਵੀ ਗੱਲ ਕਰਾਂ, ਕਹਿ ਲਓ ਵੀ ਹੈ ਜਿਨ੍ਹਾਂ ਨੂੰ ਨੌਲੇਜ ਜ਼ਿਆਦਾ ਹੈ ਔਰ ਜਿਨ੍ਹਾਂ ਨੂੰ ਨੌਲੇਜ ਘੱਟ ਹੈ, ਉਹ ਸਾਰੇ ਮਤਲਬ ਇੱਕ ਹੀ ਪਲੇਟਫਾਰਮ ਤੇ ਬੈਠੇ, ਮਿਕਸ ਹੀ ਬੈਠੇ। ਜਿਹਨਾਂ ਹਾਇਰ ਬੈਠੇ ਆ, ਜਿਹੜੇ ਮਤਲਬ ਬਹੁਤ ਅੱਛੇ ਰੈਂਕ ਤੇ, ਉਹਨਾਂ ਤੱਕ ਤਾਂ ਗੱਲ ਪਹੁੰਚ ਹੀ ਨਹੀਂ ਪਾਣੀ, ਤੁਸੀਂ ਗੱਲ ਕਰ ਹੀ ਨਹੀਂ ਪਾਣੀ ਉਹਨਾਂ ਤੱਕ, ਕਿਉਂਕਿ ਉਹ ਇਸ ਚੀਜ਼ 'ਤੇ ਆਉਂਦੇ ਨਹੀਂ।
ਜਿਨ੍ਹਾਂ ਨੂੰ ਨੌਲੇਜ ਹੈ ਉਸ ਚੀਜ਼ ਦਾ ਕਿਉਂ ਸਾਰਾ ਲੈਣਗੇ, ਉਹ ਤਾਂ ਆਪਣਾ ਖੁਦ ਸਾਹਮਣੇ ਆਣਗੇ, ਫਰੰਟ ਫੇਸ ਹੋ ਕੇ ਗੱਲ ਕਰਨਗੇ। ਸੋ ਐਸਟ੍ਰੋਟਾਕ ਤੁਸੀਂ ਐਪ ਦੀ ਗੱਲ ਕਰ ਰਹੇ ਹੋ, ਮੈਂ ਐਸਟ੍ਰੋਲੋਜੀ ਪੁੱਛਣਾ ਚਾਹੁੰਦੀ ਹਾਂ। ਐਸਟ੍ਰੋਟਾਕ 'ਤੇ ਵੀ ਆਪਾਂ ਆਵਾਂਗੇ, ਇਹ ਐਪ ਹੈ ਬਾਕੀ, ਔਰ ਬਹੁਤ ਸਾਰੇ ਲੋਕ ਇਸ ਐਸਟ੍ਰੋਟਾਕ ਐਪ ਦੇ ਨਾਲ ਜੁੜਦੇ ਜਾ ਰਹੇ ਨੇ ਕਿਉਂਕਿ ਹਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਉਪਾਅ ਚਾਹੁੰਦਾ, ਸੁਧਾਰ ਚਾਹੁੰਦਾ, ਪਰ ਐਸਟ੍ਰੋਲੋਜੀ ਬੇਸਿਕਲੀ ਕੀ ਹੈ, ਉਹ ਉਸ ਚੀਜ਼ ਬਾਰੇ ਮੈਂ ਜਾਣਨਾ ਚਾਹੁੰਦਾ। ਐਸਟ੍ਰੋਲੋਜੀ ਇਹ ਹੈ ਕਿ ਜਿੱਥੋਂ ਆਪਾਂ ਹਰ ਚੀਜ਼ ਦਾ ਪਤਾ ਲਗਾ ਸਕਦੇ ਹਾਂ। ਇਹ ਤਾਂ ਪੋਸੀਬਲ ਹੈ, ਪੋਸੀਬਲ ਹੈ, ਦੇਖਣ ਵਾਲਾ ਚਾਹੀਦਾ, ਇਹਨੂੰ ਪੜ੍ਹਨ ਵਾਲਾ ਚਾਹੀਦਾ, ਤੇ ਤੁਹਾਡੇ ਹਰ ਚੀਜ਼ ਦੱਸ ਦੇਗਾ ਕਿ ਤੁਹਾਡਾ ਆਉਣ ਵਾਲਾ ਫਿਊਚਰ ਕਿੱਧਰ ਹੈ, ਪਾਸਟ ਕਿੱਧਰ ਆ ਰਿਹਾ, ਕਿੰਨੇ ਅੱਗੇ ਕੀ ਕਰਨਾ ਚਾਹੀਦਾ, ਕਿਸ ਲਾਈਨ ਦੇ ਵਿੱਚ ਜਾਣਾ ਚਾਹੀਦਾ, ਬੱਚੇ ਨੂੰ ਕਿਹੜੀ ਸਟੱਡੀ ਕਰਨੀ ਚਾਹੀਦੀ ਹੈ, ਅਬਰੋਡ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਫਿਊਚਰ ਦੇ ਵਿੱਚ ਕਰਨਾ ਕੀ ਚਾਹੀਦਾ, ਕਿੱਥੇ ਗਲਤ ਡਿਸੀਜਨ ਲੈ ਕੇ, ਮਤਲਬ ਕਈ ਜਣ ਕਈ ਬੱਚੇ ਇੱਦਾਂ ਕਰਦੇ, ਉਹਨਾਂ ਨੂੰ ਬਸ ਭੇਡ ਚਾਲ ਦੇ ਵਿੱਚ ਬਾਹਰ ਚੱਲ ਗਏ, ਥੋੜੇ ਦੇਰ ਜਾਂਦੇ ਆ ਬਾਹਰ, ਫਿਰ ਉੱਥੇ ਜਾਂਦੇ ਕੁਛ ਨਹੀਂ ਮਿਲਦਾ, ਬਹੁਤ ਸਟਰਗਲ ਕਰਦੇ ਆ, ਸਟਰਗਲ ਪੀਰੀਅਡ ਉਹਨਾਂ ਦਾ ਖਤਮ ਹੀ ਨਹੀਂ ਹੁੰਦਾ ਤੇ ਫਿਰ ਉਹਨਾਂ ਨੂੰ ਵਾਪਸ ਆਉਣਾ ਪੈਂਦਾ। ਇੱਦਾਂ ਦੀ ਕਾਫੀ ਚੀਜ਼ਾਂ ਹੁੰਦੀਆਂ ਕਿ ਜਿਹੜਾ ਬੰਦਾ ਐਸਟ੍ਰੋਲੋਜੀ ਨਹੀਂ ਬਿਲੀਵ ਕਰਦਾ ਉਹ ਆਪਣੀ ਮਨ ਮਰਜ਼ੀ ਕਰ ਲੈਂਦਾ। ਸਾਨੂੰ ਅਗਲੇ ਸੈਕਿੰਡ ਦਾ ਨੀ ਪਤਾ ਹੁੰਦਾ ਕਿ ਅਗਲੇ ਸੈਕਿੰਡ ਕੀ ਹੋ ਜਾਣਾ, ਸੋ ਇਹਨਾਂ ਚੀਜ਼ਾਂ ਚ ਬਿਲੀਵ ਕਿਵੇਂ ਕਰੀਏ? ਤੁਸੀਂ ਪਹਿਲਾਂ ਤਾਂ ਦੇਖੋ, ਹਰ ਬਰਥਡੇ ਤੁਹਾਡੇ ਗ੍ਰਹਿ ਚੇਂਜ ਹੁੰਦੇ ਆ, ਹਰ ਪਰਸਨ ਦਾ ਆਪਣਾ ਅਲੱਗ ਡੇਟ ਆਫ ਬਰਥ ਹੁੰਦਾ ਆ, ਅਲੱਗ ਸਭ ਕੁਛ ਹੁੰਦਾ ਆ ਉਸ ਹਿਸਾਬ ਨਾਲ। ਜਿੱਦਾਂ ਮੰਨ ਲਓ ਕਿਸੇ ਦਾ ਜਨਮ 11 ਤਰੀਕ ਨੂੰ ਆ, ਉਹਦਾ 11 ਟੂ 11 ਚੱਲੇਗਾ, ਕਿਸੇ ਦਾ 18 ਨੂੰ 18 ਤੋਂ 18 ਚੱਲੇਗਾ, ਏਦਾਂ ਉਹਦੇ ਦਿਨ ਜਿਹੜੇ ਦਿਨ ਚਰੀਆ ਚੱਲਦੀ ਆ। ਉਸ ਤੋਂ ਬਾਅਦ ਆਉਂਦਾ ਕਿ ਮਹੀਨੇ ਦੀ ਕੁੰਡਲੀ, ਹਰ ਮਹੀਨੇ 18 ਤਰੀਕ ਨੂੰ ਜਿਹੜਾ ਚਾਰਟ ਚੇਂਜ ਹੋਣਾ, ਇਸੀ ਕਰਕੇ 12 ਮਹੀਨੇ ਆ ਤੇ 12 ਹੀ ਘਰ ਨੇ ਕੁੰਡਲੀ ਦੇ, ਤਾਂ ਹੀ ਇੱਕ ਸਾਲ ਕੰਪਲੀਟ ਹੁੰਦਾ। ਸਾਲ ਬਾਅਦ ਸਾਡੇ ਗ੍ਰਹਿ ਚੇਂਜ ਹੋਣੇ ਸ਼ੁਰੂ ਹੋ, ਹਰ ਮਹੀਨੇ ਵੀ ਗ੍ਰਹਿ ਚੇਂਜ ਹੁੰਦੇ ਆ, ਹਰ ਸਾਲ ਵੀ ਗ੍ਰਹਿ ਚੇਂਜ ਹੁੰਦੇ ਆ। ਅੱਛਾ, ਸੋ ਮੈਂ ਪਹਿਲੀ ਵਾਰੀ ਸੁਣਿਆ ਇਹ ਚੀਜ਼, ਕਿਉਂਕਿ ਮੈਂ ਨਹੀਂ ਗਈ ਕਦੇ ਐਸਟ੍ਰੋਲੋਜਰ ਕੋਲ, ਹੋ ਸਕਦਾ ਤਾਂ ਕਰਕੇ। ਅੱਛਾ, ਤੁਸੀਂ ਕਿਹਾ ਕਿ ਹਰ ਸਾਲ ਗ੍ਰਹਿ ਚੇਂਜ ਹੁੰਦੇ ਆ, ਚੰਗਾ ਸਮਾਂ ਮਾੜਾ ਸਮਾਂ ਆਉਂਦਾ ਹਰ ਦੀ ਜ਼ਿੰਦਗੀ ਵਿੱਚ, ਹੈ ਨਾ? ਸੋ ਪਤਾ ਕਿੱਦਾਂ ਮਤਲਬ ਲੱਗ ਸਕਦਾ ਇਹਨਾਂ ਚੀਜ਼ਾਂ ਬਾਰੇ ਵੀ? ਹੁਣ ਜਦੋਂ ਤੁਸੀਂ ਤਾਂ ਦੱਸ ਦਿਓ, ਪਹਿਲਾਂ ਤਾਂ ਮੈਂ ਤੁਹਾਡੇ ਬਾਰੇ ਜੇ ਦੱਸਣਾ ਚਾਹਾਂ, ਤੁਹਾਡੀਆਂ ਪੀੜ੍ਹੀਆਂ ਇਹਨਾਂ ਕੰਮ ਦੇ ਵਿੱਚ ਅੱਗੇ ਵੱਧ ਰਹੀਆਂ ਨੇ ਨਾ, ਵੀ ਪਿੱਛੇ ਵੀ ਤੁਸੀਂ ਕਹਿ ਸਕਦੇ ਫੈਮਿਲੀ ਕੰਮ ਹੈ, ਮੈਂ ਫੋਰਥ ਜਨਰੇਸ਼ਨ ਆ, ਫੋਰਥ ਜਨਰੇਸ਼ਨ ਜੀ, ਮਤਲਬ ਅਰਾਊਂਡ ਮੰਨ ਕੇ ਚੱਲੀਏ ਅਸੀਂ 350 ਸਾਲ ਤੋਂ ਉੱਪਰ, ਅਰਾਊਂਡ ਆਪਾਂ 400 ਰਾਊਂਡ ਫਿਗਰ ਲਾ ਕੇ ਚੱਲਦੇ ਹਾਂ, ਤੇ ਇੰਨੇ ਸਾਲ ਹੋ ਗਏ ਤੁਹਾਨੂੰ ਸਾਨੂੰ ਇਸ ਚੀਜ਼ ਲਈ ਕੰਮ ਕਰਦੇ ਤੇ ਇਸ ਚੀਜ਼ ਦੇ ਵਿੱਚ ਆਏ ਹੋਏ। ਕੁੰਡਲੀ ਦੇਖਾਂਗੇ ਤੇ ਉਹਦੇ ਵਿੱਚ ਗਲਤ ਚੀਜ਼ ਲਿਖੀ ਹੋਏਗੀ ਤੇ ਉਹ ਅਸੀਂ ਬਰਦਾਸ਼ਤ ਨਹੀਂ ਕਰ ਪਾਵਾਂਗੇ, ਆਪਾਂ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ ਗ੍ਰਹਿ ਖਰਾਬ ਕਰ ਲਾਂਗੇ। ਸੋ ਇਹ ਫਿਰ ਇਹ ਆਮ ਲੋਕਾਂ ਦੇ ਨਾਲ ਨਹੀਂ ਹੁੰਦਾ? ਨਹੀਂ, ਕਿਉਂਕਿ ਉਹਨਾਂ ਨੂੰ ਆਪਾਂ ਕਈ ਚੀਜ਼ਾਂ ਹੁੰਦੀਆਂ ਹਿਡਨ, ਜਿੱਦਾਂ ਮੰਨ ਲਓ ਹੁਣ ਮੈਂ ਆਪਣੀ ਕੁੰਡਲੀ ਖੋਲੀ, ਮੈਂ ਦੇਖ ਲਿਆ ਕਿ ਮੇਰੀ ਡੈਥ ਕਦੋਂ ਹੋਣੀ ਹੈ, ਮੈਂ ਫਿਰ ਉਸ ਚੀਜ਼ ਨੂੰ ਫਟਾਫਟ ਮੈਂ ਦੇਖੂੰਗਾ ਕਿ ਮੈਂ ਇਸ ਚੀਜ਼ ਨੂੰ ਜਲਦੀ ਜਲਦੀ ਆਪਣਾ ਜੋ ਵੀ ਚੀਜ਼ ਹੈ ਮੈਂ ਖਤਮ ਕਰਾਂ, ਮੈਂ ਆਪਣਾ ਵਿਆਹ ਜਲਦੀ ਕਰ ਲਾਂ, ਸਭ ਕੁਝ ਜਲਦੀ ਕਰ ਲਾਂ, ਫਿਰ ਉਹ ਬਿਲਕੁਲ ਚੱਲਣਾ ਹੀ ਨਹੀਂ, ਉਹ ਸਿਸਟਮ ਨਾਲ ਜੋ ਚੀਜ਼ ਲਿਖਿਆ ਹੋਇਆ ਉਹ ਲੇਖ ਜਿਹੜੇ ਲਿਖੇ ਉਹ ਚੱਲਣੇ ਹੀ ਨਹੀਂ, ਉਹ ਸਭ ਕੁਛ ਆਪਣਾ ਖਰਾਬ ਹੋਣਾ ਸ਼ੁਰੂ ਹੋ ਜਾਣਾ। ਹੁਣ ਮੈਨੂੰ ਪਤਾ ਲੱਗ ਗਿਆ ਕਿ ਜੀ ਮੈਂ ਕੁੰਡਲੀ ਖੋਲੀ, ਮੈਂ ਆਪਣੀ ਕੁੰਡਲੀ ਖੋਲੀ, ਮੈਂ ਉਹ 'ਚ ਦੇਖ ਲਿਆ ਜੀ ਮੇਰਾ ਫਲਾਣੇ ਫਲਾਣੇ ਦਿਨ ਇਹ ਕੰਮ ਹੋਣਾ, ਮੈਂ ਉਸ ਦਿਨ ਦਾ, ਹਾਂ ਉਸ ਦਿਨ ਦਾ ਵੇਟ ਕਰੀ ਜਾਣਾ, ਜਾਂ ਮੇਰੇ 'ਚ ਕੋਈ ਖਰਾਬ ਲਿਖਿਆ ਤੇ ਮੈਂ ਉਹਦੇ ਉਪਾਏ ਵੱਲ ਚੱਲ, ਮੈਂ ਆਪਣੇ ਆਪ 'ਚ ਹੀ ਉਲਝਿਆ ਰਹਿਣਾ। ਹਾਂਜੀ, ਹਾਂ, ਸੋ ਬੇਸਿਕਲੀ ਡੈਥ ਤੱਕ ਪ੍ਰੈਡਿਕਟ ਹੋ ਸਕਦੀ ਹੈ ਪਰ ਕਰਦੇ ਨਹੀਂ, ਕਰਦੇ ਨਹੀਂ।
ਇਹ ਸਭ ਤੋਂ ਜਦੋਂ ਸਾਨੂੰ ਸਿੱਖਿਆ ਦਿੱਤੀ ਜਾਂਦੀ ਇਸ ਚੀਜ਼ ਦੀ, ਮੈਂ ਆਪਣੇ ਫਾਦਰੋਂ ਸਾਰੀ ਸਿੱਖਿਆ ਲਿੱਤੀ ਹੈ, ਉਸ ਟਾਈਮ ਸਾਨੂੰ ਇਹ 3-4 ਫਾਊਂਡੇਸ਼ਨ ਹੁੰਦੀਆਂ ਉਹ ਸਾਨੂੰ ਪ੍ਰੋਪਰ ਤਰੀਕੇ ਨਾਲ ਸਿਖਾਈ ਜਾਂਦੀ, ਆਪਣੀ ਕੁੰਡਲੀ ਨਹੀਂ ਦੇਖਣੀ, ਕਿਸੇ ਦਾ ਬੇਬੀ ਦਾ ਜੈਂਡਰ ਨਹੀਂ ਦੱਸਣਾ ਕੀ ਜੈਂਡਰ ਆ, ਠੀਕ ਹੈ ਜੀ, ਤੇ ਕਦੀ ਵੀ ਇਹ ਨਹੀਂ ਦੱਸਣਾ ਕਿ ਮਤਲਬ ਕਦੋਂ ਡੈਥ ਤੁਹਾਡੀ ਹੋਣੀ ਆ, ਕਿੱਦਾਂ ਕੀ ਹੁਣ, ਉਹ ਕੁਛ ਵੀ ਨਹੀਂ ਦੱਸਦੇ ਅਸੀਂ। ਅੱਛਾ ਜੀ, ਸੋ ਜਦੋਂ ਜਨਮ ਹੁੰਦਾ ਹੈ ਉਦੋਂ ਤੋਂ ਲੇਖ ਸ਼ੁਰੂ ਹੋ ਜਾਂਦੇ, ਬਿਲਕੁਲ, ਹਨਾ, ਇਸ ਚੀਜ਼ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗੇ, ਬੱਚਾ ਜਿੱਦਾਂ ਤੁਸੀਂ ਹਰ ਸਾਲ ਚੇਂਜ ਹੁੰਦੀ ਹੈ, ਸੋ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੈ, ਬੱਚਾ ਸ਼ਰਾਰਤੀ ਜ਼ਿਆਦਾ ਜਾਂ ਆਊਟ ਆਫ ਏਜ ਸ਼ਰਾਰਤਾਂ ਕਰ ਰਿਹਾ, ਉਹਨਾਂ ਸਾਰੀਆਂ ਚੀਜ਼ਾਂ ਦੇ ਉਪਾਅ ਨਿਕਲ ਆਉਂਦੇ, ਹਰ ਚੀਜ਼ ਦੇ ਉਪਾਅ। ਜਿੱਦਾਂ ਮੰਨ ਲਓ ਇੱਕ ਬੱਚਾ ਹੈ ਉਹ ਸਟੱਡੀ 'ਚ ਵੀਕ ਹੈ, ਉਹਦੇ ਗ੍ਰਹਿ 'ਚ ਲਿਖਿਆ ਕੋਈ ਸਟੱਡੀ 'ਚ ਵੀਕ ਹੈ, ਤੇ ਉਹਦੇ ਉਪਾਅ ਕੀਤੇ ਜਾ ਸਕਦੇ ਆ, ਉਹਨੂੰ ਇੰਨਾ ਬ੍ਰਿਲੀਅੰਟ ਸਟੂਡੈਂਟ ਤਾਂ ਨਹੀਂ ਬਣਾਇਆ ਜਾ ਸਕਦਾ, ਲੇਕਿਨ ਹੈ ਕਿ ਉਹਨੂੰ ਹੌਲੀ 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 ਕਿਸ ਐਂਡ ਤੱਕ ਆ ਕੇ ਉਹਨੂੰ ਸਹੀ ਕਰ ਦਿੱਤਾ ਜਾ ਸਕਦਾ ਕਿ ਉਹ ਮਤਲਬ ਆਪਣੀ ਸਟੱਡੀਜ਼ ਦੇ ਵਿੱਚ ਜੋ ਕਰਨਾ ਚਾਹੁੰਦਾ ਲਾਈਫ 'ਚ, ਜੋ ਲਿਖਿਆ ਉੱਥੇ ਅਚੀਵ ਕਰ ਜਾਵੇ। ਸੋ ਜਨਰਲ ਉਪਾਅ ਜਿਹਨਾਂ ਦੇ ਆਪਾਂ ਜ਼ਿਕਰ ਵੀ ਕਰ ਰਹੇ ਸੀ, ਉਹਨਾਂ ਦਾ ਜ਼ਿਕਰ ਕਰਾਂ ਤਾਂ ਸੋਸ਼ਲ ਮੀਡੀਆ 'ਤੇ ਅਸੀਂ ਬਹੁਤ ਸਾਰੇ ਉਪਾਅ ਦੇਖਦੇ ਵੀ ਹਾਂ ਕਿ ਜੇ ਤੁਸੀਂ ਮਨੀ ਅਟਰੈਕਟ ਕਰਨੀ ਹੈ ਤਾਂ ਗ੍ਰੀਨ ਪੈਨ ਦੇ ਨਾਲ ਇਹ ਨੰਬਰ ਲਿਖ ਦਿਓ, ਇੱਦਾਂ ਹੈ। ਦੇਖੋ ਜਰਨਲ ਉਪਾਅ ਹੁੰਦਾ ਸਭ ਲਈ ਜਰਨਲ, ਮਤਲਬ ਕੋਈ ਵੀ ਕਰ ਲਿਆ 100 ਬੰਦਿਆਂ ਨੇ ਕੀਤਾ ਉਹਦੇ ਵਿੱਚੋਂ 10 ਬੰਦਿਆਂ ਨੂੰ ਲੱਗੇਗਾ, ਹੁਣ ਮੈਂ ਵੀ ਤੁਹਾਨੂੰ ਜਰਨਲ ਉਪਾਅ ਦੱਸੂਗਾ ਕੁਛ, ਤੇ ਉਹਦੇ ਵਿੱਚ ਇੱਦਾਂ ਹੀ ਹੋਏਗਾ ਕਿ ਹਰ ਕਿਸੇ ਨੂੰ ਨਹੀਂ ਲੱਗੂਗਾ, ਕਿਉਂਕਿ ਹਰ ਕਿਸੇ ਦਾ, ਜਿੱਦਾਂ ਕਹਿ ਲਓ ਨਾ ਆਪਾਂ ਇੱਕ ਫੋਨ ਦੇ ਉੱਤੇ ਲੋਕ ਲਗਾਉਂਦੇ, ਫਿੰਗਰਪ੍ਰਿੰਟ ਲੋਕ ਚੱਲਦਾ ਸੀ, ਕਿਸੇ ਨਾ ਕਿਸੇ ਦਾ ਮੈਚ ਨਹੀਂ ਹੁੰਦਾ, ਉੱਦਾਂ ਹੀ ਕੁੰਡਲੀ ਹੈ, ਉਹ ਕਦੀ ਵੀ ਕਿਸੇ ਨਾਲ ਮੈਚ ਨਹੀਂ ਹੋ ਸਕਦੀ। ਇੱਕ ਹੀ ਟਾਈਮ ਦੇ ਵਿੱਚ ਇੱਕ ਹੀ ਡੇਟ ਨੂੰ ਕਿੰਨੇ ਬੱਚਿਆਂ ਦਾ ਜਨਮ ਹੁੰਦਾ, ਸਭ ਦੀ ਕਿਸਮਤ ਸੇਮ ਨਹੀਂ ਹੋ ਸਕਦੀ, ਬਿਲਕੁਲ। ਸੋ ਅੱਛਾ, ਇੱਥੇ ਜਿੰਨੇ ਵੀ ਦੇਖ ਰਹੇ ਹੋਣਗੇ, ਸਭ ਨੂੰ ਹਰ ਕਿਸੇ ਦੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਚੱਲਦੀਆਂ ਹੋਣਗੀਆਂ, ਸੋ ਜਨਰਲ ਉਪਾਅ ਦਾ ਜ਼ਿਕਰ ਕੀਤਾ ਹੈ, ਤਾਂ ਆਪਾਂ ਦੱਸੀਏ ਕਿ ਜੇ ਕੋਈ ਪੈਸਿਆਂ ਪੱਖੋਂ ਪਰੇਸ਼ਾਨ ਆ ਉਹਨੂੰ ਕੀ ਕਰਨਾ ਚਾਹੀਦਾ। ਪੈਸਿਆਂ ਪੱਖੋਂ ਜਨਰਲ ਉਪਾਏ ਸ਼ੁੱਕਰ ਦਾ, ਆਪਾਂ ਉਹਦੇ ਸ਼ੁੱਕਰ ਦਾ ਉਪਾਅ ਕਰ ਸਕਦੇ ਹਾਂ, ਬੁੱਧ ਦਾ ਉਪਾਅ ਕਰ ਸਕਦੇ ਹਾਂ, ਤੇ ਸ਼ਨੀ ਦਾ ਉਪਾਅ ਕਰ ਸਕਦੇ ਹਾਂ। ਇਹਦੇ ਵਾਸਤੇ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਜਨਰਲ ਉਪਾਏ ਦੱਸ ਦਿੰਦਾ, ਤੁਸੀਂ ਰੈੱਡ ਕਲਰ ਦੀ ਪਰਫਿਊਮ ਦੀ ਬੋਟਲ ਲੈਣੀ ਹੈ, ਠੀਕ ਹੈ ਜੀ, ਨਾ ਧੋ ਕੇ ਆਪਣਾ ਜਦੋਂ ਤੁਸੀਂ ਆਫਿਸ ਜਾਣ ਲੱਗਣਾ ਜਾਂ ਕਿੱਥੇ ਵੀ ਜੋਬ 'ਤੇ ਜਾਣਾ, ਕਿੱਥੇ ਵੀ ਤੁਸੀਂ ਜਾਣਾ, ਕੋਈ ਵੀ ਤੁਹਾਡਾ ਕੰਮ ਹੈ, ਤੁਸੀਂ ਆਪਣਾ ਪਰਫਿਊਮ ਲੈਣਾ, ਰੈੱਡ ਕਲਰ ਦੀ ਬੋਟਲ ਹੋਣੀ ਚਾਹੀਦੀ ਹੈ, ਅਤੇ ਉਹ ਪਰਫਿਊਮ ਤੁਸੀਂ ਆਪਣੀ ਬੋਡੀ 'ਤੇ ਲਗਾ ਕੇ ਜਾਓ, ਤੁਹਾਡਾ ਇੱਕ ਤਾਂ ਦਿਨ ਬਹੁਤ ਅੱਛਾ ਜਾਏਗਾ, ਸੋਰਸ ਆਫ ਇਨਕਮ ਵਧੇਗਾ, ਕੰਮ 'ਚ ਮਨ ਲੱਗੇਗਾ, ਅਤੇ ਅਟਰੈਕਸ਼ਨ ਪਾਵਰ ਵਧੇਗੀ। ਅੱਛਾ ਜੀ, ਮਤਲਬ ਇਹ ਜਨਰਲ ਉਪਾਅ, ਜਨਰਲ ਉਪਾਅ ਜੇ ਤੁਸੀਂ ਮਨੀ ਅਟਰੈਕਟ ਕਰਨੀ ਹੈ, ਸੋ ਬਹੁਤ ਸਾਰੇ ਲੋਕਾਂ ਦੀਆਂ ਪਰੇਸ਼ਾਨੀਆਂ ਅੱਜ ਸੋਰਟ ਆਊਟ ਹੋ ਜਾਣਗੀਆਂ, ਹਨਾ, ਕਿਉਂਕਿ ਸਾਡੇ ਨਾਲ ਤਰੁਣ ਜੀ ਬੈਠੇ ਨੇ ਔਰ ਤਰੁਣ ਜੀ ਉਪਾਅ ਦੱਸ ਰਹੇ ਨੇ ਔਰ ਇਹ ਚੀਜ਼ਾਂ ਅਜਮਾਉਣ ਵਾਲੀਆਂ ਵੀ ਨੇ। ਅੱਛਾ, ਕਈ ਵਾਰੀ ਕੀ ਹੁੰਦਾ, ਅਸੀਂ ਮੈਂ ਹਾਲ ਹੀ ਦੇ ਵਿੱਚ ਇੱਕ ਸੋਸ਼ਲ ਮੀਡੀਆ 'ਤੇ ਰੀਲ ਦੇਖ ਰਹੀ ਸੀ, ਕਹਿੰਦੇ ਕਿ ਮੇਕਅਪ ਕਰਨਾ ਬਹੁਤ ਜ਼ਰੂਰੀ ਹੁੰਦਾ, ਸ਼ੂਗਰ ਐਕਟਿਵ ਹੁੰਦਾ ਉਹਨਾਂ, ਹਾਂ ਇਹ ਚੀਜ਼ ਹੈ ਕਿ, ਹਾਂ ਬਿਲਕੁਲ ਹੈ, ਜਦੋਂ ਆਪਾਂ ਬੰਨ ਠਣ ਕੇ ਰਹਿੰਦੇ, ਸ਼ੂਗਰ ਦਾ ਕੀ ਹੁੰਦਾ ਕਿ ਬੰਨ ਠਣ ਕੇ ਰਹਿਣਾ ਸ਼ੂਗਰ ਅਟਰੈਕਟ ਕਰਦਾ, ਸ਼ੁਕਰ ਹੁੰਦਾ ਕਾਫੀ ਟਾਈਪਸ ਦਾ, ਉਹਦੇ ਵਿੱਚ ਲਵ ਲਾਈਫ ਵੀ ਪ੍ਰਿਡਿਕਟ ਕੀਤੀ ਜਾ ਸਕਦੀ ਹੈ, ਲਵ ਮੈਰਿਜ ਵੀ ਪ੍ਰਿਡਿਕਟ ਕੀਤੀ ਜਾ ਸਕਦੀ ਹੈ, ਉਹ 'ਚ ਲਗਜ਼ਰੀ ਲਾਈਫ ਵੀ ਪ੍ਰਿਡਿਕਟ ਕੀਤੀ ਜਾ ਸਕਦੀ ਹੈ, ਅਟਰੈਕਸ਼ਨ ਵੀ ਪ੍ਰਿਡਿਕਟ ਕੀਤੀ ਜਾ ਸਕਦੀ ਹੈ, ਅਲੱਗ ਅਲੱਗ ਸੋਰਸ ਦੇ, ਮਤਲਬ ਕਹਿ ਲਓ ਕਿ ਅਲੱਗ ਅਲੱਗ, ਮਤਲਬ 12 ਘਰ ਨੇ, 12 ਘਰ ਦੇ ਸ਼ੁਕਰ ਅਲੱਗ ਅਲੱਗ ਆਪਣਾ ਦੱਸਦਾ ਕਿ ਇੱਥੇ ਕੀ ਹੈ, ਇੱਥੇ ਕੀ ਹੈ, ਇੱਥੇ ਕੀ ਹੈ, ਅਤੇ ਉਹਦੇ ਵਿੱਚ ਤੁਸੀਂ ਕਿਹਾ ਕਿ ਅਟਰੈਕਸ਼ਨ, ਅਟਰੈਕਸ਼ਨ ਜਦੋਂ ਆਪਾਂ ਮੇਕਅਪ ਕਰਦੇ ਹਾਂ, ਮੇਕਅਪ ਇੱਕ ਪਾਰਟ ਹੈਗਾ ਸ਼ੁਕਰ ਦਾ। ਅੱਛਾ ਜੀ, ਜਦੋਂ ਆਪਾਂ ਮੇਕਅਪ ਕਰਦੇ ਹਾਂ ਤੇ ਨੈਚੁਰਲੀ ਗੱਲ ਹੈ, ਕੋਈ ਵੀ ਮੇਕਅਪ ਕਰੂਗਾ ਤੇ ਉਹ ਅਟਰੈਕਟ ਲੱਗੇਗਾ, ਬਿਲਕੁਲ, ਮੇਕਅਪ ਕਰਦੇ ਕਿਉਂ ਅਸੀਂ ਅਟਰੈਕਟ ਲੱਗਣ ਵਾਸਤੇ, ਅਟਰੈਕਟ ਹੋਏਗਾ, ਸ਼ੁਕਰ ਐਕਟਿਵ ਹੋਏਗਾ, ਸ਼ੁਕਰ ਐਕਟਿਵ ਹੋਏਗਾ ਨੈਚੁਰਲੀ ਗੱਲ ਉਹ ਗ੍ਰੈਂਡ ਵਰਕ ਕਰਨਾ ਸ਼ੁਰੂ ਹੋ ਜਾਏਗਾ। ਮੇਕਅਪ ਕਰਨਾ ਸ਼ੁਰੂ ਕਰ ਦੋ ਜਿਹੜੇ ਨਹੀਂ ਕਰਦੇ ਨੇ, ਹਾਂ, ਜਿੱਦਾਂ ਹੁਣ ਕਈ ਲੇਡੀਜ਼ ਘਰ ਦੇ ਵਿੱਚ ਇੱਦਾਂ ਹੀ ਰਹਿੰਦੀਆਂ, ਉਹ ਕਦੀ ਕਦੀ ਮੇਕਅਪ ਕਰਦੀਆਂ, ਹੁਣ ਜਿਹੜੀ ਘਰ ਦੇ ਵਿੱਚ ਨਹੀਂ ਬਣ ਠਣ ਕੇ ਰਹਿੰਦੀਆਂ ਜਾਂ ਮਤਲਬ ਮੇਕਅਪ ਕਰਕੇ ਨਹੀਂ ਰਹਿੰਦੀਆਂ, ਮਤਲਬ ਜੋ ਵੀ ਕੱਪੜਾ ਆਉਂਦਾ ਉਹ ਪਾ ਕੇ, ਕਈ ਦੇਖਿਆ ਸੀ ਨਾਈਟ ਸੂਟ ਪਾ ਕੇ ਬੈਠੇ ਰਹਿੰਦੀਆਂ ਜਾਂ ਕੁਛ ਹੁੰਦਾ,
ਜੀ ਤੇ ਉਹਨਾਂ ਦਾ ਇਦਾਂ ਹੁੰਦਾ ਕਿ ਮਤਲਬ ਕਿਤੇ ਨਾ ਕਿਤੇ ਸਲੋ ਹੋ ਜਾਂਦਾ ਕੰਮ। ਅੱਛਾ, ਇਹ ਚੀਜ਼ ਹੈ। ਅਨਬਨ ਘਰ ਦੇ ਵਿੱਚ ਹਸਬੈਂਡ ਵਾਈਫ ਦੀ ਅਨਬਨ ਸ਼ੁਰੂ ਹੋ ਜਾਂਦੀ ਹੈ, ਜੇ ਉਹ ਕਹਿ ਲਓ ਕਿ ਅਨਮੈਰਿਡ ਨੇ ਬੋਏਫ੍ਰੈਂਡ ਹੈ, ਬੋਏਫ੍ਰੈਂਡ ਨਾਲ ਪਰੇਸ਼ਾਨੀ ਆਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸ਼ੁਕਰ ਡੈਡ ਹੋਣਾ ਸ਼ੁਰੂ ਹੋ ਜਾਂਦਾ, ਮਤਲਬ ਡਾਊਨ ਹੋਣਾ ਸ਼ੁਰੂ ਹੋ ਜਾਂਦਾ। ਸ਼ੁਕਰ ਕੀ ਕੀ ਕਰਦਾ ਤੁਹਾਡਾ? ਸ਼ੁਕਰ ਬਹੁਤ ਲਾਈਫ ਦੇ ਵਿੱਚ ਹੈਲਪ ਕਰਦਾ, ਲਗਜ਼ਰੀ ਦੇ ਵਿੱਚ ਹੈਲਪ ਕਰਦਾ, ਪੈਸੇ ਦੇ ਵਿੱਚ ਹੈਲਪ ਕਰਦਾ, ਤੁਹਾਡੇ ਮਤਲਬ ਕਾਫੀ ਚੀਜ਼ਾਂ ਈਜ਼ੀ ਕਰਨੀ ਸ਼ੁਰੂ ਕਰ ਦਿੰਦਾ। ਇੱਕ ਨਾ ਰਾਹੂ ਕਹਿੰਦੇ ਕਿ ਬਹੁਤ ਜ਼ਿੱਦੀ ਹੁੰਦਾ, ਜਿੱਦੀ ਹੁੰਦਾ ਹੈ ਰਾਹੂ ਦੇ ਵਿੱਚ, ਬੰਦਾ ਜਾਂ ਤਾਂ ਤਰ ਜਾਂਦਾ ਹੈ ਜਾਂ ਬਿਲਕੁਲ ਬੈਠ ਜਾਂਦਾ। ਅੱਛਾ, ਉਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ? ਅਲੱਗ ਅਲੱਗ ਉਪਾਅ ਨੇ ਦੱਸਿਆ ਨਾ ਕਿ ਉਹਦੀ ਇੱਕ ਤਾਂ ਦਸ਼ਾ ਦੇਖਣੀ ਪੈਂਦੀ, ਰਾਹੂ ਕਿਹੜੀ ਦਸ਼ਾ 'ਚ ਬੈਠਾ, ਠੀਕ ਹੈ ਜੀ, ਉਹ ਨਾਲ ਅੰਤਰ ਦਸ਼ਾ ਕਿਹੜੀ ਹੈ, ਕਿਹੜੇ ਘਰ ਦੇ ਵਿੱਚ ਬੈਠਾ, ਉਹਦੀ ਡਿਗਰੀਆਂ ਕਿੱਥੇ ਬੈਠੀਆਂ, ਉਹਨੂੰ ਸਾਹਮਣੇ ਕੌਣ ਡਾਇਰੈਕਸ਼ਨ ਹੈ, ਕਿਹਦੀ ਹੈਗੀ ਹੈ, ਉਹ ਸਾਰੇ ਘਰ ਦੇਖਣੇ ਪੈਂਦੇ। ਸਭ ਕੁਝ ਦੇਖਣ ਤੋਂ ਬਾਅਦ ਆਪਾਂ ਉਹਨੂੰ ਪ੍ਰਿਡਿਕਟ ਕਰ ਸਕਦੇ ਹਾਂ ਕੀ ਉਪਾਅ ਹੈ। ਰਾਹੂ ਦੇ ਜਨਰਲ ਉਪਾਅ ਤੁਹਾਨੂੰ ਮੈਂ ਦੱਸਾਂ, ਜਿਹੜਾ ਜਨਰਲ ਉਪਾਅ ਆਪਾਂ ਕਰ ਸਕਦੇ ਹਾਂ ਰਾਹੂ ਦਾ, ਉਹਦਾ ਇਹੀ ਹੈ ਕਿ ਆਪਾਂ ਜੌਂ ਲੈਣੇ ਆ, ਜੋ ਗਊ ਮਾਤਾ ਨੂੰ ਖਵਾਉਣੇ ਆ। ਇਹ ਰਾਹੂ ਦਾ ਜਨਰਲ ਉਪਾਅ, ਕੋਈ ਵੀ ਕਰ ਸਕਦਾ ਇਹਦੇ ਨਾਲ। ਫਿਰ ਰਾਹੂ ਜੀ, ਰਾਹੂ ਸ਼ਾਂਤ ਹੋ ਜਾਏਗਾ ਕਿਸੇ ਦਾ ਵੀ ਪ੍ਰੋਪਰ ਤਰੀਕੇ ਨਾਲ। ਦੇਖੋ ਬਾਕੀ ਤੁਹਾਨੂੰ ਦੱਸਿਆ ਨਾ, ਹਰ ਕਿਸੇ ਦੀ ਅਲੱਗ ਅਲੱਗ ਕੁੰਡਲੀ ਹੈ। ਵੈਸੇ ਮੈਂ ਜਾਣਨਾ ਚਾਹਾਂ, ਜਦੋਂ ਰਾਹੂ ਵਿਗੜ ਜਾਂਦਾ ਜੀ ਤੇ ਕੀ ਕੁਝ ਭੁਚਾਲ ਆਉਂਦਾ ਜ਼ਿੰਦਗੀ ਚ? ਦੇਖੋ ਜਲੰਧਰ ਦੀ ਮੈਂ ਤੁਹਾਨੂੰ ਗੱਲ ਦੱਸਾਂ, ਮੇਰੇ ਬਹੁਤ ਅੱਛੇ ਕਲਾਇੰਟ ਸੀਗੇ ਜੋਤਿਸ਼ ਬਿਲੀਵ ਨਹੀਂ ਕਰਦੇ ਸੀਗੇ। ਅੱਛਾ, ਉਹ ਜਨਰਲੀ ਇੱਦਾਂ ਹੀ ਕਿਸੇ ਦੇ ਨਾਲ ਆਏ, ਉਹ ਕਹਿੰਦਾ ਜੀ ਮਤਲਬ ਨਾਲ ਲੈ ਕੇ ਆਏ ਕੋਈ, ਮੇਰਾ ਅੱਛਾ ਕਲਾਇੰਟ ਸੀ, ਉਹਨੂੰ ਆਪਣੇ ਨਾਲ ਲੈ ਕੇ ਆਇਆ ਕਿ ਬਈ ਤੇਰਾ ਬਹੁਤ ਮਤਲਬ ਇੱਦਾਂ ਆਪਣਾ ਹੁਣ ਆਪਣਾ ਚੱਲਦੇ, ਵੀ ਤੂੰ ਨਾਲ ਚੱਲ ਆਪਾਂ ਦਿਖਾ ਕੇ ਆਉਂਦੇ ਹਾਂ। ਤੇ ਉਹ ਆਏ, ਉਹਨਾਂ ਨੇ ਆਪਣੀ ਕੁੰਡਲੀ ਦਿਖਾਈ ਤੇ ਉਹ 'ਚ ਪੁੱਛਿਆ ਕਿ ਹਾਂਜੀ, ਬਲੀਵ ਨਹੀਂ ਕਰਦੇ ਸੀ ਬਿਲਕੁਲ ਵੀ। ਮੈਨੂੰ ਉਹਨੇ ਦੱਸਿਆ ਕਿ 19 ਤਰੀਕ ਨੂੰ ਲਾਈਫ ਦੇ ਵਿੱਚ ਰਾਹੂ ਦੇ ਵਿੱਚ ਕੇਤੂ ਆਉਣ ਲੱਗਾ ਤੇ ਤੁਸੀਂ ਆਪਣਾ ਪਹਿਲਾਂ ਹੀ ਉਪਾਅ ਕਰ ਲਓ ਤੇ ਜਿਹਦੇ ਕਰਕੇ ਕਿ ਸਭ ਕੁਝ ਠੀਕ ਹੋ ਜਾਵੇ। ਅੱਛਾ, ਉਹਨਾਂ ਨੇ ਉਸ ਚੀਜ਼ 'ਚ ਬਲੀਵ ਨਹੀਂ ਕੀਤਾ। ਹੁਣ ਉਹਨਾਂ ਨੂੰ ਕੀ ਲੱਗਾ ਕਿ ਪੰਡਿਤ ਜੀ ਵਹਿਮ 'ਚ ਪਾ ਰਹੇ ਆ, ਮੈਨੂੰ ਡਰਾ ਰਹੇ ਆ, ਪੈਸੇ ਲੈਣ ਦੇ ਬਾਰੇ ਪੰਡਿਤ ਜੀ ਮੈਨੂੰ ਕਿਸੇ ਨਾ ਕਿਸੇ ਵਹਿਮ 'ਚ ਪਾ ਰਹੇ ਆ ਕਿ ਪੰਡਿਤ ਨੂੰ ਮੈਂ ਪੈਸੇ ਦੇ ਦੇਵਾਂ। ਉਹਨਾਂ ਨੇ ਚਲੋ ਉਪਾਅ ਨਹੀਂ ਕਰਾਇਆ, ਉਹ ਆਪਣਾ ਚਲੇ ਗਏ, ਪੁੱਛ ਪੁਚਾ ਕੇ ਚਲੇ ਗਏ। ਜਿਸ ਸਮੇਂ ਅਸੀਂ ਦੱਸਿਆ ਸੀਗਾ ਐਗਜੈਕਟ ਉਸ ਸਮੇਂ ਉਹਨਾਂ ਦਾ ਮਾੜਾ ਸਮਾਂ ਸ਼ੁਰੂ ਹੋ ਗਿਆ। 11 ਮਹੀਨੇ ਦਾ ਪੀਰੀਅਡ ਸੀਗਾ, 11 ਮਹੀਨੇ 'ਚ ਉਸ ਬੰਦੇ ਦਾ ਜੋ ਸੀਗਾ ਸਭ ਵਿਕ ਗਿਆ। ਅੱਛਾ, ਸਭ ਕੁਛ ਵਿਕ ਗਿਆ ਉਸ ਬੰਦੇ ਦਾ, ਤੇ ਜੋ ਉਹਨੂੰ ਮੈਂ ਕਿਹਾ ਸੀਗਾ ਉੱਦਾਂ ਦਾ ਉੱਦਾਂ ਹੀ ਹੋਇਆ। ਹੁਣ ਆ ਕੇ ਫਾਇਦਾ ਕੁਛ ਨਹੀਂ। ਅੱਛਾ, ਮਤਲਬ ਜੇ ਟਾਈਮ ਰਹਿੰਦੇ ਅਸੀਂ ਸੁਧਾਰ ਕਰ ਲਈਏ ਤਾਂ ਬਹੁਤ ਚੀਜ਼ਾਂ ਸੁਧਰ ਸਕਦੀਆਂ ਜੀ, ਬਿਲਕੁਲ। ਕਿਉਂਕਿ ਦੇਖੋ ਹੁਣ ਇੱਕ ਆਪਾਂ ਕੈਂਸਰ ਦੀ ਗੱਲ ਲੈ ਲਈਏ, ਜਿਸ ਟਾਈਮ ਸਿਰ ਪਤਾ ਲੱਗ ਜਾਏ ਤੇ ਤੁਸੀਂ ਉਸ ਚੀਜ਼ ਦਾ ਹੱਲ ਕਰਵਾ ਸਕਦੇ ਹੋ। ਜੇ ਤੁਸੀਂ ਪਤਾ ਹੀ ਤੁਹਾਨੂੰ ਲਾਸਟ 'ਚ ਪਤਾ ਲੱਗੇ ਕਿ ਜਿਹਦਾ ਹੱਲ ਹੀ ਨਹੀਂ, ਫਿਰ ਉਸ ਟਾਈਮ ਤੁਸੀਂ ਕੀ ਕਰੋਗੇ? ਅੱਛਾ, ਇੱਕ ਇੱਥੋਂ ਮੈਨੂੰ ਯਾਦ ਆਇਆ, ਮੈਨੀਫੈਸਟੇਸ਼ਨ ਦੀ ਗੱਲ ਕਰਾਂ, ਉਹ ਕਿੰਨਾ ਕੁ ਵਰਕ ਕਰਦੀ ਹੈ? ਤੁਸੀਂ ਬਾਹਰ ਫੋਰ ਐਗਜ਼ਾਮਪਲ ਤੁਹਾਡਾ ਡ੍ਰੀਮ ਹੈ, ਤੁਸੀਂ ਬਾਹਰ ਜਾਣਾ, ਤੁਹਾਡੇ ਦਿਨ ਦਾ ਦਿਮਾਗ 'ਚ ਉਹੀ ਚੱਲਦੇ ਰਹਿਣਾ ਕਿ ਮੈਂ ਬਾਹਰ ਜਾਣਾ ਬਾਹਰ ਜਾਣਾ, ਮੇਰੇ ਲਈ ਇਹ ਕਰ ਸਕਦੀ, ਮੇਰੇ ਲਈ ਉਹ ਕਰ ਸਕਦੀ, ਏਦਾਂ ਤੇ ਉਹਦਾ, ਮਤਲਬ ਕਾਫੀ ਚੀਜ਼ਾਂ ਦੀ ਸੋਚੀ ਜਾਣੀ। ਉਹਦਾ ਕਾਰਨ ਕੀ ਹੈ? ਤੁਹਾਨੂੰ ਗ੍ਰਹਿ ਲੈ ਕੇ ਜਾ ਰਿਹਾ, ਗ੍ਰਹਿ ਨੇ ਆਪਣਾ ਕੰਮ ਕਰਦੇ ਰਹਿਣਾ। ਤੁਸੀਂ ਕੁੰਡਲੀ ਦਿਖਾਓ ਚਾਹੇ ਨਾ ਦਿਖਾਓ, ਗ੍ਰਹਿਆਂ ਨੇ ਆਪਣੀ ਚਾਲ ਚੱਲਦੇ ਰਹਿਣਾ। ਮਤਲਬ ਮੈਂ ਬਾਰ ਬਾਰ ਜੇ ਕਹਾਂ ਕਿ ਮਤਲਬ ਚਲੋ ਜਦੋਂ ਬਾਹਰ ਜਾਣ ਦੀ ਐਗਜ਼ਾਮਪਲ ਹੈ ਕਿ ਮੈਂ ਬਾਹਰ ਜਾਊਂਗੀ, ਉਹ ਪੋਜ਼ਿਟਿਵ ਔਰਾ ਕ੍ਰੀਏਟ ਹੋਣਾ ਸ਼ੁਰੂ ਹੋ ਜਾਂਦਾ। ਨਹੀਂ, ਜਿੱਦ ਵੀ ਹੋ ਜਾਂਦੀ, ਕਈ ਵਾਰੀ ਪੋਜ਼ਿਟਿਵ ਹੁੰਦਾ। ਜੇ ਗ੍ਰਹਿ 2-3 ਪ੍ਰਕਾਰ ਦੇ ਹੁੰਦੇ, ਜੇ ਤੁਸੀਂ ਕਿਸੇ ਤੁਹਾਡਾ ਬੈਸਟ ਫਰੈਂਡ ਚਲੇਗੀ ਬਾਹਰ, ਤੁਸੀਂ ਉਹਨੂੰ ਦੇਖੋ ਦੇਖ ਜਾ ਰਹੇ ਹੋ, ਉਹ ਗੱਲ ਹੋਰ ਹੈ। ਜੇ ਤੁਹਾਡਾ ਆਟੋਮੈਟਿਕਲੀ ਤੁਹਾਡੇ ਮਨ ਦੇ ਵਿੱਚੋਂ ਆਈ ਹੈ ਚੀਜ਼ ਕਿ ਹਾਂਜੀ ਮੈਨੂੰ ਬਾਹਰ ਜਾਣਾ ਚਾਹੀਦਾ, ਮੈਨੂੰ ਇੱਥੇ ਕੁਛ ਨਹੀਂ ਦਿਖਦਾ ਪਿਆ, ਤੁਸੀਂ ਇੱਥੇ ਬਹੁਤ ਟਰਾਈਜ਼ ਕਰ ਲਈਆਂ, ਬਹੁਤ ਕੁਛ ਕਰਕੇ ਦੇਖ ਲਿਆ, ਕਦੇ ਕਿੱਥੇ ਜੋਬ ਕਰੇ, ਕਿੱਥੇ ਆਪਣਾ ਬਿਜ਼ਨਸ ਸਟਾਰਟ ਕਰਕੇ ਦੇਖ ਲਿਆ, ਤੁਹਾਨੂੰ ਕਿਸੇ ਪਾਸੇ ਕੁਛ ਰਸਤਾ ਨਹੀਂ ਦਿਖਦਾ ਪਿਆ। ਫਿਰ ਤੁਸੀਂ ਸੋਚਦੇ ਕਿ ਯਾਰ ਮੈਂ ਇੱਥੇ ਨਹੀਂ, ਮੈਂ ਚਲੋ ਕਿੱਥੇ ਹੋਰ ਟਰਾਈ ਕਰਕੇ ਦੇਖਦੀ ਹਾਂ।
ਮਤਲਬ ਇੱਦਾਂ ਦਾ ਬੰਦਾ ਜਦੋਂ ਦੇਖਦਾ ਬੰਦੇ ਨੂੰ ਹੌਲੀ ਹੌਲੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਮੈਨੂੰ ਕੀ ਕਰਨਾ ਚਾਹੀਦਾ। ਇਸ ਲਈ ਅਸੀਂ ਕਹਿੰਦੇ ਹਾਂ ਕਿ ਤੁਸੀਂ ਇੰਨੀਆਂ ਟਰਾਈ ਇੰਨਾ ਟਾਈਮ ਵੇਸਟ ਕਰਨ ਦੀ ਬਜਾਏ ਤੁਸੀਂ ਇੱਕ ਆ ਕੇ ਆਪਣਾ ਟੇਬਲ ਜਸਟ ਤੁਸੀਂ ਡੇਟ ਓਵਰ ਟਾਈਮ ਓਵਰ ਪਲੇਸ ਓਵਰ ਦੇਣੀ ਹੈ, ਤੁਹਾਨੂੰ ਉੱਥੋਂ ਜੇ ਤੁਹਾਨੂੰ ਹੈਲਪ ਮਿਲ ਰਹੀ ਹੈ ਤੇ ਇਹਦੇ ਵੀ ਤੁਹਾਨੂੰ ਨੁਕਸਾਨ ਕੀ ਹੈ। ਅੱਛਾ, ਟੇਵੇ ਦਾ ਜ਼ਿਕਰ ਹੋਇਆ, ਟੇਵਾ ਬਣਵਾਉਂਦੇ ਨੇ ਲੋਕ, ਟੇਵਾ ਤਾਂ ਆਪਾਂ ਉਦੋਂ ਟੇਵਾ ਪ੍ਰੈਡਿਕਟ ਕਰ ਲੈਂਦਾ ਫੋਰ ਅ ਲਾਈਫ ਟਾਈਮ ਜਾਂ ਉਹਦੇ ਵੀ ਅਲੱਗ ਅਲੱਗ ਹੁੰਦਾ? ਅੱਛਾ, ਓਕੇ, ਤਾਂ ਤੁਹਾਨੂੰ ਦੱਸਿਆ ਨਾ ਮੈਂ ਕਿ ਹੁੰਦੀ ਜਨਮ ਕੁੰਡਲੀ, ਜਨਮ ਕੁੰਡਲੀ ਇੱਕ ਅਲੱਗ ਹੈ, ਉਹ ਲਾਈਫ ਟਾਈਮ ਉਦਾਂ ਦੀ ਉਦਾਂ ਹੀ ਰਹਿਣੀ। ਜਿੱਦਾਂ ਜਨਮ ਕੁੰਡਲੀ ਲਿਖਿਆ ਗਿਆ ਕਿ ਇਹ ਬੰਦਾ ਮੰਗਲੀਕ ਹੈ, ਉਹ ਮੰਗਲੀਕ ਹੀ ਰਹੇਗਾ ਲਾਈਫ ਟਾਈਮ। ਇੱਕ ਹੁੰਦਾ ਆਂਸ਼ਿਕ ਮੰਗਲੀਕ, ਕੱਚਾ ਮੰਗਲੀਕ, 27 ਸਾਲ ਜਿਹਨੂੰ ਆਪਾਂ ਕਹਿੰਦੇ ਹਾਂ ਮੰਗਲੀਕ, ਕੱਚਾ ਪੱਕਾ ਦੋ ਮੰਗਲੀਕ ਹੁੰਦੇ। ਹੁਣ ਉਹ ਜਦੋਂ ਲਿਖਿਆ ਗਿਆ ਲਾਈਫ ਦੇ ਵਿੱਚ ਕਿ ਬੰਦਾ ਪੱਕਾ ਮੰਗਲੀਕ ਹੈ ਤੇ ਜਿੱਦਾਂ ਜਨਮ ਕੁੰਡਲੀ 'ਚ ਲਿਖਿਆ ਗਿਆ, ਉਹਨੂੰ ਨਹੀਂ ਚੇਂਜ ਕਰ ਸਕਦਾ ਕੋਈ, ਉਹਦੇ ਉਪਾਅ ਹੋ ਸਕਦੇ ਆ। ਹੁਣ ਉਸ ਤੋਂ ਬਾਅਦ ਆਉਂਦੀ ਵਰਸ਼ਫਲ, ਹਰ ਸਾਲ ਦੀ ਕੁੰਡਲੀ, ਹਰ ਸਾਲ ਦੀ ਕੁੰਡਲੀ ਅਲੱਗ ਹੈ। ਜੇ ਤੁਹਾਨੂੰ ਦੱਸਿਆ ਕਿ ਮਤਲਬ ਜਿੱਦਾਂ ਜਿਹਦਾ ਬਰਥਡੇ ਆ ਉਸ ਹਿਸਾਬ ਨਾਲ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਉਦਾਂ ਆਉਂਦੀ ਮੰਥ ਦੀ ਕੁੰਡਲੀ। ਅੱਛਾ, ਇਸ ਤੋਂ ਬਾਅਦ ਹੁਣ ਮੇਰੇ ਤੋਂ ਕਈ ਬਿਜ਼ਨਸਮੈਨ ਆਉਂਦੇ ਆ, ਉਹਨਾਂ ਦੀ ਮੀਟਿੰਗਸ ਹੁੰਦੀਆਂ, ਉਸ ਤੋਂ ਬਾਅਦ 1 ਆਰ ਦੀ ਕੁੰਡਲੀ ਵੀ ਹੁੰਦੀ ਹੈ, ਇੱਕ ਦਿਨ ਦੀ ਕੁੰਡਲੀ ਵੀ ਹੁੰਦੀ ਹੈ, ਸਾਰੀਆਂ ਅਲੱਗ ਅਲੱਗ ਕੁੰਡਲੀਆਂ। ਅੱਛਾ, ਕੰਮ ਬਣਦੇ ਬਣਦੇ ਕਈ ਵਾਰੀ ਜਦੋਂ ਖਰਾਬ ਹੋ ਜਾਂਦੇ ਜੀ, ਉਹ 'ਚ ਰਾਹੂ ਗ੍ਰਹਿ ਵੀ, ਤੁਹਾਨੂੰ ਦੱਸਾਂ ਤੁਸੀਂ ਰਾਹੂ ਗ੍ਰਹਿ ਮਤਲਬ ਰਾਹੂ ਗ੍ਰਹਿ ਬਹੁਤ ਜ਼ਿਆਦਾ ਡਿਸਟਰਬ ਕਰਦਾ ਕੰਮ ਬੰਦੇ ਬੰਦੇ ਵਿਗੜਨ 'ਚ। ਇੱਕ ਤਾਂ ਹੁੰਦਾ ਰਾਹੂ ਗ੍ਰਹਿ, ਦੂਜੀ ਹੁੰਦੀ ਨਜ਼ਰ ਦੋਸ਼। ਜਦੋਂ ਬੰਦੇ ਨੂੰ ਨਜ਼ਰ ਦੋਸ਼ ਲੱਗਦੀ ਹੈ ਤੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਤੇ ਸਾਰੇ ਕੰਮ ਬੰਦੇ ਬੰਦੇ ਜਿਹੜੇ ਨਾ ਵਿਗੜ ਜਾਂਦੇ ਆ। ਨਜ਼ਰ ਦੋਸ਼ ਦੋ ਟਾਈਪ ਦੀ ਹੁੰਦੀ ਹੈ, ਇੱਕ ਹੁੰਦੀ ਹੈ ਨੋਰਮਲ ਨਜ਼ਰ, ਜਿੱਦਾਂ ਮੰਨ ਲਓ ਕੋਈ ਬੱਚਾ ਜਾਂ ਕੋਈ ਵੀ ਮਤਲਬ ਕਾਫੀ ਅੱਛੇ, ਹੁਣ ਕਿਸੇ ਫੈਮਿਲੀ ਦੇ ਵਿੱਚ ਕੋਈ ਬੱਚਾ ਸੀਗਾ ਉਹ ਬਾਹਰ ਚਲਾ ਗਿਆ, ਹੁਣ ਉਹਦੇ ਕਈ ਲੋਕ ਹਾਈ ਲਾ ਲੈਂਦੇ ਯਾਰ ਉਹ ਚਲ ਗਿਆ ਆਪਾਂ ਇੱਥੇ ਬੈਠੇ ਹਾਂ ਜਾਂ ਇੱਦਾਂ, ਮਤਲਬ ਇੱਕ ਹੁੰਦੀ ਜਨਰਲ ਜਨਰਲ ਜਿਹੜੀ ਹੁੰਦੀ ਹੈ, ਇੱਕ ਹੁੰਦੀ ਸਪੈਸੀਫਿਕ ਕਿਸੇ ਨੇ ਕਰਾਈ ਹੋਈ ਉਹਨੂੰ ਰੋਕਣ ਵਾਸਤੇ, ਉਹ ਵੀ ਨਜ਼ਰ ਹੁੰਦੀ ਹੈ, ਉਹ ਵੀ ਨਜ਼ਰ ਹੁੰਦੀ। ਅੱਛਾ, ਬਲੈਕ ਮੈਜਿਕ ਅਲੱਗ ਹੁੰਦਾ, ਨਜ਼ਰ ਅਲੱਗ ਹੁੰਦੀ ਹੈ, ਵਸ਼ੀਕਰਨ ਅਲੱਗ ਹੁੰਦਾ, ਸਭ ਚੀਜ਼ਾਂ ਨੂੰ ਮਿਕਸ ਨਹੀਂ ਕਰ ਸਕਦੇ। ਨਜ਼ਰ ਵੀ ਮਤਲਬ ਹਾਂ, ਕਹਿੰਦੇ ਨਜ਼ਰ ਪੱਥਰ ਪਾੜ ਦਿੰਦੀ ਹੈ। ਹਾਂਜੀ, ਮੈਂ ਦੱਸਣਾ ਚਾਹੁੰਦੀ ਹਾਂ, ਉਹਨਾਂ ਨੂੰ ਪਤਾ ਮੈਨੂੰ ਇੱਥੇ ਬਿਲੀਵ ਕਰਨਗੇ ਕਿ ਨਹੀਂ ਕਰਨਗੇ, ਬਾਕੀ ਵੀ ਬੈਠੇ ਮੈਂ ਜ਼ਰੂਰ ਦੱਸੂਗੀ। ਜਿਹੜਾ ਈਵਲ ਆਈ ਪਾਉਂਦੇ ਹਾਂ ਆਪਾਂ, ਉਹ ਵਾਕਈ ਨਜ਼ਰ ਤੋਂ ਬਚਾਉਂਦੀ ਹੈ? ਈਵਲ ਆਈ ਹੁਣ ਦੇਖੋ ਬਣ ਗਿਆ, ਅੰਗਰੇਜ਼ਾਂ ਨੇ ਬਣਾਈ ਹੈ, ਉਹਨਾਂ ਨੇ ਕਿਸੇ ਚੀਜ਼ ਨੂੰ ਦੇਖ ਕੇ ਬਣਾਈ ਹੈ ਈਵਲ ਆਈ, ਕਿਉਂਕਿ ਮੈਨੂੰ ਮੈਨੂੰ ਪਤਾ ਉਹ ਜੋ ਕੰਬੀਨੇਸ਼ਨ ਹੈ। ਹਾਂ, ਈਵਲ ਆਈ ਹੁੰਦੀ ਬਲੂ ਕਲਰ, ਬਲੂ ਰੰਗ ਦੀ, ਉਹਦੇ ਵਿੱਚ ਅੰਦਰ ਕੀ ਹੁੰਦਾ, ਬਲੈਕ ਕਲਰ ਵੀ ਹੁੰਦਾ, ਸਕਾਈ ਬਲੂ ਹੁੰਦਾ, ਵਾਈਟ ਕਲਰ ਹੁੰਦਾ, ਇਹ ਗ੍ਰਹਿਾਂ ਦਾ ਕੰਬੀਨੇਸ਼ਨ ਹੈ, ਚਾਹੇ ਉਹਨਾਂ ਨੇ ਉਦਾਂ ਹੀ ਬਣਾਈ ਹੋਵੇ ਉਹ ਚੀਜ਼ ਵਰਕ ਕਰਦੀ। ਮੈਂ ਤੁਹਾਨੂੰ ਇਹ ਦੱਸਣ ਲੱਗੀ ਸੀ, ਮੈਂ ਤਾਂ ਹੀ ਕਿਹਾ ਪਤਾ ਨਹੀਂ ਤੁਸੀਂ ਸਾਰੇ ਬਿਲੀਵ ਕਰੋਗੇ ਜਿੰਨੇ ਵੀ ਬੈਠੇ ਕਿ ਨਹੀਂ ਬਿਲੀਵ ਕਰੋਗੇ। ਇੱਕ ਵਾਰੀ ਮੈਂ ਵੈਡਿੰਗ 'ਤੇ ਗਈ ਸੀ ਕਿਸੇ ਦੇ, ਅਤੇ ਉੱਥੇ ਮੈਂ ਮੈਨੂੰ ਨਾ ਈਵਲ ਮੈਨੂੰ ਵੀ ਕਿਸੇ ਨੇ ਮਤਲਬ ਮੇਰੇ ਮਦਰ ਇਨ ਲਾਅ ਕਹਿੰਦੇ ਸੀ ਕਿ ਤੁਹਾਨੂੰ ਨਜ਼ਰ ਖੁਸ਼ੀ ਲੱਗਦੀ ਹੈ, ਅਤੇ ਮੈਂ ਉਹ ਪਾਈ ਹੋਈ ਸੀ, ਅਤੇ ਜਿਸ ਵਿਆਹ 'ਤੇ ਅਸੀਂ ਗਏ ਸੀ ਨਾ, ਤੁਸੀਂ ਮੰਨੋਗੇ ਨਾ ਉਹ ਕਿਸੇ ਚੀਜ਼ 'ਚ ਫਸਿਆ ਨਾ ਉਹ ਉਹਨੂੰ ਮੈਂ ਛੇੜਿਆ, ਉਹ ਟੁੱਟ ਗਿਆ। ਬਿਲਕੁਲ, ਇਹ ਪੋਸੀਬਲ ਹੋ ਜਾਂਦਾ ਜੋ ਨਜ਼ਰ ਜ਼ਰਾ ਲੱਗਦੀ ਹੈ ਉਹ ਟੁੱਟ ਜਾਂਦੀ ਚੀਜ਼ਾਂ। ਉਹ ਜਦੋਂ ਉਹ ਟੁੱਟੀ ਨਾ, ਫਿਰ ਮੈਨੂੰ ਬਿਲੀਵ ਹੋਇਆ ਕਿ ਹਾਂ ਮੇਰੀ ਮਤਲਬ ਕਿ ਮੇਰੇ ਘਰ ਦੇ ਸੱਚ ਕਹਿੰਦੇ ਨੇ ਕਿ ਸ਼ਾਇਦ ਮੈਨੂੰ ਨਜ਼ਰ ਜ਼ਿਆਦਾ ਲੱਗਦੀ ਹੈ, ਮੈਂ ਉਸ ਚੀਜ਼ 'ਤੇ ਫਿਰ ਬਿਲੀਵ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਮੈਨੂੰ ਵੀ ਐਂ ਲੱਗਦਾ ਹੁੰਦਾ ਸੀ ਕਿ ਨਜ਼ਰ ਕੋਈ ਕਿੱਦਾਂ ਲਾ ਸਕਦਾ ਜਾਂ ਕਿੱਦਾਂ ਨਹੀਂ, ਨਾ ਇਹ ਪੋਸੀਬਲ ਹੈ ਜੀ, ਪੋਸੀਬਲ 100% ਰੀਅਲ ਹੈ, ਨਜ਼ਰ ਲੱਗਦੀ ਹੈ, ਬਹੁਤ ਲੋਕਾਂ ਨੂੰ ਲੱਗਦੀ ਹੈ। ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਹੋ ਗਈ ਹੈ, ਕਿਉਂ? ਕਿਉਂਕਿ ਸੋਸ਼ਲ ਮੀਡੀਆ 'ਤੇ ਅਸੀਂ ਮਿੰਟ ਤੋਂ ਪਹਿਲਾਂ ਪੋਸਟ ਕਰ ਦਿੰਦੇ ਕੋਈ ਵੀ ਚੀਜ਼। ਬਿਲਕੁਲ, ਲੋਕਾਂ ਜਿੱਦਾਂ ਹੁਣ ਕਈ ਲੋਕ ਨਾ ਜਿੱਦਾਂ ਮਤਲਬ ਕਾਫੀ ਸੁਧਾਰ ਕਰ ਲਿਆ ਉਹਨਾਂ ਨੇ, ਉਹ ਇੱਦਾਂ ਕਰਦੇ ਆ ਕਿ ਜਿੱਦਾਂ ਬਾਹਰ ਜਾਣਾ ਫੋਰ ਜਾਂ ਕਿੱਥੇ ਵੀ ਜਾਣਾ, ਉਹਨੇ ਕੋਈ ਚੀਜ਼ ਲੈਣੀ ਕੁਛ ਵੀ ਲੈਣਾ, ਉਹ ਕਿਸੇ ਨੂੰ ਬਹੁਤ ਘੱਟ ਦੱਸਦੇ ਆ, ਉਹ ਸਿੱਧਾ ਪੋਸਟ ਕਰਦੇ ਆ। ਹਾਂਜੀ, ਤੇ ਇਹਨੂੰ ਰੋਕਿਆ ਕਿਵੇਂ ਜਾ ਸਕਦਾ, ਕੋਈ ਉਪਾਏ ਤਾਂ? ਇਹਨੂੰ ਰੋਕਿਆ ਇੱਦਾਂ ਜਾ ਸਕਦਾ, ਮੈਂ ਜਰਨਲ ਉਪਾਏ ਦੱਸ ਦਿੰਦਾ ਇਹਦੇ ਵਿੱਚ। ਇੱਕ ਹੁੰਦੀ ਜਰਨਲ ਜਿਹੜੀ ਮੈਂ ਕਹਿ ਲਓ ਕਿ ਜੇ ਇੰਨਾ ਤੁਹਾਨੂੰ ਫਰਕ ਨਹੀਂ ਮਿਲਦਾ, ਫਿਰ ਆਪਾਂ ਦੂਜੀ ਨਜ਼ਰ ਉਹਦੇ ਵਾਸਤੇ ਹਵਨ ਵਗੈਰਾ ਹੁੰਦੇ ਆ। ਅੱਛਾ, ਜਰਨਲ ਨਜ਼ਰ ਕਿੱਦਾਂ ਉਤਾਰਨੀ ਉਹਦੇ ਵਾਸਤੇ ਤੁਸੀਂ ਕਾਪੀ ਪੈਨਸਿਲ ਲੈ ਕੇ ਨੋਟ ਕਰ ਸਕਦੇ ਹੋ ਸਾਰੇ ਜਾਣੇ। ਆਪਾਂ 11 ਮਿਰਚਾਂ ਲੈਣੀਆਂ ਲਾਲ ਡੰਡੀ ਵਾਲੀਆਂ, 100 ਗ੍ਰਾਮ ਰਾਈ,
100 ਗ੍ਰਾਮ ਪੀਲੀ ਸਰਸੋਂ, 2000 ਪੀਸ ਜਿਹੜੇ ਦਾਣੇ ਦੇ ਲੈਣੇ ਆਪਾਂ ਲੌਂਗ ਦੇ, ਠੀਕ ਹੈ ਜੀ। ਚਾਏ ਪੱਤੀ ਲੈ ਲਓ, ਜੇ ਇੰਡੀਆ ਵਿੱਚ ਈਜ਼ੀਲੀ ਲੁਬਾਨ ਮਿਲ ਜਾਂਦੀ ਹੈ, ਇੱਕ ਲੁਬਾਨ ਹੁੰਦੀ 30 ਰੁਪਏ ਦੀ ਟਿੱਕੀ ਆਉਂਦੀ ਹੈ। ਅੱਛਾ, ਠੀਕ ਹੈ ਜੀ। ਉਹਨਾਂ ਸਭ ਚੀਜ਼ਾਂ ਨੂੰ ਲੈ ਕੇ ਪੀਸ ਕੇ ਇੱਕ ਥਾਲੀ 'ਚ, ਪਲੇਟ 'ਚ, ਕਿਸੇ ਚੀਜ਼ 'ਚ ਵੀ ਆਪਾਂ ਇਕੱਠਾ ਕਰ ਲੈਣਾ, ਉਹ 'ਚ ਸਰਸੋਂ ਦਾ ਤੇਲ ਐਡ ਆਨ ਕਰਨਾ, ਉਹਨੂੰ ਚੰਗੀ ਤਰ੍ਹਾਂ ਆਪਾਂ ਮਿਲਾ ਲੈਣਾ। ਮਿਲਾ ਕੇ ਜਦੋਂ ਸੂਰਜ ਲਾਲ ਹੋਇਆ ਹੋਵੇ, ਅੱਛਾ, ਜਦੋਂ ਸਨਸੈਟ ਹੋਣ ਵਾਲਾ ਹੋਵੇ, ਹਾਲੇ ਹੋਇਆ ਨਾ ਹੋਵੇ, ਉਸ ਟਾਈਮ ਜਿਸ ਬੰਦੇ ਨੂੰ ਤੁਹਾਨੂੰ ਲੱਗਦਾ ਕਿ ਨਜ਼ਰ ਲੱਗੀ ਹੋਈ ਹੈ, ਉਸ ਪਰਸਨ ਤੋਂ ਐਂਟੀ ਕਲੋਕ ਵਾਈਜ਼ 11 ਵਾਰੀ ਘੁਮਾ ਕੇ ਚਲਦੀ ਹੋਈ ਅੱਗ ਦੇ ਵਿੱਚ ਸਿੱਟਣਾ। ਅੱਛਾ, ਇਹ ਤੁਸੀਂ ਮੰਗਲਵਾਰ ਔਰ ਸ਼ਨੀਵਾਰ ਕਰਨਾ ਕਰਨਾ ਉਦੋਂ ਤੱਕ ਜਦ ਤੱਕ ਤੁਹਾਨੂੰ ਉਹਦੀ ਸਮੈਲ ਆਉਣੀ ਸ਼ੁਰੂ ਹੋ ਜਾਵੇ, ਜਦੋਂ ਮਿਰਚਾਂ ਤੁਹਾਨੂੰ ਗਲ 'ਚ ਲੱਗਣੀ ਨਾ ਸ਼ੁਰੂ ਹੋ ਜਾਵੇ, ਪਹਿਲੀ ਵਾਰ 'ਚ ਲੱਗਣੀ ਸ਼ੁਰੂ ਹੋ ਗਈ, ਮੰਨ ਲਓ ਤੁਹਾਡੀ ਨਜ਼ਰ ਉਤਰ ਗਈ, ਅੱਛਾ, ਦੂਜੀ ਵਾਰੀ, ਤੀਜੀ ਵਾਰੀ, ਚੌਥੀ ਵਾਰੀ ਤੁਸੀਂ ਕਰੀ ਜਾਣਾ, ਤੁਹਾਨੂੰ ਲੱਗਦਾ ਕਿ ਅਸੀਂ ਕਰੀ ਜਾਂਦੇ ਹਾਂ ਤਾਂ ਵੀ ਤੁਹਾਡੇ ਕੰਮ ਨਹੀਂ ਬਣਦੇ ਪਏ, ਸਮੈਲ ਵੀ ਆਉਣੀ ਸ਼ੁਰੂ ਹੋ ਗਈ, ਉਸ ਤੋਂ ਬਾਅਦ ਵੀ ਸਾਡੇ ਕੰਮ ਨਹੀਂ ਬਣ ਰਹੇ, ਉਹਦਾ ਕਾਰਨ ਇਹੀ ਹੈ ਕਿ ਤੁਹਾਨੂੰ ਪੱਕੀ ਨਜ਼ਰ ਲੱਗੀ, ਤੁਹਾਡਾ ਇੰਨਾ ਹੱਲ ਨਹੀਂ ਹੋਣਾ, ਫਿਰ ਤੁਹਾਨੂੰ ਹਵਨ ਵਗੈਰਾ ਕਰਵਾਉਣੇ ਪੈਣੇ ਆ। ਹਵਨ ਵਗੈਰਾ ਵੀ ਕਰਾਉਣੇ ਪੈਂਦੇ, ਇਹ 'ਚ ਪੂਜਾ ਹੁੰਦੀ ਹੈ, ਇਹ 'ਚ ਬਹੁਤ ਜ਼ਿਆਦਾ ਹੈਲਪ ਮਿਲਦੀ ਮਾਤਾ ਮੰਗਲਾ ਮੁਖੀ ਦੀ, ਅੱਛਾ, ਪੰਚਮੁਖੀ ਬਾਲਾ ਜੀ ਦੀ, ਕਾਲੀ ਮਾਤਾ ਦੀ, ਇਹਨਾਂ ਦੇ ਬਹੁਤ ਜ਼ਿਆਦਾ ਹਵਨ ਹੁੰਦੇ ਇਸ ਚੀਜ਼ ਦੇ ਵਿੱਚ, ਅਸੀਂ ਖੁਦ ਕਰਦੇ ਹਾਂ। ਅੱਛਾ, ਜਿਹੜੇ ਮੂਲ ਅੰਕ ਹੁੰਦੇ ਨੇ ਕਿੰਨੇ ਹੁੰਦੇ ਨੇ, ਇੱਕ ਤੋਂ ਲੈ ਕੇ ਮੰਗਲੀਕ ਨਹੀਂ, ਮੂਲ ਅੰਕ ਜਿਹੜੇ ਕਹਿੰਦੇ ਇੱਕ ਨੰਬਰ, ਦੋ ਨੰਬਰ, ਹਾਂ, ਨਿਊਮਰੋਲੋਜੀ ਦੇ ਵਿੱਚ ਜਿਹੜੇ ਹੁੰਦੇ। ਅੱਛਾ, ਹੋਰੋਸਕੋਪ ਵਾਲੇ ਪਹਿਲਾਂ ਪੁੱਛਦੇ ਆ, ਤੁਸੀਂ ਦੱਸ ਰਹੇ ਸੀ ਫੇਸ ਰੀਡਿੰਗ, ਹੈਂਡ ਰੀਡਿੰਗ, ਹੋਰੋਸਕੋਪ ਹੁੰਦਾ, ਇਹ ਸਾਰੀਆਂ ਚੀਜ਼ਾਂ ਅਲੱਗ ਅਲੱਗ ਨੇ, ਅਲੱਗ ਅਲੱਗ ਡਿਫਰੈਂਟ ਡਿਫਰੈਂਟ ਆ, ਹਨਾ, ਸੋ ਡਿਫਰੈਂਸ ਤਾਂ ਨਹੀਂ, ਤੇ ਹੁਣ ਜਿੱਦਾਂ ਮੂਲ ਅੰਕ ਵੱਲ ਚਲੇ ਜਾਵਾਂ ਜਾਂ ਹੋਰੋਸਕੋਪ ਵੱਲ ਚਲੇ ਜਾਵਾਂ, ਉਹ ਕਿੰਨੀਆਂ ਕੁ ਵਰਕ ਕਰਦੀਆਂ ਨੇ ਤੁਹਾਡੇ ਲਈ? ਉਹ ਦੇਖੋ ਜਨਰਲ ਚੀਜ਼ਾਂ ਹੋ ਗਈਆਂ, ਜਿੱਦਾਂ ਹੁਣ ਹਰ ਬੰਦੇ ਦਾ 11 ਨੂੰ ਜਨਮ ਦਿਨ ਆ, 12 ਨੂੰ ਜਨਮ ਦਿਨ ਆ, ਉਹਦਾ ਜਿੱਦਾਂ 12 ਵਾਲਾ ਹੈ, 1+2=3, 3 ਬਣ ਗਿਆ, ਤੇ ਉਹਦਾ ਹਰ ਕਿਸੇ ਦਾ 3 ਬਣ ਜੂਗਾ, ਸਭ ਦੇ ਲਈ ਕੋਮਨ ਆ। ਅੱਛਾ, ਉਹ ਇੰਨਾ ਕਹਿ ਲਓ ਕਿ ਇਫੈਕਟਿਵ ਨਹੀਂ ਹੈਗਾ, ਉਹ ਸਭ ਵਾਸਤੇ ਕੋਮਨ ਆ। ਜਿੱਦਾਂ ਕਹਿੰਦੇ ਨਾ ਕਿ ਜਿਹੜਾ ਰਾਸ਼ੀ ਫੈਲਾਉਂਦਾ ਹੁੰਦਾ ਸੀ ਅਖਬਾਰ ਦੇ ਵਿੱਚ, ਅੱਜ ਕੱਲ੍ਹ ਇੰਟਰਨੈਟ ਦੇ ਵਿੱਚ ਆਉਂਦਾ, ਉਹ ਸਾਰੇ ਪੜ੍ਹਦੇ ਉਹਨੂੰ, ਉਹ 'ਚ 10 ਕੁ ਬੰਦੇ ਰਿਲੇਟ ਕਰ ਲੈਣਗੇ, ਜਿਹੜੇ ਬਾਕੀ ਜਿਹੜੇ ਪੜ੍ਹਦੇ ਪਏ 90 ਬੰਦੇ, ਉਹਨਾਂ ਨੂੰ ਰਿਲੇਟ ਨਹੀਂ ਹੋਣਾ, ਕਿਉਂਕਿ ਉਹ ਜਰਨਲ ਜਰਨਲ ਹੈ। ਆਪਾਂ ਨੂੰ ਇਹ ਚੀਜ਼ ਚਾਹੀਦੀ ਹੈ ਕਿ ਆਪਾਂ ਸਪੈਸੀਫਿਕ ਆਪਣੀ ਕੁੰਡਲੀ ਦੇ ਵਿੱਚੋਂ ਹੀ ਚੀਜ਼ ਕਰੀਏ, ਤੇ ਉਹਦਾ ਬੈਨੀਫਿਟ ਜ਼ਿਆਦਾ ਮਿਲੂਗਾ। ਮਤਲਬ ਤੁਹਾਨੂੰ ਆਪਣੀ ਡੇਟ ਆਫ ਬਰਥ, ਟਾਈਮ ਆਫ ਬਰਥ, ਟਾਈਮ ਆਫ ਬਰਥ, ਪਲੇਸ ਆਫ ਬਰਥ, ਪਲੇਸ ਆਫ ਬਰਥ ਦੱਸ ਕੇ ਹੀ ਤੁਹਾਨੂੰ ਪਤਾ ਲੱਗੇਗਾ, ਬਾਕੀ ਸਾਰੀਆਂ ਚੀਜ਼ਾਂ ਜਨਰਲ ਨੇ। ਬਿਲਕੁਲ, ਹਨਾ, ਵੀ ਇਹਨਾਂ ਦੇ ਲਈ ਮੈਂ ਤਾਂ ਹੀ ਕਹੂੰਗੀ, ਅਸੀਂ ਬੈਠੇ ਹਾਂ ਤਾਂ ਮੈਂ ਇਹਨਾਂ ਨੂੰ ਆਉਂਦੇ ਪੁੱਛਿਆ ਪਹਿਲਾਂ, ਮੈਂ ਕਿਹਾ ਵੀ ਮੇਰਾ ਔਰਾ ਕਿੱਦਾਂ ਦਾ ਸੀਗਾ ਜਦੋਂ ਮੈਂ ਐਂਟਰ ਕੀਤੀ। ਸੋ ਬਹੁਤ ਚੀਜ਼ਾਂ ਜ਼ਰੂਰੀ ਵੀ ਨੇ ਜਾਣਨੀਆਂ, ਹਨਾ, ਤੇ ਜ਼ਰੂਰੀ ਨੇ ਲਾਈਫ ਦੇ ਵਿੱਚ, ਇਹ ਚੀਜ਼ਾਂ ਬਹੁਤ ਜ਼ਿਆਦਾ ਇਫੈਕਟ ਕਰਦੀਆਂ, ਇਫੈਕਟ ਕਰਦੀਆਂ, ਬਿਲਕੁਲ। ਔਰ ਜੋ ਤੁਸੀਂ ਦੱਸ ਰਹੇ, ਮੈਨੂੰ ਲੱਗਦਾ ਵੀ ਸਾਰਿਆਂ ਨੂੰ, ਫਿਰ ਮੈਨੂੰ ਲੱਗਦਾ ਜੇ ਕਿਤੇ ਜਲੰਧਰ ਦੇ ਵਿੱਚ ਲੋੜ ਹੋਈ, ਵੈਸੇ ਆਪਾਂ ਕੰਟੈਕਟ ਨੰਬਰ ਵੀ ਦੇਵਾਂਗੇ, ਹਨਾ, ਤਰੁਣ ਜੀ ਦਾ ਵੀ ਤੁਸੀਂ ਕੰਟੈਕਟ ਜ਼ਰੂਰ ਕਰਿਓ, ਕਿਉਂਕਿ ਬਹੁਤ ਚੀਜ਼ਾਂ 'ਚ ਇੰਟਰਸਟ ਮੇਰਾ ਪੈ ਰਿਹਾ ਹੁਣ, ਮੈਂ ਜਦੋਂ ਜਿੱਦਾਂ ਜਿੱਦਾਂ ਪੁੱਛ ਰਹੀ ਹਾਂ। ਅੱਛਾ, ਜਦੋਂ ਨੇਮ ਅਲਫਾਬੈਟ ਦਾ, ਜਦੋਂ ਤੁਸੀਂ ਕਿਹਾ ਕਿ ਇਹ ਸਾਰੀਆਂ ਕਾਮਨ ਜਰਨਲ ਨੇ, ਹਨਾ, ਹੁਣ ਸੋਸ਼ਲ ਮੀਡੀਆ 'ਤੇ ਅਸੀਂ ਦੇਖਦੇ ਹਾਂ ਵੀ ਏ ਨਾਮ ਵਾਲੇ ਥੋੜ੍ਹੇ ਜ਼ਿੱਦੀ ਹੁੰਦੇ ਨੇ, ਬੀ ਨਾਮ ਵਾਲੇ ਥੋੜ੍ਹੇ ਰੋਮਾਂਟਿਕ ਹੁੰਦੇ, ਇੱਕ ਇਹ ਵੀ ਚੀਜ਼ਾਂ, ਇਹ 'ਚ ਵੀ ਦੋ ਚੀਜ਼ਾਂ ਆਉਂਦੀਆਂ। ਜਿੱਦਾਂ ਹੁਣ ਕਈ ਜਾਣੇ ਜਿਹੜੇ ਮਤਲਬ ਪੁਰਾਣੇ ਜਿਹੜੇ ਮਤਲਬ ਕਹਿ ਲਓ ਕਿ ਇਸ ਚੀਜ਼ ਨਾਲ ਜੁੜੇ ਹੋਏ ਆ, ਉਹ ਤਾਂ ਆਪਣੇ ਬੱਚਿਆਂ ਨੂੰ ਨਾਮ ਰੱਖਦੇ ਆ, ਕੁੰਡਲੀ ਦਿਖਾ ਕੇ ਅਕਸ਼ਰ ਕੱਟਦੇ ਆ, ਨਕਸ਼ੱਤਰ ਕੱਢਦੇ ਆ, ਉਹਦੇ ਵਿੱਚ ਦੇਖਦੇ ਆ ਕਿ ਰਾਸ਼ੀ ਕਿਹੜੀ ਆ, ਉਸ ਤਰ੍ਹਾਂ ਨਾਮ ਰੱਖਦੇ। ਕਈ ਹੁੰਦੇ ਜਿਹਨਾਂ ਨੂੰ ਪਹਿਲਾਂ ਹੀ ਮਾਂ ਬਾਪ ਨੇ ਸੋਚ ਲਿਆ ਹੁੰਦਾ ਕਿ ਅਸੀਂ ਆਪਣੇ ਬੱਚੇ ਦਾ ਇਹ ਨਾਮ, ਕੁੜੀ ਹੋਈ ਤਾਂ ਇਹ ਨਾਮ ਰੱਖਾਂਗੇ, ਮੁੰਡਾ ਹੋਏ ਤਾਂ ਇਹ ਨਾਮ ਰੱਖਾਂਗੇ, ਉਹਦੇ ਉਹਨਾਂ ਵਾਸਤੇ ਚੀਜ਼ ਲੀਜੀਬਲ ਨਹੀਂ ਹੈਗੀ। ਅੱਛਾ, ਹੁਣ ਅੱਛਾ ਜਿੱਦਾਂ ਹੁਣ ਮਤਲਬ ਮੰਨ ਲਓ ਵੀ ਮੈਂ ਆਪਦੇ ਘਰ ਦੇ ਵਿੱਚ ਬੱਚੇ ਦਾ ਨਾਮ ਬਿਨਾਂ ਕੁੰਡਲੀ ਦਿਖਾਏ ਰੱਖ ਦਿੱਤਾ ਜੀ, ਸੋ ਉਹਨਾਂ ਲਈ ਫਿਰ ਮਤਲਬ ਕਿ ਇਹ ਚੀਜ਼ਾਂ ਐਲੀਜੀਬਲ ਨਹੀਂ ਹੈਗੀ? ਕੁੰਡਲੀ ਦੀ ਰਾਸ਼ੀ ਹੋਰ ਹੋ ਜਾਏਗੀ, ਨਾਮ ਦੀ ਰਾਸ਼ੀ ਹੋਰ ਹੋ ਜਾਏਗੀ। ਅੱਛਾ, ਦੋਨੋਂ ਫਿਰ ਦੋ ਰਾਸ਼ੀਆਂ ਹੋਣਗੀਆਂ ਉਸ ਪਰਸਨ ਦੀਆਂ, ਕਿਉਂਕਿ ਪਹਿਲਾਂ ਜਦੋਂ ਜਨਮ ਹੋਇਆ ਉਸੀ ਟਾਈਮ ਉਹਦਾ ਟਾਈਮ ਓਵਰ ਡੇਟ ਓਵਰ ਦਾ ਸਭ ਕੁਛ ਨਿਕਲ ਆਉਣਾ ਕਿ ਉਸ ਬੰਦੇ ਦਾ ਕੀ ਸਾਰਾ ਕੁਛ ਹੈਗਾ, ਕੀ ਰਾਸ਼ੀ ਹੈ। ਜੇ ਆਪਾਂ ਉਹ ਨਾ ਰੱਖੀ ਤੇ ਫਿਰ ਕੱਲ ਨੂੰ ਜਦੋਂ ਆਪਾਂ ਵਿਆਹ ਕਰਨਾ, ਕੁੰਡਲੀ ਮੈਚ ਕਰਾਉਣੀ ਹੈ, ਕੁੰਡਲੀ ਮਿਲਾਉਣੀ ਹੈ, ਤੇ ਉਸ ਟਾਈਮ ਉਹ ਰਾਸ਼ੀ ਚੱਲੇਗੀ, ਨਾਮ ਵਾਲੀ ਰਾਸ਼ੀ ਨਹੀਂ ਚੱਲੇਗੀ।
ਹੁਣ ਨਾਮ ਚੇਂਜ ਆਪਾਂ ਕਈ ਵਾਰ ਕਹਿੰਦੇ ਕਿ ਨਾਮ ਚੇਂਜ ਕਰਾ ਦਿੰਦੇ ਹਾਂ, ਕਈ ਪਰਿਵਾਰ ਤੁਸੀਂ ਸੁਣਿਆ ਹੋਣਾ ਕਿ ਵਿਆਹ ਤੋਂ ਪਹਿਲਾਂ ਇਹ ਨਾਮ ਸੀ, ਹੁਣ ਵਿਆਹ ਤੋਂ ਬਾਅਦ ਇਹ ਨਾਮ ਰੱਖਤਾ। ਹਾਂਜੀ, ਉਹ ਗੁਣ ਹੁੰਦੇ ਆ, ਉਹ ਗੁਣ ਦੇ ਵਿੱਚ ਜਦੋਂ ਨਾਮ ਰਾਸ਼ੀ ਨਹੀਂ ਮਿਲਦੀ ਤੇ ਫਿਰ ਨਾਮ ਚੇਂਜ ਕਰਕੇ ਰੱਖ ਦਿੱਤਾ ਜਾਂਦਾ, ਫਿਰ ਉਹਨਾਂ ਦਾ ਹੁੰਦਾ। ਅੱਛਾ, ਬੇਬੀਜ਼ ਦਾ ਜ਼ਿਕਰ ਹੋਇਆ, ਮੈਂ ਬੇਬੀ ਦਾ ਯੋਗ ਨਾ ਹੋਣਾ ਜਾਂ ਹੋਣਾ ਇਹ ਕਿਵੇਂ ਪਤਾ ਲੱਗਦਾ? ਕੁੰਡਲੀ 'ਚ ਗ੍ਰਹਿ ਹੁੰਦੇ ਆ, ਹਸਬੈਂਡ ਵਾਈਫ ਦੀ ਕੁੰਡਲੀ ਦੇ ਵਿੱਚ ਗ੍ਰਹਿ ਦੇਖਣੇ ਹੁੰਦੇ ਆ, ਬੇਬੀ ਦਾ ਜਿਹੜਾ ਹੁੰਦਾ ਆ ਉਹ ਚੰਦਰਮਾ ਤੇ ਕੇਤੂ ਤੋਂ ਪਤਾ ਲੱਗਦਾ। ਸੋ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਹੋਣਗੇ ਜਿਹੜੇ ਬੱਚੇ ਲਈ, ਬੱਚੇ ਨੂੰ ਤਰਸਦੇ ਹੋਣਗੇ। ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਵੈਸੇ ਵੀ ਸਾਨੂੰ ਜੇ ਦੇਖ ਰਹੇ ਹੋਣਗੇ ਤਾਂ ਉਹ ਵੀ ਕਹਿੰਦੇ ਹੋਣਗੇ ਕਿ ਪੰਡਿਤ ਜੀ ਕੁਛ ਤਾਂ ਦੱਸ ਦਿਓ ਹਨਾ, ਵੀ ਬੇਬੀ ਨਹੀਂ ਹੋ ਰਿਹਾ, ਬੇਬੀ ਦਾ ਯੋਗ ਨਹੀਂ ਬਣ ਰਿਹਾ, ਮੈਡੀਕਲ ਇਸ਼ੂ ਆ ਜਾਂ ਕੀ ਹੈ। ਹਾਂ, ਇੱਥੇ ਦੇਖੋ ਜੇ ਤਾਂ ਮੈਡੀਕਲ ਇਸ਼ੂ ਹੈ ਫਿਰ ਤਾਂ ਤੁਹਾਡੀ ਆਪਾਂ ਹੈਲਪ ਕਰ ਸਕਦੇ ਹਾਂ, ਜਸਟ ਇੱਕ ਮਤਲਬ ਚਲੋ ਤੁਹਾਡਾ ਦਵਾਈਆਂ ਲੱਗਣੀ ਸ਼ੁਰੂ ਹੋ ਜਾਣ, ਤੁਹਾਨੂੰ ਜਿਹੜੇ ਪਰੇਸ਼ਾਨੀ ਆ ਰਹੀ ਹੈ ਉਹਦੇ ਵੀ ਤੁਹਾਨੂੰ ਥੋੜ੍ਹਾ ਜਿਹੀ ਹੈਲਪ ਮਿਲ ਜਾਏ, ਜਿੱਦਾਂ ਲੌਂਗ ਪੀਰੀਅਡ ਆ ਸਾਲ ਦਾ, ਡਾਕਟਰ ਨੇ ਕਹਿੰਦਾ ਸਾਲ ਭਰ ਦਵਾਈ ਖਾਣੀ ਪੈਣੀ ਹੈ, ਉਹਨੂੰ ਆਪਾਂ ਸ਼ੋਰਟ ਕਰ ਸਕਦੇ ਹਾਂ। ਜੇ ਤੁਹਾਡੀ ਮੈਡੀਕਲ ਰਿਪੋਰਟ ਵੀ ਓਕੇ ਹੈ, ਸਭ ਕੁਛ ਓਕੇ, ਸਭ ਕੁਛ ਠੀਕ ਹੈ, ਫਿਰ ਤੁਸੀਂ ਸਮਝ ਲਓ ਕਿ ਕੋਈ ਨਾ ਕੋਈ ਤੁਹਾਡੇ ਗ੍ਰਹਿਾਂ ਦੇ ਵਿੱਚ ਪ੍ਰੋਬਲਮ ਹੈ, ਨੰਬਰ ਇੱਕ। ਨੰਬਰ ਦੋ, ਕਿਸੇ ਦੀ ਕੋਈ ਨਾ ਕੋਈ ਹਰਕਤ ਹੈ। ਅੱਛਾ, ਬਹੁਤ ਕੇਸ ਦੇਖੇ ਹੈ ਮੈਂ, ਬਹੁਤ ਜ਼ਿਆਦਾ, ਥੋੜ੍ਹੇ ਨਹੀਂ, ਮਤਲਬ ਕਹਿ ਲਓ ਕਿ ਜੇ 100 ਟੇਵਾ ਮੇਰੇ ਕੋਲ ਆਵੇ ਨਾ, ਜੇ ਉਹਨਾਂ 'ਚ ਮਤਲਬ ਸਭ ਦੀ ਪ੍ਰੋਬਲਮ ਇਹੀ ਹੋਵੇ ਬੱਚੇ ਦੀ, ਅਤੇ 80 ਦੇ ਵਿੱਚੋਂ ਮੈਂ ਇਹੀ ਚੀਜ਼ਾਂ ਦੇਖੀਆਂ, ਕਿਸੇ ਨੇ ਉਹਨਾਂ ਦਾ ਕੰਮ ਖਰਾਬ ਕੀਤਾ ਹੁੰਦਾ, ਬਲੈਕ ਮੈਜਿਕ ਕੀਤਾ ਹੁੰਦਾ, ਕਿਸੇ ਦਾ ਉਹਨਾਂ ਦੀ ਕੁੱਖ ਬੰਨੀ ਹੁੰਦੀ ਹੈ, ਕੁਛ ਨਾ ਕੁਛ ਇੱਦਾਂ ਚੀਜ਼ਾਂ ਕੀਤੀਆਂ ਹੁੰਦੀਆਂ, ਅੱਜ ਕੱਲ੍ਹ ਇਹ ਚੀਜ਼ਾਂ ਕੋਮਨ ਹੋ ਗਈਆਂ ਬਹੁਤ ਜ਼ਿਆਦਾ। ਸੋ ਬੇਸਿਕਲੀ ਹੁਣ ਜੇ ਤੁਸੀਂ ਬਲੈਕ ਮੈਜਿਕ ਦਾ ਜ਼ਿਕਰ ਕਰ ਰਹੇ ਹੋ, ਬਲੈਕ ਮੈਜਿਕ ਬਹੁਤ ਉਸ ਚੀਜ਼ ਦਾ, ਕਿਉਂ? ਕਿਉਂਕਿ ਉਸ ਟਾਈਮ ਜਿਹੜੇ ਚੀਜ਼ਾਂ ਹੁੰਦੀਆਂ, ਨਕਸ਼ੱਤਰ ਜਿਹੜੇ ਹੁੰਦੇ, ਗ੍ਰਹਿ ਹੁੰਦੇ, ਨਕਸ਼ੱਤਰ ਗ੍ਰਹਿ ਜਿਹੜੇ, ਹਰ ਚੀਜ਼ ਇੱਕ ਚੀਜ਼ ਦਾ ਹੁੰਦਾ, ਟਾਈਮ ਪੀਰੀਅਡ ਹੁੰਦਾ। ਤੁਸੀਂ ਦੇਖੋਗੇ ਦੀਵਾਲੀ ਵਾਲੇ ਦਿਨ ਘਰਾਂ ਦੀ ਬਿੱਲੀਆਂ ਛੱਡ ਕੇ ਉਦਾਂ ਆਮ ਬਿੱਲੀਆਂ ਤੁਹਾਨੂੰ ਦਿਖਣੀਆਂ ਹੀ ਨਹੀਂ। ਛਿਪਕਲੀ ਦਿਖ ਜਾਂਦੀ ਹੈ ਜਾਂ ਬਿੱਲੀ ਦਿਖ ਜਾਂਦੀ ਹੈ, ਯੂ ਆਰ ਵੈਰੀ ਲੱਕੀ ਪਰਸਨ। ਕਿਉਂ? ਉਸੀ ਟਾਈਮ ਤੋਂ ਤੁਹਾਡਾ ਰਾਜ ਯੋਗ ਸ਼ੁਰੂ ਹੋ ਜਾਂਦਾ। ਬਲੈਕ ਮੈਜਿਕ ਦਾ ਜ਼ਿਕਰ ਕਰ ਰਹੇ ਹਾਂ ਅਸੀਂ, ਉਦੋਂ ਦੀਵਾਲੀ ਵਾਲੇ ਦਿਨ, ਤਿਉਹਾਰਾਂ ਵਾਲੇ ਦਿਨ ਜ਼ਿਆਦਾ ਇਫੈਕਟ ਕਰਦੀਆਂ ਨੇ, ਪਰ ਜੇ ਮੈਂ ਹੁਣ ਕਹਾਂ ਕਿ ਜਿੱਦਾਂ ਹੁਣ ਬਿੱਲੀ ਰਸਤਾ ਕੱਟ ਜਾਂਦੀ ਹੈ, ਇਹਨੂੰ ਵੀ ਬੁਰਾ ਮੰਨਿਆ ਜਾਂਦਾ, ਇਹ ਵੀ ਚੀਜ਼ਾਂ ਹੈਗੀਆਂ, ਮਤਲਬ ਹੁੰਦੀਆਂ ਕਿਤੇ ਨਾ ਕਿਤੇ ਨੈਗੇਟਿਵ ਚੀਜ਼ਾਂ ਹੁੰਦੀਆਂ ਇਹਲੀਆਂ, ਤੇ ਚ ਪੋਜ਼ਿਟਿਵ ਵੀ ਹੁੰਦੀਆਂ, ਨੈਗੇਟਿਵ ਵੀ ਹੁੰਦੀਆਂ। ਹੁਣ ਕਈ ਜਾਣਿਆਂ ਦਾ ਮਤਲਬ ਕਹਿ ਲਓ ਕਿ ਬਿਲੀਵ ਹੀ ਨਹੀਂ ਹੈਗਾ ਕਿ ਬਿੱਲੀ ਰਸਤਾ ਕੱਟ ਜਾਂਦੀ ਹੈ, ਉਹਨਾਂ ਨੂੰ ਕੋਈ ਇਫੈਕਟ ਨਹੀਂ ਕਰਦਾ। ਹੁਣ ਏਦਾਂ ਹੀ ਮੇਰਾ ਇੱਕ ਕੇਸ ਸੀਗਾ, ਤੇ ਉਹਨਾਂ ਦੀ ਫੈਕਟਰੀ ਸੀਗੀ ਲੁਧਿਆਣੇ ਦੇ ਵਿੱਚ, ਕਾਫੀ ਅੱਛੀ ਫੈਕਟਰੀ, ਉਹ ਬਿਲੀਵ ਨਹੀਂ ਕਰਦੇ ਸੀ ਇਸ ਚੀਜ਼ ਦੇ ਵਿੱਚ, ਤੇ ਉਹਨਾਂ ਦਾ ਸਵੇਰੇ ਸਵੇਰੇ ਉਹਨਾਂ ਨੇ ਜਾਣਾ ਸੀਗਾ, ਤੇ ਉਹ ਕਹਿੰਦੀ ਮੈਂ ਫੈਕਟਰੀ 'ਚ ਹੋ ਕੇ ਮੈਂ ਫੇਰ ਆਪਣੇ ਕੰਮ ਜਾਣਾ। ਤੜਕੇ ਅਰਾਊਂਡ ਉਹਨਾਂ ਨੇ ਦੱਸਿਆ ਸੀ ਮੈਨੂੰ, ਜੇ ਯਾਦ ਆ ਤੋਂ 5-7 ਸਾਲ ਪਹਿਲਾਂ ਦੀ ਗੱਲ ਹੋ ਗਈ, ਸਵੇਰੇ 6-7 ਵਜੇ ਬਿੱਲੀ ਰਸਤਾ ਕੱਟ ਗਈ, ਬਿਲਕੁਲ ਜੈੱਟ ਬਲੈਕ ਸੀ। ਤੇ ਉਹਨਾਂ ਨੂੰ ਹੈਗਾ ਚਲੋ ਕੋਈ ਗੱਲ ਨੀ, ਵਧੀਆ ਹੀ ਹੈ, ਲਕਸ਼ਮੀ ਜੀ ਦਾ ਉਹ ਹੈਗਾ ਤੇ ਵਧੀਆ ਹੀ ਹੋਊਗਾ, ਤੇ ਆਪਾਂ ਉਹ ਚੱਲ ਜਾਂਦੇ ਰਸਤਾ ਕੱਟ ਕੇ ਨਿਕਲ ਗਏ, ਚਲੇ ਗਏ ਉੱਥੇ, ਗਏ ਉਹਨਾਂ ਨੇ ਸਮਾਨ ਚੱਕਿਆ, ਸਭ ਕੁਛ ਚੱਕਿਆ, ਉਹਨਾਂ ਤੋਂ ਪਤਾ ਨੀ ਕੀ ਹੋ ਗਿਆ, ਉਹਨਾਂ ਨੇ ਜੋਤ ਬੱਤੀ ਕਰਨੀ ਹੋਣੀ ਉੱਥੇ, ਤੇ ਉਹਨਾਂ ਨੇ ਉਹ ਕੀਤੀ, ਤੇ ਉਸ ਤੋਂ ਬਾਅਦ ਉੱਥੇ ਹੀ ਉਸ ਜੋਤ ਨਾਲ ਹੀ ਫੈਕਟਰੀ ਦੇ ਵਿੱਚ ਅੱਗ ਲੱਗ ਗਈ। ਅੱਛਾ, ਉਸ ਦਿਨ ਤੋਂ ਬਾਅਦ ਉਹਨਾਂ ਨੇ ਬਹੁਤ ਬਿਲੀਵ ਕਰਨਾ ਸ਼ੁਰੂ ਕਰ ਦਿੱਤਾ, ਇਹ ਚੀਜ਼ਾਂ ਹੁੰਦੀਆਂ, ਮੰਨੋ ਤਾਂ ਸਭ ਕੁਛ, ਉਹ ਕਹਿੰਦੇ ਮੰਨੋ ਤਾਂ ਰੱਬ ਵੀ ਹੈ, ਨਾ ਮੰਨੋ ਤਾਂ ਕੁਛ ਨੀ ਹੈ। ਹਾਂ ਬਿਲਕੁਲ, ਮਤਲਬ ਮੈਂ ਹੁਣ ਮੈਂ ਵੀ
ਬਹੁਤ ਵਾਰੀ ਇੱਦਾਂ ਹੁੰਦਾ ਕਿ ਅਸੀਂ ਆਮ ਜ਼ਿੰਦਗੀ ਦੇ ਵਿੱਚ ਚੀਜ਼ਾਂ ਨਹੀਂ ਨੋਟਿਸ ਕਰਦੇ ਹਾਂ, ਨਹੀਂ ਬਿਲੀਵ ਕਰਦੇ। ਕਈ ਵਾਰੀ ਨਾ ਕਹਿ ਦਿੰਦੇ ਕਿ ਵਹਿਮ ਦੇ ਵਿੱਚ ਪਾਉਂਦੇ ਹਾਂ, ਅਸੀਂ ਵਹਿਮ ਦੇ ਵਿੱਚ ਨਹੀਂ ਪਾ ਰਹੇ, ਬਟ ਅਸੀਂ ਇਹ ਦੱਸ ਰਹੇ ਹਾਂ ਕਿ ਗ੍ਰਹਿ ਨਕਸ਼ਤਰ ਹੁੰਦੇ ਨੇ ਜਿਹਨਾਂ ਦੇ ਨਾਲ ਤੁਸੀਂ ਸੁਧਾਰ ਕਰ ਸਕਦੇ। ਇਹ ਨੌਲੇਜ ਹੈ, ਵਹਿਮ ਨਹੀਂ ਹੈ, ਜੋਤਿਸ਼ ਇੱਕ ਨੌਲੇਜ ਹੈ, ਸਟੱਡੀ ਹੈ, ਕੋਈ ਵੀ ਸਟੱਡੀ ਕਰ ਸਕਦਾ, ਲੇਕਿਨ ਸਟੱਡੀ ਕਰਨ ਅਲੱਗ ਹੈ, ਹੀਲ ਕਰਨ ਅਲੱਗ ਹੈ। ਜੋਤਿਸ਼ ਦੀ ਤੁਸੀਂ ਕੋਈ ਵੀ ਬੁੱਕ ਲੈ ਕੇ ਜੋ ਦੇਖੋ, ਤੁਹਾਡੇ ਆਪਣੇ ਗ੍ਰਹਿ ਤੁਸੀਂ ਖੋਲ ਲਓ, ਆਪਣੇ ਗ੍ਰਹਿ ਪੜ੍ਹਨੇ ਸ਼ੁਰੂ ਹੋ, ਤੁਹਾਨੂੰ ਆਪੇ ਪਤਾ ਲੱਗ ਜੂ ਵਹਿਮ ਥੋੜ੍ਹੀ ਹੈ। ਹੁਣ ਤੁਹਾਨੂੰ ਅਸੀਂ ਪ੍ਰਡਿਕਟ ਕਰ, ਤੁਹਾਨੂੰ ਮੈਂ ਦੱਸਿਆ ਨਾ ਕਿ ਬੰਦੇ ਨੂੰ ਮੈਂ ਪ੍ਰਡਿਕਟ ਕੀਤਾ ਸੀ ਤੁਹਾਡਾ 11 ਮਿੰਟ ਦਾ ਪੀਰੀਅਡ ਹੈ ਇੱਦਾਂ ਦਾ ਖਰਾਬ ਹੋਊਗਾ। ਹੁਣ ਉਹਨੇ ਇਹੀ ਸੋਚਿਆ ਸੀ ਕਿ ਪੰਡਿਤ ਜੀ ਵਹਿਮ 'ਚ ਪਾ ਰਹੇ, ਲੇਕਿਨ ਅਸੀਂ ਤੁਹਾਡੇ 'ਚ ਸੁਣਨ ਦੀ ਹਿੰਮਤ ਚਾਹੀਦੀ ਹੈ, ਅਸੀਂ ਗ੍ਰਹਿ ਪੜ੍ਹ ਕੇ ਤੁਹਾਨੂੰ ਸਭ ਕੁਝ ਦੱਸ ਸਕਦੇ ਹਾਂ। ਹੁਣ ਤੁਸੀਂ ਉਸ ਚੀਜ਼ ਨੂੰ ਨੈਗੇਟਿਵ ਲੈ ਕੇ ਜਾਣਾ, ਪੋਜ਼ਿਟਿਵ ਲੈ ਕੇ ਜਾਣਾ, ਉਹ ਤੁਹਾਡੇ 'ਤੇ ਡਿਪੈਂਡ ਕਰਦਾ। ਅੱਛਾ, ਵਸ਼ੀਕਰਨ ਕਰਨਾ ਕਿੰਨਾ ਕਿੰਨੀ ਕੁ ਸੱਚਾਈ ਹੈ ਇਸ ਸ਼ਬਦ ਦੇ ਵਿੱਚ, ਵਸ਼ੀਕਰਨ ਦੇ ਵਿੱਚ? ਦੂਰੋਂ ਦੂਰੋਂ ਬੈਠੇ ਕੁਛ ਨਹੀਂ ਹੁੰਦਾ। ਅੱਛਾ, ਹੁਣ ਮੈਂ ਅੱਜ ਕਹਾਂ ਕਿ ਮੈਂ ਫਲਾਣੇ ਬੰਦੇ ਦੇ ਵਸ਼ੀਕਰਨ ਕਰ ਦੂੰਗਾ, ਨਹੀਂ ਹੋਏਗਾ। ਵਸ਼ੀਕਰਨ ਉਦੋਂ ਹੀ ਹੋਏਗਾ, ਬਲੈਕ ਮੈਜਿਕ ਉਦੋਂ ਹੀ ਹੋਏਗਾ ਜਦੋਂ ਉਸ ਬੰਦੇ ਦੀ ਕੋਈ ਚੀਜ਼ਾਂ ਸਾਡੇ ਕੋਲ ਹੋਣਗੀਆਂ। ਅੱਛਾ, ਤਾਂ ਹੀ ਘਰ ਦੇ ਵੀ ਕਹਿੰਦੇ ਕੱਪੜੇ ਨਹੀਂ ਦੇਣੇ ਚਾਹੀਦੇ। ਬਿਲਕੁਲ, ਮੈਂ ਤਾਂ ਹਰ ਵਾਰੀ ਸਭ ਨੂੰ ਇਹੀ ਮੈਸੇਜ ਦਿੰਦਾ ਕਿ ਤੁਸੀਂ ਆਪਣੇ ਕੱਪੜੇ ਦਾਨ ਨਾ ਕਰੋ। ਕੱਪੜੇ ਨਹੀਂ, ਕੱਪੜੇ ਦਾਨ ਕਰਨੇ ਆ, ਇਨ ਕੇਸ ਤੁਸੀਂ ਕਹਿੰਦੇ ਜੀ ਮੈਂ ਕੱਪੜੇ ਦਾਨ ਕਰਨੇ ਮੇਰੇ ਤੋਂ ਦਾਨ ਪੁੰਨ ਕੀਤੇ ਬਗੈਰ ਨਹੀਂ ਰਿਹਾ ਜਾਂਦਾ, ਇਸ ਕੇਸ ਤੁਸੀਂ ਕੀ ਕਰ ਸਕਦੇ ਹੋ, ਨਿੰਬੂ ਲਓ, ਨਮਕ ਲਓ, ਉਹਨੂੰ ਚੰਗੀ ਤਰ੍ਹਾਂ ਉਸ ਚੀਜ਼ ਨਾਲ ਵੋਸ਼ ਕਰੋ, ਠੀਕ ਹੈ ਜੀ, ਵੋਸ਼ ਆਪਣੇ ਕੱਪੜਿਆਂ ਨੂੰ ਵੋਸ਼ ਕਰਕੇ ਤੇ ਫਿਰ ਤੁਸੀਂ ਉਸ ਚੀਜ਼ ਨੂੰ ਦਿਓ, ਇੱਦਾਂ ਨਾ ਦਿਓ। ਕਿਉਂਕਿ ਕੱਪੜਿਆਂ 'ਚ ਕੀ ਹੁੰਦਾ, ਕੱਪੜੇ 'ਚ ਸਾਡਾ ਸਵੈਟ ਹੁੰਦਾ, ਪਸੀਨਾ ਹੁੰਦਾ, ਸਾਡਾ ਔਰਾ ਹੁੰਦਾ ਉਹਦੇ ਵਿੱਚ, ਅਸੀਂ ਡੇਲੀ ਰੂਟੀਨ 'ਚ ਪਾਉਣਾ ਸਾਡਾ ਉੱਚ ਔਰਾ ਹੈ। ਜੇ ਉਹ ਔਰਾ ਸਾਡਾ ਕਿੱਥੇ ਹੋਰ ਮਿਸਯੂਜ਼ ਹੋ ਗਿਆ, ਤੁਸੀਂ ਕੀ ਕਰੋਗੇ? ਵਸ਼ੀਕਰਨ, ਕੱਪੜਿਆਂ ਦਾ ਜ਼ਿਕਰ ਹੋਇਆ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਨਹੀਂ ਦੇਣੀਆਂ ਚਾਹੀਦੀਆਂ? ਕੱਪੜੇ ਨਹੀਂ ਦੇਣੇ ਚਾਹੀਦੇ, ਸ਼ੂਜ਼ ਨਹੀਂ ਦੇਣੇ ਚਾਹੀਦੇ, ਆਪਣੀ ਪਰਸਨਲ ਮੇਕਅਪ ਦਾ ਸਮਾਨ ਨਹੀਂ ਦੇਣਾ ਚਾਹੀਦਾ। ਕਿਉਂ? ਕਿਉਂਕਿ ਆਪਾਂ ਮੇਕਅਪ ਦਾ ਸਮਾਨ ਹੁੰਦਾ ਆਪਣੀ ਸਕਿਨ ਤੇ ਲਗਾ ਕੇ ਹੁੰਦਾ, ਬਿਲਕੁਲ ਕਿਤੇ ਨਾ ਕਿਤੇ ਸਕਿਨ ਦੇ ਵਿੱਚ ਲੱਗ ਜਾਂਦਾ, ਉਹ ਚੀਜ਼ਾਂ ਬਹੁਤ ਇਫੈਕਟ ਕਰਦੀਆਂ। ਕਲੋਥਸ ਬਹੁਤ ਜ਼ਿਆਦਾ ਇਫੈਕਟ ਕਰਦੇ ਆ, ਆਪਣੇ ਸ਼ੂਜ਼ ਬਹੁਤ ਜ਼ਿਆਦਾ ਇਫੈਕਟ ਕਰਦੇ ਆ ਇਹ ਚੀਜ਼ਾਂ ਦੇ ਨਾਲ। ਬਿਲਕੁਲ, ਵਸ਼ੀਕਰਨ ਈਵਨ ਕਿ ਪਰਫਿਊਮ ਦੇ ਨਾਲ ਵੀ ਵਸ਼ੀਕਰਨ ਹੋ ਸਕਦਾ। ਅੱਛਾ, ਜੇ ਅਸੀਂ ਪਰਫਿਊਮ ਵੈਸੇ ਤਾਂ ਦੇਣਾ ਨਹੀਂ, ਮਤਲਬ ਪਰਫਿਊਮ ਨਾਲ ਕਿਦਾਂ, ਜੇ ਸਾਡਾ ਕੋਈ ਯੂਜ਼ਡ ਪਰਫਿਊਮ ਲੈ ਜਾਵੇ, ਯੂਜ਼ਡ ਪਰਫਿਊਮ ਲੈ ਜਾਵੇ। ਅੱਛਾ, ਉਹਦੇ ਨਾਲ ਵੀ ਵਸ਼ੀਕਰਨ ਪੋਸੀਬਲ ਹੈ, ਬਹੁਤ ਕੁਝ ਪੋਸੀਬਲ ਹੈ। ਮਤਲਬ ਮੈਂ ਤਾਂ ਥੋੜਾ ਥੋੜਾ ਹੁਣ ਅਲਰਟ ਹੋ ਰਹੀ ਹਾਂ, ਮੈਨੂੰ ਸਿੱਖਣ ਨੂੰ ਮਿਲ ਰਿਹਾ, ਅਲਰਟ ਹੋ ਰਹੀ ਹਾਂ ਮੈਂ। ਅੱਛਾ, ਸਭ ਤੋਂ ਜ਼ਿਆਦਾ ਗੰਦੇ ਬਲੈਕ ਮੈਜਿਕ ਕਿਹੜੇ ਹੁੰਦੇ ਨੇ? ਦੇਖੋ, ਜੇ ਦੋ ਬਲੈਕ ਮੈਜਿਕ ਤਾਂ ਸਾਰੇ ਹੀ ਗੰਦੇ ਹੁੰਦੇ ਆ। ਕਈ ਵਾਰੀ ਕਹਿੰਦੇ ਨਾ ਆਪਾਂ ਬਾਲ ਕੱਟ ਲਏ, ਕਿਸੇ ਨੇ ਬਰਾਲ ਲੈ ਲਈ, ਮਿੱਟੀ ਪੈਰਾਂ ਦੀ ਮਿੱਟੀ ਲੈ ਲਈ, ਹਾਂਜੀ ਹਾਂਜੀ, ਠੀਕ ਹੈ ਜੀ, ਉਹਨਾਂ ਨੇ ਕੋਈ ਚੀਜ਼ ਯੂਜ਼ ਕੀਤੀ ਹੋਈ ਚੀਜ਼ ਲੈ ਲਈ। ਹੁਣ ਈਵਨ ਕਿ ਹੁਣ ਪਿੱਛੇ ਜਿਹੜਾ ਇੱਕ ਹੋਇਆ ਸੀਗਾ ਰੀਸੈਂਟਲੀ, ਉਸ ਬੰਦੇ ਨੇ ਨਾ ਬੈਂਡ ਪਾਇਆ ਹੋਇਆ ਸੀ, ਬੈਂਡ ਜਿਹਦਾ ਮਤਲਬ ਉਹ ਬੈਂਡ ਨਹੀਂ ਪਾਉਂਦੇ ਹੱਥ ਦੇ ਵਿੱਚ, ਬਲੈਕ ਕਲਰ ਜਾਂ ਕੁਛ ਕਲਰ ਦੇ, ਉਹ ਬੇਬੀ ਬੱਚਾ ਸੀਗਾ, ਉਹਨੂੰ ਸ਼ੌਂਕ ਹੋਣਾ, ਉਹ ਬੱਚੇ ਨੇ ਜਿੱਦਾਂ ਬੱਚੇ ਪਾ ਹੀ ਲੈਂਦੇ ਅੱਜ ਕੱਲ੍ਹ ਹੁਣ, ਤੇ ਉਹਨੂੰ ਪਾਇਆ ਹੋਇਆ ਸੀ ਬੈਂਡ, ਤੇ ਉਹ ਤਾਂ ਹੁਣ ਚਲੋ ਬਾਹਰ ਚਲਾ ਗਿਆ ਬੱਚਾ, ਉਸ ਟਾਈਮ ਛੋਟੀ ਗੱਲ ਹੈ, ਮਤਲਬ ਕਹਿ ਲਓ ਕਿ 10 ਕੁ ਸਾਲ ਦਾ ਸੀਗਾ ਉਸ ਟਾਈਮ ਦੀ ਗੱਲ। ਉਸ ਟਾਈਮ ਬਹੁਤ ਕਰੇਜ ਸੀਗਾ ਇਹ ਸਭ ਚੀਜ਼ਾਂ ਪਾਉਣ ਦਾ, ਤੁਹਾਨੂੰ ਵੀ ਪਤਾ ਹੋਣਾ ਕਾਫੀ ਲੋਕ ਪਾਉਂਦੇ ਸੀ, ਬਿਲਕੁਲ ਪਾਉਂਦੇ ਆ, ਤੇ ਉਸ ਚੀਜ਼ ਨੂੰ ਯੂਜ਼ ਕਰਕੇ ਵਸ਼ੀਕਰਨ ਕੀਤਾ ਗਿਆ ਸੀ ਉਸ ਬੱਚੇ ਦੇ ਉੱਤੇ। ਅੱਛਾ, ਇੱਕ ਬੈਂਡ ਦੇ ਨਾਲ ਵਸ਼ੀਕਰਨ ਹੋ ਗਿਆ। ਬਿਲਕੁਲ, ਸੋ ਬੇਸਿਕਲੀ ਆਪਦੀਆਂ ਚੀਜ਼ਾਂ ਦਾ ਧਿਆਨ ਰੱਖੋ, ਵੀ ਜੇ ਕਿਸੇ ਨੂੰ ਦੇ ਰਹੇ ਹੋ ਜਾਂ ਕੁਛ ਹੋ ਰਿਹਾ ਤਾਂ ਤੁਸੀਂ ਇਹਨਾਂ ਚੀਜ਼ਾਂ ਤੋਂ ਅਲਰਟ, ਅਵੇਅਰ ਰਹਿਣ ਦੀ ਜ਼ਰੂਰਤ ਹੈ। ਦੇਖੋ, ਅਵੇਅਰਨੈਸ ਹੈ, ਅੰਧ ਵਿਸ਼ਵਾਸ ਨਹੀਂ ਹੈ, ਅਵੇਅਰਨੈਸ ਹੈ। ਅਸੀਂ, ਮੈਂ ਉਹੀ ਕਿਹਾ ਸ਼ੁਰੂਆਤ ਹੀ ਮੈਂ ਇਸ ਤੋਂ ਕੀਤੀ ਕਿ
ਚੀਜ਼ਾਂ ਸੁਧਾਰੀਆਂ ਜਾ ਸਕਦੀਆਂ ਨੇ, ਬਦਲੀਆਂ ਤਾਂ ਨਹੀਂ ਜਾ ਸਕਦੀਆਂ ਪਰ ਸੁਧਾਰਨਾ ਬਦਲ ਸਕਦੀਆਂ ਨੇ ਜੇ ਅਸੀਂ ਸੁਧਾਰ ਕਰੀਏ। ਤੇ ਤੁਸੀਂ ਸਾਡੇ ਨਾਲ ਅੱਜ ਬੈਠੇ ਹੋ ਤਾਂ ਇਹਨਾਂ ਚੀਜ਼ਾਂ ਦੇ ਲਈ ਬੈਠੇ ਹੋ, ਮੈਨੂੰ ਲੱਗਦਾ ਕਿ ਬਹੁਤ ਹੈਲਪਫੁਲ ਅੱਜ ਦਾ ਇਹ ਪੋਡਕਾਸਟ ਹੋਣ ਵਾਲਾ ਸਾਰਿਆਂ ਦੇ ਲਈ ਹੋਣ ਵਾਲਾ ਕਿ ਹੋ ਰਿਹਾ ਜਿੰਨਾ ਵੀ ਅਸੀਂ ਪੋਡਕਾਸਟ ਹੁਣ ਤੱਕ ਕੀਤਾ ਉਹ ਬਹੁਤ ਹੈਲਪਫੁਲ ਹੈ, ਕਿਉਂਕਿ ਮੈਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਪਤਾ ਲੱਗ ਰਹੀਆਂ ਨੇ। ਜੇ ਮੈਨੂੰ ਪਤਾ ਲੱਗ ਰਹੀਆਂ ਨੇ, ਬਹੁਤ ਸਾਰੇ ਲੋਕ ਅਣਜਾਣ ਹੋਣਗੇ ਬਿਲਕੁਲ ਜਿਨ੍ਹਾਂ ਨੂੰ ਨਹੀਂ ਪਤਾ ਹੋਣਾ। ਕਈ ਲੋਕ ਐਸੇ ਵੀ ਜਿਹੜੇ ਬਿਲੀਵ ਨਹੀਂ ਕਰਦੇ, ਬਿਲੀਵ ਨਹੀਂ ਕਰਦੇ। ਹੁਣ ਮੈਂ ਇੱਥੇ ਦੁਬਾਰਾ ਆਊਂਗਾ ਕਿ ਐਪਸ ਕਿਉਂ ਚੱਲ ਪਈਆਂ ਜ਼ਿਆਦਾ, ਹਾਂਜੀ ਉਹਦਾ ਕਾਰਨ ਕੀ ਹੈ। ਹੁਣ ਤੁਸੀਂ ਬਿਲੀਵ ਨਹੀਂ ਕਰਦੇ, ਫੋਰ ਐਗਜ਼ਾਮਪਲ ਤੁਸੀਂ ਕਹਿੰਦਾ ਯਾਰ ਮੈਂ ਕਿਸ ਤੋਂ ਜਾਊਂਗੀ, ਉਹ ਮੈਨੂੰ ਜੱਜ ਕਰੇਗਾ, ਹਾਂਜੀ ਉਹ ਚੁੱਪ ਚਾਪ ਫਿਰ ਐਪ ਤੋਂ ਪਤਾ ਕਰ ਲੈਂਦੇ ਹਕੀਲ ਕੀ ਹੈ ਕੀ ਨਹੀਂ ਹੈ। ਅੱਛਾ ਐਪ ਦੀ ਤੁਸੀਂ ਗੱਲ ਕਰ ਲਈ ਐਸਟ੍ਰੋਟੋਕ ਦੀ, ਅੱਛਾ ਉਹਦੇ 'ਚ ਉਹਦਾ ਤਾਂ ਬਹੁਤ ਜ਼ਿਆਦਾ ਹਾਈਪ ਹੋਈ ਪਈ ਆ ਹੁਣ ਤਾਂ, ਹੈ ਨਾ ਵੀ ਅਸੀਂ ਤੁਹਾਨੂੰ ਪ੍ਰੈਡਿਕਸ਼ਨ ਦੱਸ ਦਾਂਗੇ, ਅਸੀਂ ਬੇਬੀ ਪ੍ਰੈਡਿਕਟ ਕਰ ਦਿੱਤਾ ਵੀ ਅਸੀਂ ਤੁਹਾਡੀ ਮੈਰਿਜ ਲਾਈਫ ਪ੍ਰੈਡਿਕਟ ਕਰ ਦਿੱਤੀ, ਤੁਸੀਂ ਮੰਗਲਿਕ ਹੋ ਜਾਂ ਨਹੀਂ ਮੰਗਲਿਕ ਹੋ ਪ੍ਰੈਡਿਕਟ ਕਰ ਦਿੱਤਾ, ਤੁਸੀਂ ਇਸ ਐਪ ਨੂੰ ਕਿਵੇਂ ਦੇਖਦੇ ਹੋ? ਦੇਖੋ ਜੇ ਬੰਦੇ 'ਚ ਇੰਨੀ ਕਾਬਲੀਅਤ ਹੈ ਤਾਂ ਸਾਹਮਣੇ ਆ ਕੇ ਕਰੇ, ਹਾਂ ਜੋ ਇੰਨਾ ਕੁਛ ਪ੍ਰੈਡਿਕਟ ਕਰ ਸਕਦਾ ਹੈ ਤੇ ਸਾਹਮਣੇ ਕਿਉਂ ਨਹੀਂ ਆ ਰਿਹਾ? ਇੱਕ ਐਪ ਤੇ ਕਿਉਂ ਬੈਠੇ ਹੋ? ਜੇ ਤੁਸੀਂ ਇੰਨਾ ਹੀ ਕੁਛ ਦੱਸ ਸਕਦੇ ਹੋ ਤੇ ਫਿਰ ਤੁਸੀਂ ਕਿਉਂ ਇਦਾਂ ਕਰਦੇ ਪਏ ਹੋ? ਆਪਣਾ ਖੁਦ ਖੋਲੋ, ਓਪਨ ਕਰੋ, ਆਓ ਸਾਹਮਣੇ। ਸਾਨੂੰ ਇੱਥੇ ਪੀੜੀਆਂ ਲੱਗ ਗਈਆਂ ਅੱਜ ਕੰਮ ਕਰਦੇ ਹੋਏ, ਤੁਸੀਂ ਕਹੋਗੇ ਕਿ ਅਸੀਂ 2 ਮਹੀਨੇ ਡਿਗਰੀ ਕਰਕੇ ਤੁਹਾਨੂੰ ਅਸੀਂ ਸਭ ਕੁਝ ਦੱਸ ਦਾਂਗੇ। ਨੋ ਡਾਊਟ ਜੇ ਆਪਾਂ ਡਿਗਰੀ ਕਰਕੇ ਥੋੜੀ ਬਹੁਤ ਪ੍ਰੈਡਿਕਸ਼ਨ ਸਿੱਖ ਕੇ 2-4 ਬੰਦਿਆਂ ਨੇ ਪ੍ਰੈਡਿਕਸ਼ਨ ਕਰ ਵੀ ਦਿੱਤੀ ਤਾਂ ਚਲੋ ਠੀਕ ਹੈ, ਕਰ ਦਿੱਤੀ। ਹੁਣ ਕਿਸੇ ਬੰਦੇ ਦੇ 'ਚ ਆ ਗਿਆ ਜੀ, ਤੁਸੀਂ ਦੇਖ ਲਿਆ ਕਿ ਉਸ ਬੰਦੇ 'ਚ ਇਹ ਪ੍ਰੋਬਲਮ ਹੈ, ਨਜ਼ਰ ਦੋਸ਼ ਲੱਗੀ ਹੋਈ, ਕਿੱਦਾਂ ਹੱਲ ਕਰੋਗੇ? ਉਹਨੂੰ ਗਲਤ ਰਸਤੇ ਪਾ ਦੋਗੇ, ਗਲਤ ਚੀਜ਼ ਕਰ ਦੋਗੇ, ਉਸ ਬੰਦੇ ਦਾ ਵਿਸ਼ਵਾਸ ਟੁੱਟ ਜਾਏਗਾ, ਇੱਦਾਂ ਹੀ ਤਾਂ ਵਿਸ਼ਵਾਸ ਲੋਕਾਂ ਦਾ ਖਰਾਬ ਹੋ ਰਿਹਾ। ਅੱਛਾ ਜਿੱਦਾਂ ਹੁਣ ਤੁਸੀਂ ਗੱਲ ਕਰ ਰਹੇ ਹੋ ਵੀ ਉਪਾਏ ਬਦਲ ਦਿੰਦੇ ਨੇ, ਹੈ ਨਾ ਵੀ ਬਲੀਵ ਨਹੀਂ ਕਰਦੇ ਬਲੀਵ, ਵੈਸੇ ਮੈਨੂੰ ਲੱਗਦਾ ਕਿ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਪਤਾ ਲੱਗਦੀਆਂ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ ਤੋਂ ਅਸੀਂ ਅਣਜਾਣ ਹੁੰਦੇ ਹਾਂ। ਸੋ ਜਿਹੜੇ ਉਪਾਅ ਹੁੰਦੇ ਨੇ ਉਹਨਾਂ ਨੂੰ ਜਾਦੂ ਟੂਣੇ ਨਾਲ ਦੇਖਿਆ ਜਾ ਸਕਦਾ ਜਾਂ ਜਾਦੂ ਟੂਣਾ ਅਲੱਗ ਹੁੰਦਾ? ਅਲੱਗ ਹੁੰਦਾ। ਹੁਣ ਕਈ ਲੋਕੀ ਕਹਿੰਦੇ ਜੀ ਅਸੀਂ ਅਫੋਰਡ ਨਹੀਂ ਕਰ ਸਕਦੇ, ਸਾਨੂੰ ਇੱਦਾਂ ਹੀ ਠੀਕ ਕਰ ਦੋ। ਕਈਆਂ 'ਚ ਹੁੰਦਾ ਕਿ ਮਤਲਬ ਉਹਨਾਂ ਨੂੰ ਵਹਿਮ ਹੀ ਹੁੰਦਾ ਕਿ ਸਾਡੇ ਤੇ ਕੁਛ ਕੀਤਾ ਹੋਇਆ। ਅਸੀਂ ਤਾਂ ਕਈਆਂ ਲੋਕਾਂ ਨੂੰ ਇੱਦਾਂ ਵੀ ਕਹਿ ਰਹੇ ਕਿ ਜੀ ਤੁਹਾਡੇ ਤੇ ਕੁਛ ਨਹੀਂ ਹੈਗਾ। ਅੱਛਾ, ਉਹ ਫਿਰ ਕੀ ਕਰਦੇ ਕਿ ਉਪਾਅ ਕਰਨ ਦੀ ਬਜਾਏ ਫਿਰ ਕਿੱਥੇ ਹੋਰ ਚੱਲ ਜਾਂਦੇ ਜਿਹੜਾ ਉਹਨਾਂ ਨੂੰ ਕਹਿ ਦੇਵੇ ਕਿ ਤੁਹਾਡੇ ਤੇ ਹੋਇਆ ਹੋਇਆ। ਕਈ ਲੋਕੀ ਮਿੱਥ ਬਣਾ ਲੈਂਦੇ ਕਿ ਸਾਡੇ ਤੇ ਕੁਛ ਹੋਇਆ ਹੋਇਆ, ਕਿਉਂਕਿ ਉਹਨਾਂ ਦੇ ਗ੍ਰਹਿ ਖਰਾਬ ਹੁੰਦੇ, ਆਪਾਂ ਗ੍ਰਹਿਾਂ ਦੇ ਉਪਾਅ ਕਰ ਦਾਂਗੇ ਠੀਕ ਹੋ ਸਕਦਾ। ਹੁਣ ਲੇਕਿਨ ਜੇ ਉਹਨਾਂ ਨੂੰ ਹੈ ਹੀ ਨਹੀਂ ਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਬਸ ਇਸ ਚੀਜ਼ ਦੇ ਵੱਲ ਜਾਣਾ ਤੇ ਫਿਰ ਮੈਂ ਉਹਨਾਂ ਦਾ ਕੁਛ ਨਹੀਂ ਕਰ ਸਕਦਾ, ਮੈਂ ਕਹਿੰਦਾ ਕਿ ਤੁਸੀਂ ਸੁਣੋ, ਦੇਖੋ ਤੁਹਾਡੇ ਗ੍ਰਹਿ ਖਰਾਬ ਆ ਕਿ ਸੱਚ ਦੇ ਵਿੱਚ ਦੇ ਉਹ ਚੀਜ਼ਾਂ ਤੁਹਾਡੇ ਉੱਤੇ ਹੋਈਆਂ ਤਾਂ ਨਹੀਂ ਹੋਈਆਂ, ਕਈਆਂ ਨੂੰ ਵਹਿਮ ਹੀ ਹੈ। ਅੱਛਾ, ਮੰਗਲਿਕ ਦਾ ਜ਼ਿਕਰ ਹੋ ਰਿਹਾ, ਆਪਾਂ ਪਹਿਲਾਂ ਵੀ ਕੀਤਾ, ਜੀ ਮੰਗਲਿਕ ਦੋਸ਼ ਹੈ ਇਹ ਪਤਾ ਲਗਾਉਣਾ ਔਰ ਇਹਦਾ ਉਪਾਏ? ਮੰਗਲਿਕ ਦੋਸ਼ ਹੁੰਦੇ ਆ 1, 4, 7, 8, 12 ਘਰਾਂ ਦੇ ਵਿੱਚ ਮੰਗਲ ਹੋਵੇ ਤੇ ਉਹ ਮੰਗਲਿਕ ਹੁੰਦੇ ਆ। ਇਹੀ ਘਰਾਂ ਦੇ ਵਿੱਚ ਜੇ ਆਪਣਾ ਸ਼ਨੀ ਹੋਵੇ ਤੇ ਬੱਚਾ ਆਂਸ਼ਿਕ ਮੰਗਲਿਕ ਹੋ ਜਾਂਦਾ, ਕੋਈ ਵੀ ਪਰਸਨ ਆਂਸ਼ਿਕ ਮੰਗਲਿਕ ਹੋ ਜਾਂਦਾ। ਮੰਗਲ ਦੋਸ਼ ਦਾ ਉਪਾਏ, ਪੱਕਾ ਮੰਗਲਿਕ ਹੈ ਤੇ ਉਹਦਾ ਬਹੁਤ ਮੁਸ਼ਕਲ ਉਪਾਏ ਹੁੰਦਾ। ਅੰਟੇ ਦਾ ਆਪਾਂ ਨੂੰ ਦੇਖਣਾ ਪੈਂਦਾ ਕਿਹੜੇ ਘਰ 'ਚ ਬੈਠਾ। ਜੇ ਉਸ ਤੋਂ ਬਾਅਦ ਹੁਣ ਤੁਸੀਂ ਕਹਿੰਦੇ ਹੋ ਕਿ ਮੰਗਲੀ ਦਾ ਹੁਣ ਦੇਖ ਲਿਆ ਕਿ ਹੱਲ ਕਰਨਾ ਹੀ ਕਰਨਾ, ਉਹਦਾ ਇੱਕ ਕਾਫੀ ਨੋਰਮਲ ਰੈਮਡੀਜ਼ ਵੀ ਹੈਗੀਆਂ, ਵੱਡੀਆਂ ਰੈਮਡੀਜ਼ ਵੀ ਹੈਗੀਆਂ, ਉਸ ਚੀਜ਼ ਦੇ ਹਵਨ ਵੀ ਹੈਗੇ, ਸਭ ਲੈਵਲ ਦੇ ਹੈਗੇ ਆ। ਹੁਣ ਮੰਗਲ ਕਿਸੇ ਦਾ ਪਹਿਲੇ ਘਰ 'ਚ ਬੈਠਾ, ਉਹ ਬੰਦੇ ਦਾ ਮੰਗਲੀਕ ਆ ਗਿਆ ਸਾਹਮਣੇ, ਉਹਦੇ ਕੋਈ ਗ੍ਰਹਿ ਬੈਠਾ ਕੁਛ ਬੈਠਾ, ਉਸ ਹਿਸਾਬ ਨਾਲ ਉਹਦਾ ਉਪਾਅ ਹੋਏਗਾ। ਇਹਦਾ ਜਨਰਲ ਉਪਾਏ ਮੈਂ ਤੁਹਾਨੂੰ ਦੱਸ ਦਿੰਦਾ, ਬਾਕੀ ਸਪੈਸੀਫਿਕ ਹਰ ਕੁੰਡਲੀ ਦਾ ਅਲੱਗ ਅਲੱਗ ਹੁੰਦਾ। ਜਨਰਲ ਉਪਾਏ ਇਹਦਾ ਚਾਂਦੀ ਦਾ ਕੜਾ ਪਾਉਣਾ ਤੁਸੀਂ, ਜੇ ਮੁੰਡਾ ਹੈ ਤਾਂ ਰਾਈਟ ਹੈਂਡ 'ਚ ਪੈਣਾ, ਕੁੜੀ ਅਨਮੈਰਿਡ ਹੈ ਫਿਰ ਵੀ ਰਾਈਟ ਹੈਂਡ 'ਚ ਪੈਣਾ, ਕੁੜੀ ਮੈਰਿਡ ਹੈ ਤੇ ਉਹਨੇ ਲੈਫਟ ਹੈਂਡ 'ਚ ਪੈਣਾ। ਅੱਛਾ, ਚਾਂਦੀ ਦਾ ਕੜਾ ਬਿਨਾਂ ਜੋੜ ਦਾ ਢਲਾਈ ਵਾਲਾ 21 ਗ੍ਰਾਮ ਤੋਂ ਪਲੱਸ। ਹੁਣ ਇਹ 'ਚ 21 ਗ੍ਰਾਮ ਪਲੱਸ ਕਿਉਂ ਆ? ਹੁਣ ਕਈਆਂ ਨੇ ਕੜੇ ਤਾਂ ਬਹੁਤ ਪਾਏ ਆ, ਉਹ ਆਪਣੀ ਦੇਖਦੇ ਜੀ ਅਸੀਂ ਘੱਟ ਗ੍ਰਾਮ ਦਾ ਲੈ ਲਈਏ ਸਾਡੇ ਪੈਸੇ ਬਚ ਜਾਣਗੇ, ਉਹ ਕੜਾ ਤੁਹਾਡਾ ਮੁੜ ਜਾਏਗਾ।
ਮੰਗਲ ਗੋਲ ਸ਼ੇਪ ਨੂੰ ਪ੍ਰੋਟੈਕਟ ਕਰਦਾ। ਜੇ ਆਪਾਂ ਉਹ ਗਲਾ ਆਪਣਾ ਕੜਾ ਜਿਹੜਾ ਗੋਲ ਹੀ ਨਹੀਂ ਹੋਏਗਾ, ਇਫੈਕਟ ਹੀ ਨਹੀਂ ਕਰਨਾ। ਬਿਲਕੁਲ ਹਾਂ, ਦੇਖਦੇ ਆਪਾਂ ਉਹ ਚਾਂਦੀ ਵੈਸੇ ਵੀ ਮੁੜ ਜਾਂਦੀ ਹੈ ਨਾ। ਜੀ ਜੀ ਜੀ, ਇਸ ਕਰਕੇ ਉਹਨੂੰ ਕਿਹਾ ਜਾਂਦਾ ਕਿ ਥੋੜਾ ਜਿਹਾ ਹੈਵੀ ਬਣਾਇਆ ਜਾਵੇ ਕਿ ਮੁੜੇ ਨਾ, ਜੇ ਮੁੜ ਗਿਆ ਇਫੈਕਟ ਖਤਮ। ਸੋ ਇਹ ਜਨਰਲ ਉਪਾਅ ਕੀਤਾ ਜਾ ਸਕਦਾ। ਜੀ ਬਿਲਕੁਲ। ਅੱਛਾ ਹੁਣ ਮੈਂ ਫਿਰ ਤੋਂ ਐਲਫਾਬੈਟਸ ਵੱਲ ਕਿਉਂ ਨਹੀਂ, ਕਿਉਂਕਿ ਸੋਸ਼ਲ ਮੀਡੀਆ 'ਤੇ ਅਸੀਂ ਰੀਲਸ ਦੇਖਦੇ ਹਾਂ, ਇਹ ਚੀਜ਼ਾਂ ਹੈ। ਜਿੱਦਾਂ ਮੰਨ ਲਓ ਵੀ ਸਾਡਾ ਬਿਹਾਇੰਡ ਦਾ ਕੈਮਰਾ ਜਤਿਨ ਖੜਾ, ਜੇ ਤੋਂ ਜੇ ਦੀ ਗੱਲ ਕਰ ਲਈਏ ਕਿ ਇਹ ਜ਼ਿੱਦੀ ਹੈ ਜਾਂ ਕਿੱਦਾਂ ਕਰਕੇ ਇੱਦਾਂ ਹੁੰਦਾ ਹੁੰਦਾ ਕੁਛ ਕੁਛ ਸਿਮਟਮਸ ਕਹਿ ਲਓ ਕਿ ਜਿੱਦਾਂ 100 ਹੈ, 100 'ਚੋਂ 4 ਤਾਂ ਮਿਲ ਹੀ ਜਾਣਗੇ। ਹਾਂ, ਮਤਲਬ ਮੈਂ ਜੇ ਜਾਣਨਾ ਚਾਹਾਂ ਬਾਇਆ ਅਲਫਾਬੈਟ ਅਸੀਂ ਏ ਬੀ ਸੀ ਡੀ ਦੱਸ ਦਿੰਦੇ ਹਾਂ। ਹਾਂ, ਜਿੱਦਾਂ ਹੁਣ ਮੇਰਾ ਨਾਮ ਏ ਤੋਂ ਆ, ਮੇਸ਼ ਰਾਸ਼ੀ ਬਣਦੀ ਹੈ, ਮੇਸ਼ ਰਾਸ਼ੀ ਵਾਲੇ ਬੱਚੇ ਥੋੜੇ ਜਿੱਦੀ ਹੁੰਦੇ ਆ, ਠੀਕ ਹੈ ਜੀ, ਉਹ ਆਪਣੀ ਜਿੱਦ ਪੁਗਾਉਂਦੇ ਆ, ਇੱਦਾਂ ਕਰਕੇ ਹੁੰਦਾ। ਲੇਕਿਨ ਮੇਨ ਜਿਹੜਾ ਤੁਹਾਡਾ ਪਤਾ ਕਿੱਦਾਂ ਲੱਗੇਗਾ, ਮੇਨ ਤੁਹਾਡਾ ਟਰਸ਼ ਤੁਹਾਡੇ ਉੱਤੋਂ ਪਤਾ ਲੱਗੂ। ਮੈਨੂੰ ਪਤਾ ਹੈ ਕਿ ਮੋਸਟਲੀ ਸਿੱਖ ਫੈਮਿਲੀ ਦੇ ਜੋਤਿਸ਼ ਦੇਖ ਕੇ ਨਾਮ ਨਹੀਂ ਰੱਖੇ ਜਾਂਦੇ। ਹਾਂਜੀ, ਨਹੀਂ ਰੱਖੇ, ਉਹ ਕਈਆਂ ਦੀ ਪ੍ਰੈਡਿਕਸ਼ਨ ਗਲਤ ਵੀ ਹੋ ਸਕਦੀ ਹੈ ਉੱਤੋਂ। ਇਸ ਕਰਕੇ ਅਸੀਂ ਕਹਿੰਦੇ ਹਾਂ ਜੀ ਤੁਸੀਂ ਆਪਣਾ ਹੋਰੋਸਕੋਪ ਲਿਆਓ, ਉਹ ਚੋਂ ਦੇਖ ਕੇ ਤੁਹਾਨੂੰ ਦੱਸਾਂਗੇ ਅਸੀਂ ਕੀ ਕੁਛ ਕਰ ਸਕਦੇ ਹਾਂ, ਤੁਹਾਨੂੰ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਤੁਹਾਡਾ ਕੀ ਦੱਸਿਆ। ਅੱਛਾ, ਉਹ ਹੁਣ ਜਿੱਦਾਂ ਅਸੀਂ ਡੇਟ ਆਫ ਬਰਥ, ਪਲੇਸ ਆਫ ਬਰਥ, ਚਲੋ ਮੈਂ ਦੱਸਦੀ ਹਾਂ ਹੈ ਨਾ, ਵੀ ਜੇ ਮੈਂ ਦੱਸਾਂ ਉਹ ਚੀਜ਼ਾਂ ਪੋਸੀਬਲ ਹੈ, ਤੁਸੀਂ ਪ੍ਰੈਡਿਕਸ਼ਨ ਮਤਲਬ ਮੇਰੇ ਬਾਰੇ ਦੱਸ ਦੋਗੇ? ਹਾਂ ਦੱਸ ਸਕਦੇ ਹਾਂ, ਲੇਕਿਨ ਇਸ ਟਾਈਮ ਸਿਸਟਮ ਨਹੀਂ ਹੈ। ਨਹੀਂ ਨਹੀਂ ਨਹੀਂ, ਵੈਸੇ ਗੱਲ ਕਰ ਰਹੀ ਹਾਂ, ਮਤਲਬ ਜੇ ਲੋਕੀ ਜਾਣਨਾ ਚਾਹੁਣ ਤੁਹਾਡਾ, ਤੁਹਾਡੇ ਤੱਕ ਪਹੁੰਚਣ ਜਾਂ ਤੁਹਾਨੂੰ ਮੈਸੇਜ ਕਰਨ ਵੀ ਆਪਣਾ ਡੇਟ ਆਫ ਬਰਥ, ਪਲੇਸ ਆਫ ਬਰਥ, ਦੱਸ ਦੇਣ, ਟਾਈਮ ਤੇ ਜਗ੍ਹਾ। ਜਗ੍ਹਾ, ਇਹ ਦੋ ਚੀਜ਼ਾਂ ਜ਼ਰੂਰੀ ਨੇ? ਤਿੰਨ ਚੀਜ਼ਾਂ। ਨਾਮ, ਨਾਮ ਨਹੀਂ ਜ਼ਰੂਰੀ, ਉਹ ਦੱਸਣ ਨਾਮ ਕੁੰਡਲੀ ਤੋਂ ਬਾਅਦ ਚੋਂ ਡੇਟ ਆਫ ਬਰਥ, ਪਲੇਸ ਆਫ ਬਰਥ, ਟਾਈਮ ਆਫ ਬਰਥ, ਟਾਈਮ ਆਫ ਬਰਥ ਇਜ਼ ਮੋਸਟ ਇੰਪੋਰਟੈਂਟ। ਅੱਛਾ, ਜੇ ਇੱਕ ਦੋ ਮਿੰਟ ਉੱਪਰ ਥੱਲੇ ਬੰਦੇ ਦੇਖੋ, ਇਹਦੇ ਚ ਹੁੰਦਾ ਇੱਕ 2.5 ਘੰਟੇ ਦਾ ਪੀਰੀਅਡ, ਜੇ ਉਸ ਪੀਰੀਅਡ ਦੇ ਦੌਰਾਨ ਤੁਸੀਂ ਚਾਹੇ ਅੱਧਾ ਘੰਟਾ ਅੱਗੇ ਪਿੱਛੇ ਕਰ ਲਓ, ਕੋਈ ਇਸ਼ੂ ਨਹੀਂ ਹੈ। ਕਈ ਵਾਰੀ ਹੁੰਦਾ ਕਿ ਉਹ ਜਿਹੜਾ ਪੀਰੀਅਡ ਹੁੰਦਾ ਉਹਦੇ ਚ 1 ਮਿੰਟ ਦਾ ਹੀ ਫਰਕ ਆ ਜਾਏ ਤਾਂ ਇਸ਼ੂ ਆ ਜਾਂਦਾ। ਟਾਈਮ ਐਗਜੈਕਟ ਹੋਣਾ ਬਹੁਤ ਜ਼ਰੂਰੀ ਹੈ। ਹੁਣ ਕਈ ਮੇਰੇ ਕੋਲ ਟੇਵੇ ਐਸੇ ਆਏ ਹੈ ਪਿਛਲੇ ਦਿਨਾਂ ਦੇ ਵਿੱਚ ਦੀ ਗੱਲ ਹੈ, ਹੁਣ ਉਹਨਾਂ ਨੇ ਮੈਨੂੰ ਟੇਵਾ ਦੱਸਿਆ ਕਿ ਮੇਰਾ ਇਹ ਟਾਈਮ ਹੈ, ਇਹ ਡੇਟ ਆਫ ਬਰਥ ਹੈ, ਮੈਨੂੰ ਪ੍ਰੋਪਰ ਦੱਸਿਆ ਉਹਨਾਂ ਨੇ ਕਿ ਫਿਰ ਮੈਂ ਉਹਨੂੰ ਦੱਸਿਆ ਕਿ ਤੁਹਾਡਾ ਮੈਚ ਨਹੀਂ ਕਰਦਾ ਟੇਵਾ। ਅੱਛਾ, ਕਿਉਂ? ਕਿਉਂਕਿ ਉਹਨਾਂ ਨੂੰ ਮੈਂ ਸਿਮਟਮ, ਮੇਰੀ ਆਦਤ ਹੈ ਮੈਂ ਸਿਮਟਮਸ ਦੱਸਦਾ ਕਿ ਤੁਹਾਡੇ ਇਹ ਸਿਮਟਮਸ ਤੁਹਾਡੇ ਮੈਚ ਕਰਦੇ ਆ, ਉਹਨਾਂ ਨੇ ਇੱਕ ਵੀ ਸਿਮਟਮ ਮੈਚ ਨਹੀਂ ਕੀਤਾ। ਫਿਰ ਉਹਨਾਂ ਨੇ ਬਾਅਦ ਚੋਂ ਦੱਸਿਆ ਸੀ ਡੇਟ ਆਫ ਬਰਥ ਦੇ ਵਿੱਚ ਥੋੜ੍ਹੀ ਜਿਹੀ ਟਾਈਮਿੰਗ ਦੀ ਕਨਫਿਊਜ਼ਨ ਸੀ, ਉਹਨਾਂ ਨੇ ਏ ਐਮ ਜਗ੍ਹਾ ਪੀ ਐਮ ਲਿਖਾ ਦਿੱਤਾ ਸੀਗਾ, ਫਿਰ ਜਦੋਂ ਉਹਨਾਂ ਨੇ ਦੂਸਰਾ ਲਿਖਾਇਆ ਫਿਰ ਉਹਨਾਂ ਦਾ ਸਭ ਕੁਛ ਠੀਕ ਹੋ ਗਿਆ। ਇਸ ਕਰਕੇ ਬਹੁਤ ਚੀਜ਼ਾਂ ਜ਼ਰੂਰੀ ਹੈ, ਬਹੁਤ ਏ ਐਮ ਪੀ ਐਮ ਹਰ ਚੀਜ਼ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਛਾ, ਹੁਣ ਲਵ ਲਾਈਫ ਵੱਲ ਆ ਜਾਈਏ। ਜੀ ਜੀ, ਬਹੁਤ ਸਾਰੇ ਲੋਕ ਜਿਹੜੇ ਦੇਖ ਰਹੇ ਹੋਣਗੇ ਉਹਨਾਂ ਦੀ ਲਵ ਲਾਈਫ ਦੇ ਵਿੱਚ ਪ੍ਰੋਬਲਮ ਹੋਣਗੀਆਂ, ਉਹਨਾਂ ਨੂੰ ਵੀ ਜਨਰਲ ਉਪਾਅ ਜ਼ਰੂਰ ਦੱਸਾਂਗੇ ਆਪਾਂ, ਕਿਉਂਕਿ ਰੀਲਸ ਜੇ ਅਸੀਂ, ਮੈਂ ਰੀਲਸ ਕੱਟਣ ਦੇ ਜ਼ਹਿਨ ਦੇ ਨਾਲ ਵੀ ਦੇਖ ਰਹੀ ਹਾਂ ਵੀ ਜੇ ਰੀਲ ਕੱਟੀਏ ਤਾਂ ਅਸੀਂ ਲਵ ਲਾਈਫ ਦੇ ਵਿੱਚ ਬਹੁਤ ਪ੍ਰੋਬਲਮ ਹੁੰਦੀਆਂ। ਹੁਣ ਸਾਡੇ ਬੱਚੇ ਵੀ ਜਿਹੜੇ ਸਾਡੇ ਟੀਮ ਮੈਂਬਰ ਵੀ ਧਿਆਨ ਨਾਲ ਸੁਣ ਰਹੇ ਨੇ ਕਿ ਲਵ ਲਾਈਫ ਦੇ ਵਿੱਚ ਜੇ ਪ੍ਰੋਬਲਮ ਆ ਤੇ ਉਹਨਾਂ ਨੂੰ ਸੋਰਟ ਕਿਵੇਂ ਕਰੀਏ, ਜਾਂ ਅਰੇਂਜ ਮੈਰਿਜਸ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ, ਜਾਂ ਕਿਸੇ ਦਾ ਆਪਾਂ ਇੱਕ ਐਡ ਵੀ ਨਹੀਂ ਦੇ ਦਿੰਦੇ, ਮਨ ਚਾਹਾ ਪਿਆਰ ਪਾਏ, ਹਾਲਾਂਕਿ ਅਸੀਂ ਉਸ ਚੀਜ਼ ਨੂੰ ਪ੍ਰਮੋਟ ਨਹੀਂ ਕਰ ਰਹੇ, ਅਸੀਂ ਪੰਡਿਤ ਜੀ ਦੇ ਨਾਲ ਪ੍ਰੋਪਰ ਇੱਕ ਚੰਗੀ ਉਹਨਾਂ ਨੇ ਸਟੱਡੀ ਕੀਤੀ ਹੈ, ਚੌਥੀ ਪੀੜ੍ਹੀ ਉਹਨਾਂ ਦੀ, ਚੌਥੀ ਜਨਰੇਸ਼ਨ ਹੈ ਔਰ ਉਹਨਾਂ ਨੂੰ 300 ਸਾਲ ਪਲੱਸ ਹੋ ਗਏ ਨੇ ਤੇ ਉਹਨਾਂ ਨੂੰ ਬਹੁਤ ਨੌਲੇਜ ਹੈ। ਅਸੀਂ ਨੌਲੇਜੇਬਲ ਬੰਦਾ ਹੀ ਆਪਣੀ ਸਟੂਡੀਓ ਦੇ ਵਿੱਚ ਬਿਠਾਇਆ ਜੋ ਤੁਹਾਡੀ ਹਰ ਪ੍ਰੋਬਲਮ ਨੂੰ ਸੋਲਵ ਕਰ ਸਕਦਾ ਔਰ ਜਨਰਲ ਉਪਾਅ ਵੀ ਦੱਸ ਰਹੇ ਨੇ ਤੁਹਾਨੂੰ। ਸੋ ਲਵ ਲਾਈਫ ਦੀ ਪ੍ਰੋਬਲਮ, ਪਹਿਲਾਂ ਲਵ ਲਾਈਫ ਵੱਲ ਜਾਵਾਂਗੇ, ਹੈ ਨਾ, ਵੀ ਉਹਨਾਂ ਨੂੰ ਸੋਲਵ ਕੀਤਾ ਜਾ ਸਕਦਾ, ਅਰੇਂਜ ਮੈਰਿਜ ਹੋ ਗਈ, ਲਵ ਮੈਰਿਜ ਹੋ ਗਈ, ਉਹਨਾਂ ਦੇ ਵਿੱਚ ਡਿਫਰੈਂਸ ਜਾਂ ਕਹਿ ਲਓ ਕੋਈ ਲਵ ਮੈਰਿਜ ਕਰਾਉਣਾ ਚਾਹੁੰਦੇ ਹੁੰਦੇ ਉਹਨਾਂ ਦਾ ਨਹੀਂ ਹੁੰਦਾ, ਅਰੇਂਜ ਮੈਰਿਜ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ, ਇਹਨਾਂ ਬਾਰੇ ਵੀ ਜ਼ਰੂਰ ਦੱਸੋ ਜੀ। ਲਵ ਮੈਰਿਜ, ਲਵ ਲਾਈਫ ਦੋਨੋਂ ਡਿਫਰੈਂਟ ਹੈ। ਬਿਲਕੁਲ, ਹੁਣ ਕਈਆਂ ਦਾ ਕਾਫੀ ਲੌਂਗ ਰਿਲੇਸ਼ਨਸ਼ਿਪ ਹੁੰਦਾ, 10-10 ਸਾਲ ਆਪਣੇ ਰਿਲੇਸ਼ਨਸ਼ਿਪ ਨੂੰ ਦਿੰਦੇ ਆ, ਲੇਕਿਨ ਉਹਨਾਂ ਦੀ ਲਵ ਮੈਰਿਜ ਨਹੀਂ ਹੋ ਪਾਉਂਦੀ, ਕਿਉਂਕਿ ਉਹਨਾਂ ਦੀ ਕੁੰਡਲੀ ਚ ਲਵ ਮੈਰਿਜ ਨਹੀਂ ਲਿਖੀ ਹੁੰਦੀ, ਲਵ ਲਾਈਫ ਲਿਖੀ ਹੁੰਦੀ ਹੈ।
ਤੁਸੀਂ ਟਾਈਮ ਸਿਰ ਹਰ ਚੀਜ਼ ਦਾ ਆ ਜਾਓਗੇ, ਟਾਈਮ ਸਿਰ ਕਰ ਲੋਗੇ ਤਾਂ ਹੱਲ ਹੋ ਜਾਊਗਾ। ਜੇ ਤੁਸੀਂ ਵੇਟ ਕਰਦੇ ਰਹੋਗੇ ਕਿ ਨਹੀਂ ਕੋਈ ਨਹੀਂ ਮੇਰਾ ਸਭ ਕੁਝ ਸੈੱਟ ਹੀ ਹੈ ਤੇ ਫਿਰ ਉਸ ਚੀਜ਼ ਦਾ ਫਾਇਦਾ ਕੋਈ। ਸੋ ਇਹੀ ਲਵ ਮੈਰਿਜ ਔਰ ਅਰੇਂਜ ਮੈਰਿਜ ਜੀ ਨਹੀਂ, ਹੋਰ ਵੀ ਹੈਗਾ ਅਰੇਂਜ ਮੈਰਿਜ। ਇੱਦਾਂ ਹੁਣ ਜਿੱਦਾਂ ਕਈ ਜਿਹਾਂ ਕੁੜੀ ਲਿਖਿਆ ਕਿ ਉਹਨਾਂ ਦੀ ਲਵ ਮੈਰਿਜ ਲਿਖੀ ਹੋਈ ਹੈ ਲੇਕਿਨ ਉਹ ਘਰ ਅਰੇਂਜ ਮੈਰਿਜ ਲੈਂਦੇ ਆ, ਉਦੋਂ ਪ੍ਰੋਬਲਮ ਆਉਂਦੀਆਂ। ਕਾਫੀ ਜਣਿਆਂ ਦੇ ਐਕਸਟਰਾ ਮੈਰਿਟਲ ਅਫੇਅਰਸ ਹੁੰਦੇ ਆ, ਠੀਕ ਹੈ ਜੀ। ਉਹ ਇਸੀ ਕਰਕੇ ਹੁੰਦੇ ਆ ਕਿ ਉਹ ਮਤਲਬ ਕਹਿ ਲਓ ਕਿ ਧੱਕੇ ਨਾਲ ਉਹਨਾਂ ਦੀ ਮੈਰਿਜ ਹੋ ਜਾਂਦੀ ਜਾਂ ਫੈਮਿਲੀ ਦੇ ਪ੍ਰੈਸ਼ਰ 'ਚ ਜਾ ਕੇ ਮੈਰਿਜ ਕਰ ਲੈਂਦੇ, ਜਾਂ ਕਈ ਇੱਦਾਂ ਦੇਖਦੇ ਕਿ ਅਸੀਂ ਥੋੜ੍ਹੀ ਠੀਕ ਫੈਮਿਲੀ ਤੋਂ, ਅਗਲਾ ਅੱਛੀ ਫੈਮਿਲੀ ਤੋਂ, ਜਾਂ ਕੁਛ ਵੀ ਚਲੋ ਐਕਸ ਵਾਈ ਜ਼ੈਡ ਕੋਈ ਵੀ ਰੀਜ਼ਨ ਹੈਗਾ, ਉਹ ਵਿਆਹ ਕਰ ਲੈਂਦੇ। ਫਿਰ ਉਸ ਤੋਂ ਬਾਅਦ ਮੈਰਿਜ ਕਰਨ ਤੋਂ ਬਾਅਦ ਜੇ ਉਹਨਾਂ ਦੀ ਲਵ ਲਾਈਫ ਲਿਖੀ ਹੈ, ਲਵ ਮੈਰਿਜ ਲਿਖੀ ਹੈ, ਤਾਂ ਐਕਸਟਰਾ ਮੈਰਿਟਲ ਅਫੇਅਰ ਹੁੰਦੇ ਆ, ਉਹਨਾਂ 'ਚ ਡਿਵੋਰਸ ਕੇਸਿਸ ਵੀ ਵੱਧ ਜਾਂਦੇ ਆ। ਕੁੰਡਲੀ ਖੋਲਦੇ ਨੂੰ ਕਿਹਾ ਭਾਜੀ ਏਦਾਂ ਆ, ਤੁਸੀਂ ਆਪਣਾ ਐਕਸਟਰਾ ਮੈਰਿਟਲ ਅਫੇਅਰ ਛੱਡ ਦਿਓ, ਠੀਕ ਹੈ ਜੀ, ਤੁਹਾਡਾ ਸਭ ਕੁਝ ਠੀਕ ਹੋ ਜਾਣਾ। ਉਹ ਕਹਿੰਦਾ ਭਾਜੀ ਮੇਰਾ ਹੈ ਹੀ ਨੀ, ਆਪਣੀ ਗਰਲਫ੍ਰੈਂਡ ਨੂੰ ਛੱਡਣਾ ਪੈਣਾ ਤੇ ਵਾਈਫ ਵੱਲ ਧਿਆਨ ਦੇਣਾ ਪੈਣਾ, ਦੋਨੋਂ ਪਾਸੇ ਤੁਸੀਂ ਆਪਣੇ ਦੋ ਜਗ੍ਹਾ ਨਹੀਂ ਰਹਿ ਸਕਦੇ। ਕਹਿੰਦਾ ਠੀਕ ਹੈ ਓਕੇ। ਗੱਲ ਕਰਦੇ 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 ਉਹਨੇ ਕਿਹਾ ਜੀ ਹੁਣ ਮੈਨੂੰ ਇਹ ਦੱਸੋ ਕਿ ਦੋਨੋਂ ਕਿੱਦਾਂ ਸਹੀ ਕੀਤੀ ਜਾ ਸਕਦੀਆਂ। ਹਾਂ ਕਹਿੰਦਾ ਜੀ ਉਹ ਚਲੋ ਠੀਕ ਹੈ ਹੁਣ ਭਾਜੀ ਮੈਂ ਇਸ ਚੀਜ਼ ਨੂੰ ਸੁਧਾਰ ਲੈਂਦਾ, ਬਟ ਆਪਾਂ ਜੇ ਕਰੀਏ ਤਾਂ ਕਿੱਦਾਂ ਹੋ ਸਕਦਾ, ਮਤਲਬ ਗੱਲਾਂ ਗੱਲਾਂ ਜਿਵੇਂ ਪੁੱਛਣਾ ਸ਼ੁਰੂ ਕਰ ਦਿੱਤਾ। ਮੈਂ ਕਿਹਾ ਦੇਖੋ ਤੁਸੀਂ ਪਹਿਲਾਂ ਹੀ ਐਗਰੀ ਕਰਦੇ ਹੋ ਤਾਂ ਮੈਂ ਪਹਿਲਾਂ ਹੀ ਹੱਲ ਦੇ ਦੇਵਾਂ। ਇਹ ਚੀਜ਼ਾਂ ਪੋਸੀਬਲ ਆ। ਲੋਕੀ ਕਹਿੰਦੇ ਜੀ ਮੈਂ ਘਰ ਵਾਲੀ ਵੀ ਰੱਖਣੀ ਹੈ ਤੇ ਬਾਹਰ ਵਾਲੀ ਵੀ ਰੱਖਣੀ ਹੈ, ਇਹ ਚੀਜ਼ਾਂ ਪੋਸੀਬਲ ਆ। ਲੋਕੀ ਕਰਦੇ ਆ ਲੇਕਿਨ ਇਹ ਕਰਨੀਆਂ ਨਹੀਂ ਚਾਹੀਦੀਆਂ, ਸਭ ਕੁਝ ਪਤਾ ਲੱਗ ਜਾਂਦਾ। ਬਿਲਕੁਲ, ਕਿਉਂਕਿ ਉਹ ਸ਼ੁਕਰ ਖਰਾਬ ਕਰ ਦਿੰਦਾ ਤੁਹਾਡਾ। ਐਕਸਟਰਾ ਮੈਰਿਟਲ ਅਫੇਅਰ ਹੈ ਲਾਈਫ ਦੇ ਵਿੱਚ, ਜੇ ਤੁਸੀਂ ਦੋ ਜਗ੍ਹਾ ਕਰੋਗੇ ਤੇ ਤੁਹਾਨੂੰ ਦੇਖੋ ਪੈਸਿਆਂ ਦੀ ਬਹੁਤ ਜ਼ਿਆਦਾ ਇਸ਼ੂਜ਼ ਪ੍ਰੋਬਲਮ ਆਉਂਦੀਆਂ, ਬਹੁਤ ਦਿੱਕਤਾਂ ਆਉਂਦੀਆਂ ਤੁਹਾਨੂੰ। ਜੇ ਦੋ ਜਗ੍ਹਾ ਤੁਸੀਂ ਆਪਣੇ ਕਰੋਗੇ ਤਾਂ ਰਿਲੇਸ਼ਨ ਚਲਾਓਗੇ ਤਾਂ ਕਾਫੀ ਲਾਈਫ ਖਰਾਬ ਹੋਣ ਦੇ ਚਾਂਸਿਸ ਹੈਗੇ ਆ। ਮਤਲਬ ਇੱਕੋ ਜਗ੍ਹਾ ਰੁਕਣਾ ਚਾਹੀਦਾ, ਰੁਕਣਾ ਚਾਹੀਦਾ। ਹੁਣ ਕਈ ਦੇਖੋ ਇੱਦਾਂ ਹੀ ਲਵ ਮੈਰਿਜ ਕਰਾ ਲੈਂਦੇ ਆ। ਲਵ ਮੈਰਿਜ ਦੇ ਵਿੱਚ ਵੀ ਮੈਂ ਕੇਸਿਸ ਦੇਖੇ ਆ। ਹਾਂਜੀ, ਲਵ ਮੈਰਿਜ ਕਰਾਉਣ ਤੋਂ ਬਾਅਦ ਇੱਕ ਪਰਸਨ ਆ, ਉਹਨਾਂ ਨੇ ਲਵ ਮੈਰਿਜ ਕਰਾ ਲਈ ਤੇ ਉਸ ਤੋਂ ਬਾਅਦ ਵੀ ਉਹਨਾਂ ਦਾ ਐਕਸਟਰਾ ਮੈਰਿਟਲ ਅਫੇਅਰ ਹੁੰਦਾ ਹੈ। ਐਕਸਟਰਾ ਮੈਰਿਟਲ ਅਫੇਅਰ ਦੀ ਮੈਂ ਜਾਨਣਾ ਚਾਹਾਂ ਕਿ ਉਹ ਅਟਰੈਕਸ਼ਨ ਆ ਜਾਂ ਕਹਿ ਲਓ ਵੀ ਸ਼ਾਰਟ ਟਾਈਮ ਅਟਰੈਕਸ਼ਨ ਆ ਜਾਂ ਕਿ ਉਹਨਾਂ ਚੀਜ਼ ਗ੍ਰਹਿ ਹੁੰਦਾ ਹੈ। ਅੱਛਾ, ਜਿਹੜੇ ਸ਼ੁੱਕਰ ਤੇ ਬੁੱਧ ਗ੍ਰਹਿ ਹੁੰਦਾ ਹੈ ਤੇ ਰਾਹੂ ਗ੍ਰਹਿ ਹੁੰਦਾ ਹੈ। ਅੱਛਾ, ਤਿੰਨ ਗ੍ਰਹਿ ਹੁੰਦੇ ਆ, ਉੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਬੰਦੇ ਦੇ ਜਿਹੜੇ ਹੈਗੇ ਆ ਕਿ ਉਹ ਪਾਰਟਨਰ ਨਾਲ ਜਿੱਦਾਂ ਹੁੰਦਾ ਨਾ ਲਵ ਮੈਰਿਜ 'ਚ ਕੋਈ ਕੁੰਡਲੀ ਨਹੀਂ ਮਿਲਾਉਂਦਾ। ਹਾਂਜੀ, 99% ਲਵ ਮੈਰਿਜ 'ਚ ਕੁੰਡਲੀ ਨਹੀਂ ਮਿਲਾਈ ਜਾਂਦੀ। ਉਹ ਬਿਨਾਂ ਮਿਲਾਈ ਕਰ ਦਿੰਦੇ ਆ। ਉਸ ਟਾਈਮ ਉਹਨਾਂ ਨੂੰ ਕਾਫੀ ਇੱਕ ਦੂਜੇ ਦੀ ਅਟਰੈਕਸ਼ਨ ਹੁੰਦੀ ਹੈ, ਸਭ ਕੁਝ ਹੁੰਦਾ ਤੇ ਉਸ ਤੋਂ ਬਾਅਦ ਉਹ ਵਿਆਹ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਬੰਦੇ ਦਾ ਧਿਆਨ ਕਿੱਥੇ ਹੋਰ ਹੋ ਜਾਂਦਾ, ਜਨਾਨੀਆਂ ਧਿਆਨ ਕਿੱਥੇ ਹੋਰ ਹੋ ਜਾਂਦਾ, ਫਿਰ ਉਹਨਾਂ ਦਾ ਡਿਵੋਰਸ ਵੱਧ ਜਾਂਦੇ, ਉਹਦਾ ਐਕਸਟਰਾ ਮੈਰਿਟਲ ਅਫੇਅਰ, ਉਹਦਾ ਅਲੱਗ ਮੈਰਿਟਲ ਅਫੇਅਰ ਹੁੰਦਾ, ਆਪਸ 'ਚ ਵੀ ਲੜਦੇ ਆ ਤੇ ਫਿਰ ਇੱਦਾਂ ਦੀ ਪਰੇਸ਼ਾਨੀਆਂ ਆਉਂਦੀਆਂ। ਇਹਦਾ ਡਿਵੋਰਸ ਦਾ ਕਾਰਨ ਵੀ ਕਿਤੇ ਨਾ ਕਿਤੇ ਇਹੀ ਹੈ, ਕੁੰਡਲੀ ਨਾ ਮਿਲਾਉਣਾ।
ਤੁਹਾਡੀ ਲਾਈਫ ਦੇ ਵਿੱਚ ਕੁੰਡਲੀ ਮੈਚ ਕਰਨੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜੇ ਤੁਸੀਂ ਕੁੰਡਲੀ ਮੈਚ ਨਹੀਂ ਕਰ ਰਹੇ ਨਾ, ਤੁਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਵੱਡਾ ਰਿਸਕ ਲੈ ਰਹੇ ਹੋ। ਅੱਛਾ ਹੁਣ ਲਵ ਲਾਈਫ 'ਤੇ ਆਪਾਂ ਆ ਰਹੇ ਸੀ, ਜਨਰਲ ਉਪਾਅ ਦੱਸਣਾ ਸੀਗਾ ਜਿਹੜੇ ਹੁਣ ਜਾ ਚੱਲ ਰਿਹਾ, ਜਿਹਨਾਂ ਨੂੰ ਲੱਗਦਾ ਕਿ ਨਹੀਂ ਵਿਆਹ ਹੋ ਸਕਦਾ, ਉਹਨਾਂ ਦਾ ਜਨਰਲ ਉਪਾਅ ਕੀ ਹੋ ਸਕਦਾ? ਜਨਰਲ ਉਪਾਅ ਸ਼ੁਕਰ ਦਾ, ਦੇਖੋ ਅਸੀਂ ਅਲੱਗ ਅਲੱਗ ਉਪਾਅ ਹੈ, ਬਹੁਤ ਘੱਟ ਲੋਕਾਂ ਨੂੰ ਵਰਕ ਹੋਏਗਾ, ਮੈਂ ਦੱਸ ਤਾਂ ਦਿੰਦਾ ਲੇਕਿਨ ਬਹੁਤ ਘੱਟ ਲੈ। ਤੁਸੀਂ ਕੀ ਕਰਨੀ ਹੈ, ਦਹੀਂ ਲੈਣਾ, ਦਹੀਂ ਦੇ ਵਿੱਚ ਬੂੰਦੀ ਪਾਣੀ ਹੈ, ਮਿੱਠੀ ਬੂੰਦੀ, ਠੀਕ ਹੈ ਜੀ। ਉਹਨੂੰ ਤੁਸੀਂ ਕਿਸੇ ਵੀ ਅਵਾਰਾ ਕੁੱਤਿਆਂ ਨੂੰ ਖਵਾ ਸਕਦੇ ਹੋ ਜਾਂ ਕਿਸੇ ਨੂੰ ਵੀ, ਮਤਲਬ ਇੱਦਾਂ ਆਪਣੇ ਘਰ ਦੇ ਬਾਹਰ ਰੱਖ ਸਕਦੇ ਹੋ, ਕੋਈ ਖਾਵੇ ਨਾ ਖਾਵੇ ਡਜ਼ਨਟ ਮੈਟਰ, ਆਪਣੇ ਬਾਊਲ ਦੇ ਮਿੱਟੀ ਦੇ ਬਾਊਲ ਦੇ ਵਿੱਚ ਦਹੀਂ ਅਤੇ ਉਹ ਆਪਣੀ ਉਹ ਪਾ ਕੇ, ਬਦਾਨਾ ਪਾ ਕੇ ਜਾਂ ਕੋਈ ਵੀ ਮਿੱਠੀ ਇੱਦਾਂ ਦੀ ਪਾ ਕੇ ਚੀਜ਼ ਰੱਖ ਸਕਦੇ ਹੋ, ਤਾਂ ਉਹਨਾਂ ਕਾਫ਼ੀ ਸ਼ੂਗਰ ਐਕਟਿਵ ਹੋ ਜਾਏਗਾ। ਬਹੁਤ ਸਾਰੇ ਜਿਹੜੇ ਅਫੇਅਰ ਵਾਲੇ ਹੋਣਗੇ ਉਹ ਟਰਾਈ ਕਰ ਸਕਦੇ ਆ, ਟਰਾਈ ਕਰ ਸਕਦੇ ਆ। ਨਹੀਂ ਗੱਲ ਬਣਦੀ ਤਾਂ ਤੁਸੀਂ ਪੰਡਿਤ ਤਰੁਣ ਸਮਰਾਟ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਅੱਛਾ ਕਈ ਵਾਰੀ ਕੀ ਹੁੰਦਾ, ਬਣਦਾ ਬਣਦਾ ਕੰਮ ਰੁਕ ਜਾਂਦਾ ਜੀ, ਉਹ ਕਿਉਂ ਹੁੰਦਾ? ਉਹ ਮੈਂ ਦੱਸਾਂ, ਨਜ਼ਰ ਕਾਫੀ ਲੱਗ ਜਾਂਦੀ ਹੈ, ਨਜ਼ਰ ਵੀ ਲੱਗਦੀ ਹੈ, ਰਾਹੂ ਗ੍ਰਹਿ ਵੀ ਉਹਦੇ ਵਿੱਚ ਪ੍ਰਡਿਕਟ ਕਰਦਾ, ਰਾਹੂ ਗ੍ਰਹਿ ਵੀ ਕਈਆਂ ਦਾ ਇੰਨਾ ਖਰਾਬ ਹੁੰਦਾ ਹੈ ਅਤੇ ਉਹਦੇ ਵਿੱਚ ਕੰਮ ਬੰਦੇ ਬੰਦੇ ਵਿਗੜ ਜਾਂਦੇ ਆ ਮੋਸਟ। ਦੇਖੋ ਕਾਫੀ ਜਿੱਦਾਂ ਕਈ ਲੋਕ ਨਾ ਹੁੰਦੇ ਖੱਪ ਪਾ ਦਿੰਦੇ ਆ, ਰੋਲਾ ਪਾ ਦਿੰਦੇ ਆ, ਉਹ ਸਭ ਨੂੰ ਢੰਡੋਰਾ ਪਿੱਟ ਦਿੰਦੇ ਆ ਕਿ ਹਾਂਜੀ ਅਸੀਂ ਇਹ ਕਰਨ ਲੱਗੇ, ਇੱਦਾਂ ਕਰਨ ਲੱਗੇ, ਇਹ ਕਰਨ ਲੱਗੇ, ਉਹਨਾਂ ਦਾ ਕੰਮ ਬਣਦਾ ਹੀ ਨਹੀਂ। ਸਭ ਕੁਝ ਸੈਟਲ ਹੁੰਦੀ ਹੈ, ਸਭ ਚੀਜ਼ਾਂ ਠੀਕ ਹੁੰਦੀਆਂ, ਸਾਰਾ ਕੁਛ ਵਧੀਆ ਹੁੰਦਾ, ਲੇਕਿਨ ਲਾਸਟ ਮੂਮੈਂਟ 'ਤੇ ਆ ਕੇ ਐਸੀ ਪਰੇਸ਼ਾਨੀ ਆ ਜਾਂਦੀ, ਉਹਨਾਂ ਦਾ ਕੰਮ ਹੀ ਨਹੀਂ ਬਣਦਾ। ਉਹਦੇ ਵਿੱਚ ਹੁੰਦਾ ਹੈ ਕਿ ਉਹ ਇੱਕ ਗ੍ਰਹਿ ਆ ਜਿਹਨੂੰ ਆਪਾਂ ਚੁੱਪ ਚਾਪ ਕੰਮ ਕਰ ਲਾਂਗੇ ਤਾਂ ਹੋ ਜੂਗਾ, ਜੇ ਨਹੀਂ ਕਰਾਂਗੇ ਤਾਂ ਉਹ ਕੰਮ ਨਹੀਂ ਹੋਣਾ। ਮੋਸਟਲੀ ਹਰ ਬੰਦੇ ਲਈ ਐਕਟਿਵ ਹੁੰਦਾ, ਮੈਨੂੰ ਵੀ ਐਂ ਲੱਗਦਾ ਇਹ ਹਰ ਇੱਕ ਦੇ ਨਾਲ ਹੁੰਦਾ, ਜਦੋਂ ਅਸੀਂ ਕੰਮ ਹੋਣ ਤੋਂ ਪਹਿਲਾਂ ਰੌਲਾ ਪਾ ਦਿੰਦੇ ਤਾਂ ਨਹੀਂ ਹੁੰਦਾ ਜੀ, ਉਹ ਨਜ਼ਰ ਲੱਗ ਜਾਂਦੀ, ਨਜ਼ਰ ਹੁੰਦੀ ਆ। ਹੁਣ ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਕਿਸੇ ਨੇ ਗੱਡੀ ਲੈਣੀ ਹੈ, ਉਹਨੇ ਆਪਣੇ ਯਾਰਾਂ ਦੋਸਤਾਂ ਨੂੰ ਦੱਸਤਾ ਜੀ ਮੈਂ ਫਲਾਣੀ ਫਲਾਣੀ ਗੱਡੀ ਲੈਣੀ ਹੈ, ਇੱਦਾਂ ਕਰਨਾ ਹੈ, ਅਤੇ ਉਹਦਾ ਕੰਮ ਬਣਦਾ ਹੀ ਨਹੀਂ। ਕਿਉਂ? ਕਿਉਂਕਿ ਸਭ ਦੀ ਪਹਿਲਾਂ ਹੀ ਲੱਗ ਜਾਂਦੀ, ਪਹਿਲਾਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਉਹ ਫਲਾਣੇ ਕੋਈ ਗੱਡੀ ਆਏਗੀ, ਅਸੀਂ ਕਦੋਂ ਕਰਾਂਗੇ, ਅਸੀਂ ਕਦੋਂ ਲਾਂਗੇ, ਉਹ ਕਿਤੇ ਨਾ ਕਿਤੇ ਨਜ਼ਰ ਦਾ ਰੂਪ ਲੈ ਲੈਂਦੀ ਹੈ। ਅੱਛਾ ਇਹ ਸਾਰੀਆਂ ਚੀਜ਼ਾਂ ਤਾਂ ਠੀਕ ਹੈ, ਇਹ ਪ੍ਰੈਡਿਕਸ਼ਨ ਵੀ ਠੀਕ ਹੈ, ਮੈਂ ਮੰਨਦੀ ਹਾਂ। ਇੱਕ ਨਾ ਅਸੀਂ ਮੇ ਬੀ ਸੋਸ਼ਲ ਮੀਡੀਆ 'ਤੇ ਵੀ ਦੇਖਿਆ ਹੋਣਾ, ਤੁਹਾਡੇ ਤੋਂ ਵੀ ਲਾਲ ਕਿਤਾਬ ਬਾਰੇ ਜਾਣਨਾ ਚਾਹਾਂਗੀ ਮੈਂ। ਹਾਂਜੀ, ਅਸੀਂ ਲਾਲ ਕਿਤਾਬ ਦੇ ਸਪੈਸ਼ਲਿਸਟ ਹਾਂ। ਅੱਛਾ ਤੁਸੀਂ ਲਾਲ ਕਿਤਾਬ ਵੀ ਪੜ੍ਹਦੇ? ਹਾਂ, ਬੇਸਿਕਲੀ ਸਾਡਾ ਜਿਹੜਾ ਮੇਨ ਕੰਮ ਹੈ ਉਹ ਸਾਡਾ ਲਾਲ ਕਿਤਾਬ ਦਾ। ਲਾਲ ਕਿਤਾਬ ਮੈਂ ਹਰ ਜਗ੍ਹਾ ਇਹ ਕਹਿੰਦਾ ਗਹਿਰਾ ਸਮੁੰਦਰ ਹੈ। ਲਾਲ ਕਿਤਾਬ ਤੋਂ ਸਭ ਕੁਛ ਪ੍ਰਿਡਿਕਟ ਕੀਤਾ ਜਾ ਸਕਦਾ ਹੈ। ਲਾਲ ਕਿਤਾਬ ਇੱਕ ਸੈਂਟੀਫਿਕ ਕਿਤਾਬ ਹੈ ਜਿਹੜੀ ਰਿਜ਼ਲਟ ਦੇ ਉੱਤੇ ਵਰਕ ਕਰਦੀ ਹੈ। ਜਿਹੜੇ ਤੁਹਾਨੂੰ ਮੈਂ ਉਪਾਅ ਵੀ ਦੱਸੇ ਉਹ ਲਾਲ ਕਿਤਾਬ ਦੇ ਉਪਾਅ ਨੇ। ਅੱਛਾ ਜੀ, ਮਤਲਬ ਇਹ ਜਿਹੜੇ ਸਾਰੇ ਉਪਾਏ ਤੁਸੀਂ ਸਾਨੂੰ ਜਨਰਲ ਉਪਾਅ ਦੱਸੇ ਨੇ ਲਾਲ ਕਿਤਾਬ ਦੇ ਉਪਾਏ ਨੇ, ਠੀਕ ਹੈ ਜੀ। ਜਿਹੜਾ ਸਿਰਫ ਉਹ ਨਜ਼ਰ ਵਾਲਾ ਛੱਡ ਕੇ ਬਾਕੀ ਸਾਰੇ ਲਾਲ ਕਿਤਾਬ ਦੇ ਉਪਾਏ ਨੇ। ਉਹ ਵੈਦਿਕ ਦਾ ਉਪਾਅ ਹੈ, ਜਿਹੜੇ ਹੁਣ ਬਾਕੀ ਲਿਖਾਏ ਆ ਉਹ ਸਾਰੇ ਲਾਲ ਕਿਤਾਬ ਦੇ ਉਪਾਏ ਆ। ਲਾਲ ਕਿਤਾਬ ਜਿਹੜਾ ਟਾਈਮ ਬਚਾਉਂਦੀ ਹੈ, ਲਾਲ ਕਿਤਾਬ ਤੁਹਾਨੂੰ ਬਿਲਕੁਲ ਇੱਕਦਮ ਸਟ੍ਰੀਕ ਉਪਾਅ ਦੱਸਦੀ ਹੈ ਅਤੇ ਸਟ੍ਰੀਕ ਤੁਹਾਨੂੰ ਰਿਜ਼ਲਟ ਮਿਲਦਾ ਉਸ ਚੀਜ਼ ਦਾ, ਸ਼ੋਰਟ ਪੀਰੀਅਡ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲਦਾ। ਅੱਛਾ ਜੀ, ਲਾਲ ਕਿਤਾਬ ਗਹਿਰਾ ਸਮੁੰਦਰ, ਗਹਿਰਾ ਬਹੁਤ ਬਹੁਤ ਸਾਰੇ ਲੋਕਾਂ ਨੇ ਸੁਣਿਆ ਹੋਣਾ ਲਾਲ ਕਿਤਾਬ ਬਾਰੇ, ਜਿੱਦਾਂ ਮੈਂ ਵੀ ਹੁਣ ਜਨਰਲੀ ਪੁੱਛ ਲਿਆ ਕਿ ਲਾਲ ਕਿਤਾਬ ਕਿਹਨੇ, ਕਈ ਲਾਲ ਕਿਤਾਬ ਦਾ ਨਾਮ ਸੁਣਦੇ ਡਰਦੇ ਵੀ ਨੇ, ਡਰਦੇ ਨੇ। ਦੋ ਕਿਤਾਬ ਹੈ, ਕਾਲੀ ਕਿਤਾਬ ਲਾਲ ਕਿਤਾਬ। ਕਾਲੀ ਕਿਤਾਬ ਵੀ ਹੈ? ਕਾਲੀ ਕਿਤਾਬ ਉਹ ਨੈਗੇਟਿਵ ਹੈ, ਜਿੱਦਾਂ ਹੁਣ ਕਿਸੇ ਨੇ ਕਹਿ ਲਓ ਕਿ ਇਸ ਤੇ ਗਲਤ ਕਰਾਉਣਾ ਕੁਛ ਕਰਾਉਣਾ, ਕਾਫੀ ਲੋਕ ਕਰਦੇ ਆ ਉੱਥੇ, ਕਾਲਾ ਜਾਦੂ ਟਾਈਪ, ਕਾਲਾ ਜਾਦੂ ਟਾਈਪ ਕਰਦੇ ਆ। ਅੱਛਾ ਹੁਣ ਨੈਗੇਟਿਵ ਚੀਜ਼ਾਂ ਦੀ ਗੱਲ ਹੋਈ ਹੈ, ਭੂਤ ਪ੍ਰੇਤ ਜੀ ਬਹੁਤ ਕੋਮਨ ਹੈ ਬਾਹਰਲੇ ਦੇਸ਼ਾਂ ਦੇ ਵਿੱਚ, ਅਬਰੋਡ ਦੇ ਵਿੱਚ ਬਹੁਤ ਜ਼ਿਆਦਾ ਕੋਮਨ ਹੈ ਭੂਤ ਪ੍ਰੇਤ। ਕਿਉਂ? ਇੱਥੇ ਤਾਂ ਆਪਾਂ ਸਭ ਕੁਛ ਕਰਦੇ ਹਾਂ,
ਅੱਜ ਕਿਸੇ ਦੀ ਡੈਥ ਹੋ ਗਈ ਤੇ ਉਹਦੇ ਵਿੱਚ ਆਪਾਂ ਉਹਦੀ ਸਾਰੀ ਕਿਰਿਆ ਪੂਰੀ ਕਰਦੇ ਹਾਂ, ਮਤਲਬ ਜੋ ਉਹਨਾਂ ਦਾ ਸੰਸਕਾਰ ਹੋਣਾ ਹੈ ਉਸ ਤੋਂ ਬਾਅਦ ਜੋ ਰੂਪਰੇਖਾ ਹੁੰਦੀ ਸਾਰਾ ਕੁਛ ਅਸੀਂ ਕਰਨਾ ਹੁੰਦਾ। ਬਾਹਰ ਕੀ ਹੁੰਦਾ, ਏਦਾਂ ਚੀਜ਼ਾਂ ਨਹੀਂ ਹੁੰਦੀਆਂ, ਐਸ਼ ਘਰ ਰੱਖ ਲੈਂਦੇ ਬਿਲਕੁਲ, ਹਾਂ ਰੱਖ ਲੈਂਦੇ ਸਭ ਕੁਝ ਕਰ ਲੈਂਦੇ, ਕੋਈ ਕਰਦੇ ਨੀ। ਤੇ ਉਹਦੇ ਵਿੱਚ ਬਹੁਤ ਕਲਾਇੰਟਸ ਦਾ ਮੈਨੂੰ ਇਹ ਹੁੰਦਾ ਕਿ ਉਹਨਾਂ ਦੇ ਆਤਮਾ ਆ ਗਈ ਜਾਂ ਉਹਨਾਂ ਨੂੰ ਦਿਖਦੀ ਹੈ, ਉਹ ਬੈਠੇ ਹੁੰਦੇ ਸੁੱਤੇ ਹੁੰਦੇ, ਉਹਨਾਂ ਦੇ ਕੋਲ ਉਹ ਚੀਜ਼ਾਂ ਲੰਘ ਕੇ ਜਾਂਦੀਆਂ, ਚੀਜ਼ਾਂ ਪੋਸੀਬਲ ਹੈ। ਬਹੁਤ ਜ਼ਿਆਦਾ ਲੋਕਾਂ ਨੂੰ ਬਾਹਰ ਹੋ ਰਹੀਆਂ ਇਹ ਚੀਜ਼ਾਂ, ਕਿਉਂ? ਕਿਉਂਕਿ ਉੱਥੇ ਚੀਜ਼ ਦਾ ਇਸ ਚੀਜ਼ ਦੀ ਗਤੀ ਨਹੀਂ ਹੈ, ਉਹ ਆਤਮਾ ਦੀ ਗਤੀ ਨਹੀਂ ਕਰਾਉਂਦੇ। ਸੋ ਇੱਕ ਹੁਣ ਇੱਥੇ ਨੈਗੇਟਿਵ ਐਨਰਜੀ ਦੀ ਗੱਲ ਹੋਈ, ਜਦੋਂ ਤੁਸੀਂ ਕਿਹਾ ਆਤਮਾ ਦਿਖਦੀ ਹੈ ਜਾਂ ਕਿਸੇ ਨੂੰ ਭੂਤ, ਅੱਛਾ ਬਹੁਤ ਵਾਰੀ ਆਪਾਂ ਵੀ ਤਾਂ ਦੇਖਿਆ ਕਿ ਭੂਤ ਚਿੰਬੜ ਜਾਂਦਾ ਜਿਹੜਾ ਕਹਿੰਦੇ, ਉਹ ਵੀ ਹੁੰਦਾ ਹੈ ਉਹ ਚੀਜ਼? ਹਾਂ ਬਿਲਕੁਲ ਹੁੰਦਾ, ਜਿੱਦਾਂ ਹੁਣ ਕਹਿ ਲਓ ਕੋਈ ਕਿਸੇ ਦੀ ਚੀਜ਼ ਪਈ ਹੈ, ਹੁਣ ਜਿੱਦਾਂ ਨਾ ਕਈ ਪੁਰਾਣੇ ਘਰ ਉੱਥੇ ਬਾਹਰ ਪਏ ਹੋਏ ਆ, ਇੱਥੇ ਇੰਡੀਆ 'ਚ ਬਹੁਤ ਘੱਟ ਚੀਜ਼ਾਂ, ਇੰਡੀਆ 'ਚ ਉੱਥੇ ਜਾ ਕੇ ਜਿੱਥੇ ਮਤਲਬ ਕਹਿ ਲਓ ਕਿ ਬਹੁਤ ਘੱਟ ਬਸਤੀ ਹੈ ਜਾਂ ਕਿਤੇ ਬਹੁਤ ਜ਼ਿਆਦਾ ਘੱਟ ਜਿੱਦਾਂ ਲੋਕ ਰਹਿੰਦੇ ਆ, ਉੱਥੇ ਜਿਹੜਾ ਪੁਰਾਣੇ ਜਿਹੜੇ ਖੰਡਰ ਪਏ ਹੋਏ ਆ ਉੱਥੇ ਉੱਥੇ ਹੈਗੀਆਂ ਚੀਜ਼ਾਂ। ਇਹ ਮੋਸਟਲੀ ਜਿੱਦਾਂ ਆਪਾਂ ਬਾਹਰ ਜਾਂਦੇ ਹਾਂ, ਅਬਰੋਡ ਜਾਂਦੇ ਹਾਂ, ਉੱਥੇ ਪੁਰਾਣੇ ਪੁਰਾਣੇ ਘਰ ਪਏ ਆ, ਉਹ ਕਾਫ਼ੀ ਸਸਤੇ 'ਚ ਮਿਲ ਜਾਂਦੇ ਆ, ਅਤੇ ਉਹਨਾਂ ਦੇ ਬੇਸਮੈਂਟ ਦੇ ਵਿੱਚ ਕਾਫ਼ੀ ਚੀਜ਼ਾਂ ਹੁੰਦੀਆਂ ਇੱਦਾਂ ਦੀਆਂ, ਅਤੇ ਬਾਹਰ ਉੱਪਰ ਹੁੰਦੀਆਂ, ਅਤੇ ਉਹ ਇੱਦਾਂ ਹੀ ਉਹ ਰੈਨੋਵੇਟ ਨਹੀਂ ਕਰਾਉਂਦੇ, ਉੱਦਾਂ ਹੀ ਰਹਿਣਾ ਸ਼ੁਰੂ ਕਰ ਦਿੰਦੇ, ਉਹਨਾਂ ਨੂੰ ਵਧੀਆ ਲੱਗਾ, ਅਫੋਰਡੇਬਲ ਸੀਗਾ ਸਭ ਕੁਝ ਸੀਗਾ, ਉਹ ਰਹਿਣਾ ਸ਼ੁਰੂ ਕਰ ਦਿੰਦੇ, ਉਹਦੇ ਇਸ ਘਰ ਦੇ ਵਿੱਚ ਉਹ ਊਰਜਾ ਹੁੰਦੀ ਹੈ। ਹਾਂ ਜਿੰਨ ਵੀ ਹੁੰਦਾ ਮੁਸਲਮਾਨੀ ਚੀਜ਼ਾਂ ਹੁੰਦੀਆਂ, ਉਹ ਚੀਜ਼ਾਂ ਆਪਣੇ ਅਟਰੈਕਟ ਕਰਦੀਆਂ। ਖੁਸ਼ ਜਿਹਾ ਹੁੰਦਾ ਰਾਤੀ ਬੰਦਾ ਪਰਫਿਊਮ ਲਾ ਕੇ ਨਾ ਜਾਵੇ, ਤੁਸੀਂ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ, ਅੱਜ ਕੱਲ ਤਾਂ ਚਲੋ ਨਹੀਂ ਪਤਾ, ਲੇਕਿਨ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਹੋਣਾ, ਤੁਸੀਂ ਮਿੱਠਾ ਖਾ ਕੇ ਨਹੀਂ ਜਾਣਾ, ਇਤਰ ਨਹੀਂ ਲਗਾਉਣਾ, ਮਿੱਠਾ ਖਾ ਕੇ ਨਹੀਂ ਜਾਣਾ, ਤੇ ਪਰਫਿਊਮ ਲਗਾ ਕੇ ਨਹੀਂ ਜਾਣਾ, ਮਰਗ ਤੇ ਇਦਾਂ ਚੀਜ਼ਾਂ ਨਹੀਂ ਕਰਕੇ ਜਾਣੀਆਂ, ਭੜਕੀਲੇ ਰੰਗ ਨਹੀਂ ਪਾ ਕੇ ਜਾਣੇ, ਉਹ ਚੀਜ਼ਾਂ ਅਟਰੈਕਟ ਕਰ ਲੈਂਦੀਆਂ, ਆਹ ਉੱਤੇ ਸੰਸਕਾਰ ਹੋ ਰਹੇ, ਤੁਸੀਂ ਪਰਫਿਊਮ ਲਾ ਕੇ ਪਹੁੰਚ ਗਏ, ਉਹ ਜਿਹੜੀ ਆਤਮਾ ਨੇ ਉਹਨਾਂ ਤੁਹਾਡੇ ਨਾਲ ਚੱਲ ਪੈਣਾ, ਇਦਾਂ ਹੁੰਦਾ ਪੋਸੀਬਲ ਹੈ ਇਹ ਚੀਜ਼ਾਂ। ਛੁਟਕਾਰਾ ਕਿਵੇਂ ਪਾਇਆ ਜਾਂਦਾ ਇਸ ਚੀਜ਼ ਦਾ? ਅਲੱਗ ਅਲੱਗ ਹੁੰਦਾ, ਕਈ ਵਾਰੀ ਹੁੰਦਾ ਕਿ ਉਹ ਚੀਜ਼ਾਂ ਨਹੀਂ ਤੁਹਾਡੇ ਨਾਲ ਰਹਿ ਪਾਉਂਦੀਆਂ। ਅੱਛਾ ਹੁਣ ਮੈਂ ਜੇ ਜਿਨ ਜੇ ਗੱਲ ਕਰਾਂ, ਸਮਟਾਈਮ ਕੀ ਹੁੰਦਾ ਕਿ ਮੈਂ ਕੇਸਿਸ ਸੁਣੇ ਨੇ, ਇੱਕ ਕੁੜੀ ਆ, ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਜਿੱਦਾਂ ਉਹਨੂੰ ਇੱਕ ਕੁੜੀ ਆ, ਮੰਨ ਲਓ ਉਹਨੂੰ ਛੋਟੇ ਹੁੰਦਿਆਂ ਤੋਂ ਆਪਦੇ ਆਪ ਨਾਲ ਕੋਈ ਚੀਜ਼ ਫੀਲ ਹੋ ਰਹੀ ਆ, ਉਹਨੂੰ ਟੱਚ ਕਰ ਰਹੀ ਆ, ਵੀ ਉਹ ਉਹ ਤੋਂ ਵੀ ਛੁਟਕਾਰਾ ਕਰਕੇ ਛੁਟਕਾਰਾ ਮਿਲ ਜਾਂਦਾ ਹੈ? ਇਹਦਾ ਮੈਂ ਤੁਹਾਨੂੰ ਇੰਸਟੈਂਟ ਦੱਸਦਾ, ਮੈਂ ਰੀਸੈਂਟਲੀ ਇੰਗਲੈਂਡ ਗਿਆ ਸੀਗਾ, ਉਹਦੇ ਵਿੱਚ ਮੈਂ ਪਿੱਛੇ ਵੀ ਕਾਫੀ ਲੋਕਾਂ ਨੂੰ ਦੱਸਿਆ ਵੀ ਚੀਜ਼ਾਂ, ਉੱਥੇ ਇੱਕ ਬੱਚੀ ਸੀਗੀ ਤੇ ਉਹਦਾ ਵੇਟ ਮੰਨ ਲਓ 40 kg ਵੇਟ ਸੀਗਾ। ਅੱਛਾ, ਆਪਣਾ ਵੇਟ ਜਿਹੜਾ ਕਰਦੀ ਸੀ 80 kg ਆਉਂਦਾ ਸੀ, ਡਬਲ ਆਉਂਦਾ ਸੀਗਾ। ਉਹਦਾ ਕਾਰਨ ਕੀ ਹੈ, ਉਹ ਚੀਜ਼ਾਂ ਉਹਦੇ ਨਾਲ ਹੈਗੀਆਂ ਸੀ, ਜੇ ਉਹ ਨਾ ਕਰਦੀ, ਉਹਨੂੰ ਲੱਗਦਾ ਸੀ ਉਹ ਕਾਫੀ ਹੈਲਦੀ ਸੀ, ਉਹਨੂੰ ਲੱਗਦਾ ਸੀਗਾ ਕਿ ਮੇਰਾ ਵੇਟ ਹੀ ਇੰਨਾ, ਮਤਲਬ ਐਕਚੁਅਲ ਉਹਦਾ ਵੇਟ ਇੰਨਾ ਨਹੀਂ ਸੀਗਾ, ਉਹਦਾ ਵੇਟ ਸੀ 40 ਜਦੋਂ ਕਰਦੀ ਸੀ। ਹਾਂ ਜਦੋਂ ਬਾਹਰ ਚੋਂ ਕੀਤਾ ਉਹ ਮਤਲਬ ਅਰਾਊਂਡ ਸੀਗਾ ਉਹਦਾ, ਜਦੋਂ ਆਪਾਂ ਬਾਹਰ ਚੋਂ ਕੀਤਾ 55 ਸੀਗਾ ਉਹਦਾ ਵੇਟ, ਐਗਜ਼ਾਮਪਲ ਦਿੱਤੀ 40-80 ਤੁਹਾਨੂੰ ਐਗਜ਼ਾਮਪਲ ਦਿੱਤੀ, ਐਕਚੁਅਲ ਉਹਦਾ ਵੇਟ ਸੀਗਾ। ਹਾਂ ਡਬਲ ਹੋ ਜਾਂਦਾ, ਵੱਧ ਜਾਂਦਾ, ਜਿੰਨੀ ਉਹਦਾ ਵੇਟ ਹੁੰਦਾ ਉਹ ਚੀਜ਼ਾਂ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਂਦੀਆਂ, ਉਹ ਚੀਜ਼ਾਂ ਹੁੰਦੀਆਂ, ਇਹ ਚੀਜ਼ਾਂ ਪੋਸੀਬਲ ਹੈ। ਇਸ ਕਰਕੇ ਇਸ ਚੀਜ਼ ਦਾ ਬਚਾਅ ਰੱਖਣਾ ਚਾਹੀਦਾ। ਹੁਣ ਆਪਾਂ ਸੁਰੱਖਿਆ ਕਵਚ ਬੰਨਦੇ ਹਾਂ, ਸੁਰੱਖਿਆ ਕਵਚ ਦੋ ਹੁੰਦਾ, ਹੁਣ ਆਪਾਂ ਮੌਲੀ ਬਣ ਕੇ ਰੱਖਦੇ ਹਾਂ। ਹਾਂਜੀ ਜੀ, ਅੱਛਾ ਮੌਲੀ ਬੰਦੇ ਉਹ ਵੀ ਬਚਾਅ ਕਰਦੀ ਹੈ, ਬਹੁਤ ਬਚਾਅ ਕਰਦੀ ਹੈ, ਵੱਡੇ ਵੱਡੇ ਧਾਰਮਿਕ ਸਥਲ ਨੇ ਉਹਦਾ ਚੋਂ ਆਪਾਂ ਲੈ ਕੇ ਬੰਦੇ ਹਾਂ, ਕਾਫੀ ਰੱਖਿਆ ਕਰਦੀ ਹੈ। ਅੱਛਾ ਇਹ ਮੌਲੀ ਤੋਂ ਮੈਨੂੰ ਯਾਦ ਆਇਆ, ਬਹੁਤ ਸਾਰੇ ਪੇੜ ਅਸੀਂ ਦੇਖੇ ਹੋਣੇ ਜਿਨ੍ਹਾਂ ਤੇ ਮੌਲੀਆਂ ਬੰਨੀਆਂ ਜਾਂਦੀਆਂ ਕਿ ਸਾਡੀ ਵਿਸ਼ ਪੂਰੀ ਹੋ ਜਾਏਗੀ, ਇਹ ਚੀਜ਼ ਹੁੰਦੀ ਹੈ? ਬਿਲਕੁਲ ਹੁੰਦੀ ਹੈ, ਟਰੂ ਹੈ, ਇਹ ਵੀ ਤੁਹਾਨੂੰ ਮੈਂ ਇੰਸੀਡੈਂਟ ਦੱਸ ਦਿੰਦਾ ਇਹਦਾ। ਅੱਛਾ ਹਾਂ, ਇਹਦੇ ਵਿੱਚ ਇੱਦਾਂ ਹੈ ਕਿ ਇੱਕ ਪੇਰੈਂਟਸ ਸੀਗੇ, ਉਹਨਾਂ ਦੇ ਬੱਚਾ ਨਹੀਂ ਹੋ ਰਿਹਾ ਸੀਗਾ, ਕਾਫੀ ਚੀਜ਼ਾਂ ਸੀਗੀਆਂ, ਉਹਨਾਂ ਨੂੰ ਮੈਂ ਕੁਛ ਨਹੀਂ ਉਪਾਅ ਕਰਾਇਆ, ਉਹਨਾਂ ਨੂੰ ਕਿਹਾ ਜੀ ਮੈਂ ਕਿ ਤੁਸੀਂ ਇੱਦਾਂ ਜਾਓ, ਠੀਕ ਹੈ ਜੀ, ਉੱਥੇ ਜਾ ਕੇ ਨਾਰੀਅਲ ਦਾ ਮੌਲੀ ਬਣ ਕੇ ਆਓ,
ਬੰਨੇ ਆ 6 ਮਹੀਨੇ ਦੇ ਅੰਦਰ ਅੰਦਰ ਉਹਨਾਂ ਦੀ ਗੁੱਡ ਨਿਊਜ਼ ਆ ਗਈ। ਇਹ ਚੀਜ਼ਾਂ ਪੋਸੀਬਲ ਹੈ, ਮੰਨੋਗੇ ਸਭ ਕੁਛ ਹੈ। ਹੁਣ ਉਹਨਾਂ ਦਾ ਸਭ ਕੁਛ ਠੀਕ ਸੀ, ਗ੍ਰਹਿ ਵੀ ਠੀਕ ਸੀ, ਕੁਛ ਕੀਤਾ ਕਰਾਇਆ ਵੀ ਨਹੀਂ ਸੀਗਾ, ਸਭ ਕੁਛ ਸੀ। ਇਹ ਕੀ ਹੁੰਦੀ, ਕਈਆਂ ਦੀ ਭੁੱਲ ਚੁੱਕ ਹੁੰਦੀ ਹੈ। ਇੱਦਾਂ ਕਹਿ ਲਓ ਕਿ ਮਾਂ ਬਾਪ ਨੇ ਵਿਸ਼ ਮੰਗੀ, ਉਹ ਬੱਚਿਆਂ ਨੂੰ ਪਤਾ ਹੀ ਨਹੀਂ, ਉਹਨਾਂ ਨੇ ਪੂਰੀ ਨਹੀਂ ਕੀਤੀ, ਤੇ ਫਿਰ ਭੁੱਲ ਚੁੱਕ ਹੁੰਦੀ ਹੈ। ਤੇ ਫਿਰ ਆਪਾਂ ਉਹਨੂੰ ਦੱਸਦੇ ਹਾਂ ਕਿ ਪਰਮਾਤਮਾ ਜਾ ਕੇ ਉਸ ਚੀਜ਼ ਦੀ, ਕਹਿ ਲਓ ਕਿ ਆਪਾਂ ਇੱਕ ਸਟੈਪ ਸੋਰੀ ਮੰਗ ਸਕਦੇ ਹਾਂ, ਮਾਫ਼ੀ ਮੰਗ ਸਕਦੇ ਹਾਂ ਕਿ ਸਾਨੂੰ ਉਸ ਚੀਜ਼ ਦੀ ਨੌਲੇਜ ਨਹੀਂ ਹੈ, ਕੁਛ ਵੀ ਨਹੀਂ ਹੈ, ਅਤੇ ਜੋ ਵੀ ਵਿਸ਼ ਸੀਗੀ ਸਾਡੇ ਮਾਂ ਬਾਪ ਦੀ ਉਹ ਪੂਰੀਆਂ ਹੋਣ ਜਾਂ ਕੁਛ ਹੈ। ਕਈਆਂ ਨੂੰ ਇਸ ਚੀਜ਼ ਦੇ ਡ੍ਰੀਮ ਵੀ ਆ ਜਾਂਦੇ ਆ ਆਪਣੇ ਮਾਂ ਬਾਪ ਬਿਲਕੁਲ ਸੁਖਨਾ ਦੀ ਗੱਲ ਕਰ ਰਹੇ ਹਾਂ। ਕਈਆਂ ਨੂੰ ਡ੍ਰੀਮ ਆ ਜਾਂਦੇ, ਕਈਆਂ ਨੂੰ ਨਹੀਂ ਆ ਪਾਉਂਦੇ ਡ੍ਰੀਮ। ਸੋ ਡ੍ਰੀਮਸ ਦੀ ਗੱਲ ਹੋਈ ਆ ਤਾਂ ਇੱਕ ਚੀਜ਼ ਹੋਰ ਆ, ਜਿੱਦਾਂ ਹੁਣ ਕਿਸੇ ਮ੍ਰਿਤ ਬੰਦੇ ਦਾ ਡ੍ਰੀਮ ਆ ਜਾਣਾ, ਕਿ ਇਹ ਵੀ ਸਾਨੂੰ ਕੋਈ ਸਿਗਨਲ ਦਿੰਦੇ ਆ? ਸਿਗਨਲ ਦਿੰਦੇ, ਉਹਦੀ ਕੋਈ ਵਿਸ਼ਿਸ ਹੁੰਦੀ ਹੈ। ਜਿੱਦਾਂ ਮੰਨ ਲਓ ਕਿਸੇ ਦੀ ਗਤੀ ਨਹੀਂ ਹੋ ਪਾਈ, ਉਹਨਾਂ ਦੇ ਕਈ ਵਾਰੀ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਆ, ਤੇ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਗਤੀ ਕਰਾਉਣੀ ਜ਼ਰੂਰੀ ਹੁੰਦੀ। ਜਿੱਦਾਂ ਕਈ ਇੰਸੀਡੈਂਟ ਹੁੰਦੇ, ਐਕਸੀਡੈਂਟ ਦੇ ਵਿੱਚ ਮੌਤ ਹੋ ਗਈ, ਮਾਂ ਬਾਪ ਨੂੰ ਉਹਨਾਂ ਦੀ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਉਹਦੀ ਡੈੱਡ ਬੋਡੀ ਸੀ, ਕਿੱਥੇ ਕੀ ਸੀ, ਕੁਛ ਨਹੀਂ ਪਤਾ ਲੱਗਾ। ਕਿ ਉਹਨਾਂ ਨੇ, ਚਲੋ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਾਂਜੀ ਸਾਡਾ ਬੱਚਾ ਇੱਦਾਂ ਹੋ ਗਿਆ, ਤੇ ਉਸ ਤੋਂ ਬਾਅਦ ਉਹਨਾਂ ਕੇਸਾਂ ਦੇ ਵਿੱਚ ਕਾਫ਼ੀ ਜ਼ਿਆਦਾ ਦੇਖਿਆ ਗਿਆ। ਅਤੇ ਇਸ ਕਰਕੇ ਉਹਨਾਂ ਦੀ ਇੰਦਰ ਬਲੀ ਹੁੰਦੀ ਹੈ ਕਾਫ਼ੀ, ਜਿੱਦਾਂ ਹਰਿਦੁਆਰ ਵੀ ਹੁੰਦੀ ਹੈ, ਗਯਾ ਜੀ ਵੀ ਹੁੰਦੀ ਹੈ, ਸਾਰੀ ਜਗ੍ਹਾ ਹੁੰਦੀ ਹੈ, ਅਤੇ ਉਹ ਤੁਹਾਨੂੰ ਕਰਾ ਲੈਣੀ ਚਾਹੀਦੀ ਹੈ। ਅੱਛਾ, ਅਤੇ ਜੇ ਮੰਨ ਲਓ ਕਿਸੇ ਡੈਡ ਪਰਸਨ ਦਾ ਸਾਨੂੰ ਸੁਪਨਾ ਆ ਰਿਹਾ ਸਾਨੂੰ, ਅੱਛਾ ਇਹ ਚੀਜ਼ਾਂ ਮੈਂ ਤਾਂ ਪੁੱਛ ਰਹੀ ਹਾਂ ਕਿਉਂਕਿ ਬਹੁਤ ਲੋਕਾਂ ਦੇ ਨਾਲ ਇਹ ਹੋਇਆ ਹੋਣਾ ਕਿ ਸੁਪਨੇ ਦੇ ਵਿੱਚ ਆ ਕੇ ਕਦੀ ਪੈਸਾ ਫੜਾ ਜਾਣਾ ਜਾਂ ਖੁਸ਼ ਮੰਗਲ ਪੁੱਛ ਲੈਣਾ, ਹੈ ਨਾ, ਵੀ ਇਹ ਇਹ ਚੀਜ਼ਾਂ ਕੀ ਹੈ? ਵੈਲ ਵਿਸ਼ਸ ਹੁੰਦਾ ਹੈ ਕਈ, ਜਿੱਦਾਂ ਹੁਣ ਕਹਿ ਲਓ ਕਿ ਕਈ ਬੱਚੇ ਨੇ ਨਾ, ਬੱਚੇ ਦੇ ਪੇਰੈਂਟ, ਬੱਚੇ ਛੋਟੇ ਹੁੰਦੇ ਤੇ ਪੇਰੈਂਟਸ ਉਹਨਾਂ ਦੀ ਡੈਥ ਹੋ ਜਾਂਦੀ ਹੈ, ਤੇ ਉਹਨਾਂ ਨੂੰ ਫਿਰ ਉਹ ਗਾਈਡ ਕਰਦੇ ਆ। ਅੱਛਾ, ਮੇਰਾ ਇੱਦਾਂ ਹੀ ਇੱਕ ਫਰੈਂਡ ਹੈ, ਤੇ ਉਹਦੇ ਪੇਰੈਂਟਸ ਦੀ ਡੈਥ ਹੋ ਗਈ, ਤੇ ਉਹਨਾਂ ਨੂੰ ਮਤਲਬ ਛੋਟੇ ਸੀਗੇ ਸਾਰੇ, ਉਹਨਾਂ ਦੇ ਅਰਨਿੰਗ ਫਾਦਰ ਹੀ ਸੀਗੇ, ਤੇ ਉਹਨਾਂ ਨੂੰ ਫਿਰ ਉਹਦੇ ਪੇਰੈਂਟਸ ਨੇ ਗਾਈਡ ਕੀਤਾ। ਰਿਐਲਿਟੀ ਹੈ ਲਈ ਉਹ ਆ ਕੇ ਦੱਸਦੇ ਰਹੇ ਕਿ ਆਪਾਂ ਇੱਦਾਂ ਦਾ ਪੁੱਤ ਇੱਦਾਂ ਕਰਨਾ ਹੈ, ਇੱਦਾਂ ਸਭ ਕੁਛ ਕਰਨਾ, ਸਭ ਕੁਛ ਕਰਨਾ, ਉਹਨਾਂ ਨੇ ਗਾਈਡੈਂਸ ਮਿਲੀ ਹੈ। ਅੱਛਾ, ਇਹਨੂੰ ਇਹ ਨੈਗੇਟਿਵ ਨਹੀਂ, ਪੋਜ਼ਿਟਿਵਿਟੀ ਵੀ ਲੈ ਕੇ ਜਾ ਸਕਦੇ ਹਾਂ ਆਪਾਂ, ਪੋਜ਼ਿਟਿਵ ਵੀ ਚੀਜ਼ ਹੈਗੀ ਹੈ ਜੀ। ਮਤਲਬ ਪੋਜ਼ਿਟਿਵਿਟੀ ਦੇ ਨਾਲ ਦੇਖ, ਪੋਜ਼ਿਟਿਵ ਆਬਵੀਅਸਲੀ ਜੇ ਤੁਹਾਨੂੰ ਆ ਕੇ ਗਾਈਡ ਕਰ ਰਹੇ ਤਾਂ ਪੋਜ਼ਿਟਿਵ ਵੀ ਗਾਈਡ ਕਰੋਗੇ, ਹੈ ਨਾ। ਸੋ ਗ੍ਰਹਿ ਦਾ ਤੁਸੀਂ ਦੱਸ ਰਹੇ ਹੋ ਕਿਵੇਂ ਕਿਵੇਂ ਵਰਕ ਕਰਦੇ ਨੇ, ਹੈ ਨਾ, ਵੀ ਚਲੋ ਹੁਣ ਗ੍ਰਹਿਾਂ ਤੇ ਵੀ ਆ ਜਾਂਦੇ ਹਾਂ। ਸੋ ਆਪਾਂ ਰਾਹੂ ਪੁੱਛ ਲਿਆ, ਮੰਗਲ ਪੁੱਛ ਲਿਆ, ਮੈਂ ਹੋਰ ਗ੍ਰਹਿ ਬਾਰੇ ਵੀ ਜ਼ਰੂਰ ਜਾਣਨਾ ਚਾਹੂੰਗੀ ਕਿ ਕਿਹੜੇ ਸਾਡੇ ਲਈ ਮਤਲਬ ਕਿ ਚੰਗਾ ਹੁੰਦਾ। ਮੈਂ ਤੁਹਾਨੂੰ ਉਦਾਂ ਛੋੜ ਜਾਂਦਾ, ਉਦਾਂ ਲੌਂਗ ਜਾਵਾਂਗੇ ਤਾਂ ਬਹੁਤ ਹੋਏਗਾ। ਨੈਕਸਟ ਮੈਂ ਆਪਾਂ ਉਸ ਚੀਜ਼ ਬਾਰੇ ਵੀ ਡਿਸਕਸ ਕਰਾਂਗੇ, ਪਾਰਟੀਕੁਲਰ ਉਸ ਚੀਜ਼ ਦੇ ਉੱਤੇ ਡਿਸਕਸ ਕਰਾਂਗੇ। ਫਿਲਹਾਲ ਦੀ ਘੜੀ ਜੇ ਆਪਾਂ ਕਰਦੇ ਹਾਂ, ਚੰਦਰਮਾ ਕੀ ਹੈ? ਹਾਂਜੀ, ਚੰਦਰਮਾ ਮਨ ਦਾ ਮਾਲਕ ਹੈ, ਮਤਲਬ ਆਪਣੇ ਮਨ ਨੂੰ ਪੀਸ ਦਿੰਦਾ ਹੈ। ਮੰਗਲ ਜਿਹੜਾ ਹੁੰਦਾ ਹੈ, ਗੁੱਸੇ ਦਾ ਵੀ ਮਾਲਕ ਹੈ, ਸ਼ੁਭ ਘੜੀ ਦਾ ਵੀ ਮਾਲਕ ਹੈ, ਆਪਣਾ ਗੌਰਮੈਂਟ ਜੋਬ ਤੋਂ ਵੀ ਪ੍ਰਡਿਕਟ ਕਰਦਾ ਹੈ, ਕਾਫੀ ਚੀਜ਼ਾਂ ਮੰਗਲ ਤੋਂ ਪ੍ਰਡਿਕਟ ਹੁੰਦੀਆਂ। ਬੁੱਧ ਗ੍ਰਹਿ ਤੋਂ ਆਪਣਾ ਜਿਹੜਾ ਹੈਗਾ ਬਿਜ਼ਨਸ ਪ੍ਰਡਿਕਟ ਹੁੰਦਾ ਹੈ, ਪਾਰਟਨਰਸ਼ਿਪ ਪ੍ਰਡਿਕਟ ਹੁੰਦੀ ਹੈ, ਅਤੇ ਆਪਣਾ ਜਿਹੜਾ ਸੋਰਸ ਆਫ ਇਨਕਮ ਕਿੱਥੇ ਕਰਨਾ ਚਾਹੀਦਾ ਉਹ ਪ੍ਰਡਿਕਟ ਹੁੰਦਾ ਹੈ। ਇੱਦਾਂ ਹੀ ਸ਼ਨੀ ਨਾਲ ਪ੍ਰਡਿਕਟ ਹੁੰਦਾ ਹੈ ਕਿਹੜਾ ਬਿਜ਼ਨਸ ਕਰਨਾ ਚਾਹੀਦਾ, ਲੋਹੇ ਦੇ ਰਿਲੇਟਡ ਕਰਨਾ ਚਾਹੀਦਾ, ਕਿਸ ਚੀਜ਼ ਦਾ ਕਰਨਾ ਚਾਹੀਦਾ, ਕਿੱਦਾਂ ਕਰਨਾ ਚਾਹੀਦਾ, ਉਹ ਸਭ ਕੁਛ ਸ਼ਨੀ ਤੋਂ ਪ੍ਰਡਿਕਟ ਹੁੰਦਾ ਹੈ ਕਿ ਸਾਡੀ ਲਾਈਫ 'ਚ ਪੈਸਾ ਕਿੰਨਾ ਹੈ, ਪ੍ਰੋਪਰਟੀ ਹੈ ਕਿ ਨਹੀਂ ਹੈ, ਇਹ ਸ਼ਨੀ ਤੋਂ ਪ੍ਰਡਿਕਟ ਹੁੰਦੀ ਹੈ। ਇੱਦਾਂ ਹੀ ਕੇਤੂ, ਕੇਤੂ ਗ੍ਰਹਿ ਹੁੰਦਾ ਸਾਡੀ ਬੋਲੀ ਨੂੰ ਪ੍ਰਡਿਕਟ ਕਰਦਾ, ਸਾਡੇ ਬੱਚੇ ਨੂੰ ਪ੍ਰਡਿਕਟ ਕਰਦਾ ਹੈ, ਇਹ ਸਾਰੇ ਗ੍ਰਹਿ ਜਿੱਦਾਂ ਰਿਲੇਟ ਕਰਦੇ ਆ। ਉਸ ਤੋਂ ਬਾਅਦ ਜਿੱਦਾਂ ਆਪਾਂ ਗੱਲ ਕਰੀਏ ਸ਼ੁੱਕਰ ਦੀ, ਸ਼ੁੱਕਰ ਆਪਣੀ ਮੈਰਿਜ ਲਾਈਫ ਨੂੰ ਪ੍ਰਡਿਕਟ ਕਰਦਾ, ਲਗਜ਼ਰੀ ਲਾਈਫ ਨੂੰ ਪ੍ਰਡਿਕਟ ਕਰਦਾ ਹੈ, ਐਕਸਟਰਾ ਮੈਰਿਟਲ ਫੇਅਰ ਨੂੰ ਪ੍ਰਡਿਕਟ ਕਰਦਾ, ਰਾਹੂ ਜਿਹੜਾ ਹੈਗਾ ਆਪਣੇ ਕੋਰਟ ਕਚਹਿਰੀ, ਕੇਸ ਮੁਕੱਦਮੇ, ਨਾਨਕੇ, ਸਸੁਰਾਲ, ਇਹ ਸਭ ਚੀਜ਼ਾਂ ਨੂੰ ਪ੍ਰਡਿਕਟ ਕਰਦਾ ਹੈ ਜੀ। ਤੇ ਖਰਾਬ ਗ੍ਰਹਿ ਕਿੱਦਾਂ ਸਹੀ ਕਰ ਸਕਦੇ? ਉਹ ਡਿਪੈਂਡ ਕਰਦਾ ਕਿੱਥੇ ਬੈਠਾ ਤੇ ਨਾਲ ਕਿਹੜਾ ਗ੍ਰਹਿ ਬੈਠਾ। ਮੰਨ ਲਓ ਫੋਰ ਐਗਜ਼ਾਮਪਲ ਚੰਦਰਮਾ ਬੈਠਾ, ਚੰਦਰਮਾ ਨਾਲ ਸ਼ਨੀ ਬੈਠਾ, ਹੁਣ ਆਪਸ 'ਚ ਚੰਦਰਮਾ ਸ਼ਨੀ ਵਿਸ਼ ਯੋਗ ਬਣਾਉਂਦੇ ਆ, ਹੁਣ ਉਹਨਾਂ ਦੋਨਾਂ ਨੂੰ ਅੱਡ ਕਰਨਾ ਪਏਗਾ, ਨਹੀਂ ਤਾਂ ਕੁੰਡਲੀ ਦੇ ਵਿੱਚ ਤੁਹਾਡੇ ਬਿਮਾਰੀਆਂ ਚੱਲਦੀਆਂ ਰਹਿਣਗੀਆਂ।
ਅੰਡਿਲ ਦੇਖਣਾ ਪੈਣਾ ਉਹ ਕਿਹੜੇ ਘਰ ਚ ਬੈਠੇ ਆ, 12 ਘਰ ਹੈ, 9 ਗ੍ਰਹਿ ਹੈ, ਹੁਣ ਕਿਹੜਾ ਕਿਸ ਨਾਲ ਕੰਬਾਈਨ ਬੈਠਾ, ਕਿਹੜਾ ਕਿੱਦਾਂ ਬੈਠਾ, ਉਹ ਸਾਨੂੰ ਦੇਖਣਾ ਪੈਂਦਾ ਕਿੱਦਾਂ ਬੈਠਾ, ਉਹ ਸਾਰੀ ਪ੍ਰੈਡਿਕਸ਼ਨ ਜਿਹੜੀ ਹੁੰਦੀ ਹੈ ਉਹ ਪਰਟੀਕੁਲਰ ਪਰਸਨ ਦੀ ਹੁੰਦੀ ਹੈ। ਹੁਣ ਕਈ ਆਪਾਂ ਦੇਖਦੇ ਹਾਂ ਕਿ ਰਾਜ ਯੋਗ ਪੁੱਛਦੇ ਆ ਕਈ ਲੋਕੀ ਕਾਫੀ ਕਿ ਹਾਂਜੀ ਸਾਡੀ ਕੁੰਡਲੀ ਚ ਰਾਜਯੋਗ ਤਾਂ ਹੈਗਾ, ਪੈਸਾ ਕਦੋਂ ਆਏਗਾ। ਮੈਂ ਇਹ ਪੁੱਛਣ ਲੱਗੀ ਸੀ ਕਈ ਵਾਰੀ ਹੁੰਦਾ ਕਿ ਹਾਂ ਪੈਸਾ ਹੈ ਪਰ ਸਾਡੇ ਕੋਲ ਆ ਨਹੀਂ ਰਿਹਾ ਜਾਂ ਰੁਕ ਨਹੀਂ ਰਿਹਾ ਜੀ। ਉਹਦਾ ਹੁੰਦਾ ਹੈ ਕਿ ਕਈ ਜਣੇ ਨਾ ਗਲਤ ਡਾਇਰੈਕਸ਼ਨ ਦੇ ਵਿੱਚ ਹੁੰਦੇ ਆ। ਹੁਣ ਫੋਰ ਐਗਜ਼ਾਮਪਲ ਕਿਸੇ ਦੀ ਕੁੰਡਲੀ ਚ ਇਹ ਲਿਖਿਆ ਕਿ ਆਪਾਂ ਟਰੈਕਿੰਗ ਲਾਈਨ ਦਾ ਬਿਜ਼ਨਸ ਕਰਨਾ ਜਾਂ ਫੂਡ ਲਾਈਨ ਦਾ ਬਿਜ਼ਨਸ ਕਰਨਾ ਹੈ ਜਾਂ ਆਪਾਂ ਕਲੋਥ ਦਾ ਬਿਜ਼ਨਸ ਕਰਨਾ, ਲੇਕਿਨ ਉਹ ਕਰਦੇ ਨਹੀਂ, ਉਹ ਕੁਛ ਹੋਰ ਕਰਦੇ ਪਏ। ਪੈਸਾ ਆਉਂਦਾ ਬਸ ਆਪਣੀ ਆਈ ਚਲਾਈ ਚਲਾ ਰਹੇ ਹੋ, ਪੈਸਾ ਟਿੱਕ ਨਹੀਂ ਰਿਹਾ। ਪੈਸਾ ਟਿੱਕੇਗਾ ਉਦੋਂ ਤੁਸੀਂ ਸਹੀ ਡਾਇਰੈਕਸ਼ਨ ਚ ਹੋਵੋਗੇ, ਐਫਰਟਸ ਪ੍ਰੋਪਰ ਤਰੀਕੇ ਨਾਲ ਤੁਹਾਡੇ ਲੱਗੇ ਹੋਣਗੇ, ਸਭ ਕੁਛ ਹੋਊਗਾ ਤੇ ਤਾਂ ਤੁਹਾਡੇ ਕੋਲ ਪੈਸਾ ਆਏਗਾ, ਪੈਸਾ ਟਿੱਕੇਗਾ। ਉਹਦੇ ਲਈ ਇੱਕ ਸਮਾਂ ਹੁੰਦਾ ਹੈ, ਸਭ ਚੀਜ਼ਾਂ ਦੇਖੀਆਂ ਜਾਂਦੀਆਂ, ਗ੍ਰਹਿ ਕਿੱਥੇ ਬੈਠਾ, ਕਿੱਥੇ ਵਰਕ ਕੀਤਾ, ਗ੍ਰਹਿਆਂ ਦਾ ਕੀ ਉਪਾਅ ਹੈ, ਕੀ ਚੀਜ਼ਾਂ ਆਪਾਂ ਨੂੰ ਕਰਨੀਆਂ ਪੈਣੀਆਂ, ਕਿੱਦਾਂ ਕਿੱਦਾਂ ਦਾਨ ਪੁੰਨ ਕਰਨਾ ਪੈਣਾ, ਸਭ ਕੁਛ ਦੱਸਿਆ ਜਾਂਦਾ। ਉਹ ਆਪਾਂ ਦੱਸਦੇ ਹਾਂ ਅਗਲੇ ਪਰਸਨ ਨੂੰ ਕਿੱਦਾਂ ਕਰਨਾ। ਮੈਂ ਹੁਣ ਜਾਣਨਾ ਚਾਹਵਾਂ ਜਿੱਦਾਂ ਹੁਣ ਜੇ ਮੈਂ ਫਿਰ ਮੈਂ ਅਲਫਾਬੈਟਸ ਤੇ ਤਾਂ ਨਹੀਂ, ਕਿਉਂਕਿ ਅਲਫਾਬੈਟਸ ਵਾਲੇ ਬਹੁਤ ਸਾਰੇ ਲੋਕ ਜਿਹਦੇ ਮੈਨੂੰ ਬੜਾ ਇੰਟਰਸਟ ਪੈਂਦਾ ਨਾ ਕਿ ਕੋਈ ਏ ਨਾਮ ਤੋਂ ਸ਼ੁਰੂ ਹੁੰਦਾ ਤਾਂ ਕਿੱਦਾਂ ਹੋ ਸਕਦਾ, ਕੀ ਹੋ ਸਕਦਾ। ਮੋਸਟ ਆਫ ਦ ਨੈਗੇਟਿਵ ਐਨਰਜੀ ਕੌਣ ਅਟਰੈਕਟ ਕਰਦਾ, ਕਿਹੜੇ ਉਹ ਲੋਕ ਨੇ ਜਿਹੜੇ ਨੈਗੇਟਿਵ ਐਨਰਜੀ ਨੂੰ ਛੇਤੀ ਆਪਦੇ, ਮਤਲਬ ਜਿਹਨਾਂ ਨੂੰ ਛੇਤੀ ਨੈਗੇਟਿਵ ਐਨਰਜੀ ਲੈ ਮਤਲਬ ਆਪਦੇ ਵਸ਼ ਚ ਕਰ ਲੈਂਦੀ ਹੈ। ਦੇਖੋ ਐਲਫਾਬੈਟ ਤੋਂ ਨਹੀਂ ਮੈਂ ਪ੍ਰੈਡਿਕਟ ਕਰ ਸਕਦਾ, ਲੇਕਿਨ ਜਿਹਨਾਂ ਦਾ ਸ਼ਨੀ ਵੀਕ ਹੁੰਦਾ ਉਹ ਲੋਕ ਜਿਨ੍ਹਾਂ ਦਾ ਮੰਗਲ ਵੀਕ ਹੁੰਦਾ, ਸ਼ੁੱਕਰ ਵੀਕ ਹੁੰਦਾ, ਉਹ ਜਲਦੀ ਟੁੱਟ ਜਾਂਦੇ ਆ। ਜਿੱਦਾਂ ਮੰਗਲ ਕਿਸੇ ਦਾ ਬਹੁਤ ਸਟਰੋਂਗ ਆ, ਚੰਗੇ ਘਰ 'ਚ ਬੈਠਾ, ਉਹ ਬੰਦਾ ਜਾਂ ਤਾਂ ਫੌਜੀ ਹੋਏਗਾ, ਗੌਰਮੈਂਟ ਜੋਬ 'ਚ ਹੋਏਗਾ, ਬਹੁਤ ਅੱਛੀ ਵਿਲ ਪਾਵਰ ਹੋਏਗੀ ਉਹ 'ਚ, ਬਹੁਤ ਸਟਰੋਂਗ ਹੋਏਗਾ, ਕਿਸੇ ਨਾਲ ਵੀ ਮਤਲਬ ਕਹਿ ਲਓ ਕਿ ਅੱਗੇ ਖੜਾ ਹੋ ਜਾਏਗਾ। ਕਹਿੰਦੇ ਮੰਗਲ ਵਾਲੇ ਪਰਸਨ ਲੜਾਈ ਵੀ ਬਹੁਤ ਛੇਤੀ ਕਰਦੇ ਆ, ਮੰਗਲੀਕ ਜਿਹੜੇ ਹੁੰਦੇ ਆ ਗੁੱਸਾ ਬਹੁਤ ਜ਼ਿਆਦਾ ਹੁੰਦਾ, ਉਹਨਾਂ ਨੂੰ ਨਜ਼ਰ ਨਹੀਂ ਛੇਤੀ ਲੱਗਦੀ। ਉਦਾਸ ਰਹਿੰਦੇ ਆ ਤੇ ਉੱਥੇ ਵੀ ਉਹਨਾਂ ਨੂੰ ਨੈਗੇਟਿਵ ਐਨਰਜੀ ਪੈ ਸਕਦੀ ਹੈ। ਇਹ ਚੀਜ਼ਾਂ ਪੋਸੀਬਲ ਹੁੰਦੀਆਂ। ਗ੍ਰਹਿਆਂ ਦੇ 9 ਗ੍ਰਹਿ ਨੇ, 9 ਗ੍ਰਹਿ ਦੇ ਵਿੱਚ ਸਾਰੇ ਗ੍ਰਹਿ ਅਲੱਗ ਅਲੱਗ ਵਰਕ ਕਰਦੇ, ਇੱਕ ਇੱਕ ਚੀਜ਼ ਨੂੰ ਦੱਸਣਾ ਪੈਂਦਾ ਕਿੱਦਾਂ 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 ਹੁੰਦਾ। ਸੋ ਸਭ ਕੁਛ ਥੋੜ੍ਹਾ ਟਾਈਮ ਆਫ ਬਰਥ, ਪਲੇਸ ਆਫ ਬਰਥ ਅਤੇ ਡੇਟ ਆਫ ਬਰਥ, ਇਹ ਚੀਜ਼ਾਂ ਦੱਸ ਸਕਦੀਆਂ। ਬਿਲਕੁਲ ਜਨਰਲ ਉਹ ਪਾਤ ਆਪਾਂ ਚਲੋ ਸ਼ੇਅਰ ਕਰ ਹੀ ਰਹੇ ਹਾਂ ਵੀ ਲਵ ਲਾਈਫ ਲਈ ਕੀ ਕਰਨਾ ਚਾਹੀਦਾ। ਅੱਛਾ ਹੁਣ ਆਪਾਂ ਲਵ ਲਾਈਫ ਦੀ ਗੱਲ ਕਰ ਲਈ, ਲਵ ਮੈਰਿਜ ਦੀ ਗੱਲ ਕਰ ਲਈ, ਅਰੇਂਜ ਮੈਰਿਜ ਦੀ ਗੱਲ ਕਰ ਲਈ, ਹੁਣ ਐਕਸਟਰਾ ਮੈਰਿਟਲ ਤੱਕ ਦੀ ਗੱਲ ਕਰ ਲਈ, ਸੋ ਜਿਹੜੀਆਂ ਪ੍ਰੋਬਲਮਸ ਨੇ ਜੇ ਉਹਨਾਂ ਨੂੰ ਸੋਲਟ ਕਰਨਾ ਹੋਵੇ। ਜੀ ਪ੍ਰੋਬਲਮ ਜਿੱਦਾਂ ਹੁਣ ਮੰਨ ਲਓ ਕਪਲ ਕੋਈ ਆਪਣਾ ਟੇਵਾ ਲੈ ਕੇ ਆਉਂਦਾ, ਹੁਣ ਉਸ ਕਪਲ ਦੇ ਟੇਵੇ ਦੇ ਵਿੱਚ ਲਿਖਿਆ ਕਿ ਇਹਦੇ 2 ਵਿਆਹ ਦੇ ਯੋਗ ਆ, 1 ਦੇ ਹੈ ਨਹੀਂ, ਉਹ ਬਹੁਤ ਜ਼ਿਆਦਾ ਕੇਸਿਸ ਦੇਖੇ ਜਾਂਦੇ ਆ। ਹੁਣ ਉਹਨਾਂ ਵਿੱਚ ਉਪਾਅ ਕਰਨੇ ਪੈਂਦੇ, ਉਹਨਾਂ ਦੇ ਕੀ ਉਪਾਅ ਨੇ। ਹੁਣ ਕਈਆਂ ਨੂੰ ਤਾਂ ਮਤਲਬ ਨੋਰਮਲ ਉਪਾਅ ਵੀ ਲਿਖੇ ਜਾਂਦੇ, ਕਈਆਂ ਦੇ ਸਪੈਸੀਫਿਕ ਉਪਾਅ ਹੁੰਦੇ ਆ, ਫਿਰ ਡਿਫਰੈਂਟ ਉਪਾਅ ਵੀ ਹੁੰਦੇ ਆ, ਅਲੱਗ ਅਲੱਗ ਪਰਸਨ ਦੇ ਅਲੱਗ ਅਲੱਗ ਉਪਾਅ ਹੁੰਦੇ ਆ। ਹੁਣ ਮੋਸਟ ਪ੍ਰੋਬਬਲੀ ਜਿਹੜੇ ਅੱਜ ਕੱਲ੍ਹ ਡਿਵੋਰਸ ਕੇਸਿਸ ਬਹੁਤ ਵੱਧ ਗਏ ਆ, ਤੁਸੀਂ ਦੇਖੋਗੇ ਕਿ ਸਾਰੇ ਇਹੀ ਪਾਸੇ ਇਹੀ ਚੀਜ਼ਾਂ ਹੁੰਦੀਆਂ ਪਈਆਂ ਕਿ ਉਹ ਡਿਵੋਰਸ ਵਾਲੇ ਪਾਸੇ ਜਾਣ ਨੂੰ ਸ਼ੁਰੂ ਹੋ ਗਏ, ਥੋੜੇ ਦਿਨ ਨਹੀਂ ਆਪਣੀ ਲਾਈਫ ਬਤੀਤ ਕਰਦੇ ਚੰਗੀ ਤਰ੍ਹਾਂ, ਬਾਅਦ ਚੋਂ ਫਿਰ ਆਪਣੇ ਅਲੱਗ ਹੋ ਜਾਂਦੇ। ਸ਼ਾਰਟ ਟਰਮ ਰਿਲੇਸ਼ਨਸ਼ਿਪ ਹੋ ਗਿਆ ਜੀ। ਹਾਂ, ਉਹਦਾ ਕਾਰਨ ਇਹ ਹੈ ਕਿ ਉਹ ਬਲੀਵ ਹੀ ਨਹੀਂ ਕਰਦੇ ਕੁੰਡਲੀ 'ਚ। ਹੁਣ ਤੁਸੀਂ ਲਵ ਮੈਰਿਜ ਵਾਲੇ ਨੂੰ ਜਾਂ ਮਤਲਬ ਕਹਿ ਲਓ ਜਿਹੜੇ ਆਪਸ 'ਚ ਜਿੰਨਾ ਦਾ ਫੇਰ, ਉਹਨੂੰ ਕਹਿ ਲਓਗੇ ਅਸੀਂ ਕੁੰਡਲੀ ਮਿਲਾ ਕੇ ਦੇਖਣੀ ਹੈ, ਜੇ ਤੁਹਾਡੀ ਦੋਨਾਂ ਦੀ ਮਿਲ ਗਈ ਤਾਂ ਤੁਸੀਂ ਵਿਆਹ ਕਰਨਾ, ਜੇ ਨਾ ਮਿਲੀ ਤਾਂ ਨਹੀਂ ਕਰਨਾ, ਐਗਰੀ ਨਹੀਂ ਕਰਨਗੇ। ਜੇ ਉਹਨਾਂ ਦੇ ਪੇਰੈਂਟਸ ਦੋਨੋਂ ਜਾਣੇ ਕਹਿੰਦੇ ਕੁੰਡਲੀ 'ਚ ਬਲੀਵ ਕਰਦੇ, ਪੇਰੈਂਟਸ ਕੁੰਡਲੀ ਮਿਲਾਉਣ ਲੈ ਗਏ, ਤਾਂ ਉਹਨਾਂ ਨੇ ਕਹਿਣਾ ਜੀ ਆਪਾਂ ਇਸ ਪਿੰਡ ਤੋਂ ਨਹੀਂ ਜਾਣਾ, ਦੂਜੇ ਕੋਲ ਚੱਲੀਏ, ਜਿਹੜਾ ਹਾਮੀ ਕਰ ਦੂਗਾ।
ਇਹ ਕੁੰਡਲੀ ਨਾ ਮਿਲਣ ਦਾ ਕਾਰਨ, ਉਸ ਤੋਂ ਬਾਅਦ ਫਿਰ ਉਹ ਵਿਆਹ ਤਾਂ ਕਰ ਲੈਂਦੇ ਹੈ, ਆਪਣੀ ਜਿੱਦ ਤਾਂ ਪੁਗਾ ਲੈਂਦੇ ਹੈ, ਸਭ ਕੁਛ ਉਹ ਕਰ ਲੈਂਦੇ ਆਪਣੇ ਅਕੋਰਡਿੰਗ, ਠੀਕ ਹੈ ਜੀ, ਲੇਕਿਨ ਫਿਰ ਉਹਨਾਂ ਟਿਕ ਨਹੀਂ ਪਾਉਂਦਾ, ਫਿਰ ਬਾਅਦ ਚੋਂ ਪਛਤਾਉਂਦੇ। ਤੁਸੀਂ ਦੇਖਣਾ 6 ਸਾਲ ਦਾ ਰਿਲੇਸ਼ਨ, ਅਸੀਂ ਤੁਹਾਨੂੰ ਦੱਸਣੇ ਅਗਲੇ ਆਉਣ ਵਾਲੇ 60 ਸਾਲ, ਹਾਂਜੀ, ਦੋਨਾਂ 'ਚ ਫਰਕ ਹੈ। ਫਰਕ ਹੈ, ਉਹੀ ਨਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲਵ ਲਾਈਫ ਲਿਖੀ ਹੈ ਪਰ ਲਵ ਮੈਰਿਜ ਨਹੀਂ ਲਿਖੀ। ਹੁਣ ਕਈ ਦੇਵੇ ਇੱਦਾਂ ਦੇ ਵੀ ਹੈ, ਬਿਨਾਂ ਕੁੰਡਲੀ ਮਿਲਾਏ ਉਹਨਾਂ ਨੇ ਵਿਆਹ ਕੀਤਾ ਤਾਂ ਉਹਨਾਂ ਦੀ ਲਾਈਫ ਬਹੁਤ ਅੱਛੀ ਚੱਲ ਰਹੀ ਹੈ, ਬਹੁਤ ਹੈਪੀ ਲਾਈਫ ਹੈ, ਬੱਚੇ ਵੀ ਬਹੁਤ ਅੱਛੇ ਹੈ, ਸਭ ਕੁਛ ਬਹੁਤ ਵਧੀਆ। ਤੁਸੀਂ ਲੱਕੀ ਹੋ ਕਿ ਤੁਹਾਡੀ ਕੁੰਡਲੀ ਮਿਲ ਗਈ, ਤੁਹਾਡਾ ਆਟੋਮੈਟਿਕਲੀ ਸਭ ਕੁਛ ਮਿਲ ਗਿਆ, ਤੁਸੀਂ ਨਾਮ ਮਿਲਾਏ ਸਭ ਕੁਛ ਮਿਲ ਗਿਆ। ਹੁਣ ਕਈ ਕੇਸਿਸ ਇੱਦਾਂ ਵੀ ਆਉਂਦੇ, ਇਹ ਨਹੀਂ ਕਿ ਸਾਰੇ ਕੇਸਿਸ ਲਵ ਮੈਰਿਜ ਦੇ ਵੀ ਡਿਵੋਰਸ ਹੁੰਦੇ ਆ, ਹੁਣ ਕਈ ਕੇਸਿਸ ਇੱਦਾਂ ਦੇ ਵੀ ਹੈਗੇ ਆ, ਉਹਨਾਂ ਦਾ ਦੋਨਾਂ ਦਾ ਮੰਗਲ ਵੀ ਮੈਚ ਹੁੰਦਾ, ਰਾਹੂ ਵੀ ਮੈਚ ਹੋ ਰਿਹਾ, ਸ਼ੁੱਕਰ ਵੀ ਮੈਚ ਹੋ ਰਿਹਾ, ਗ੍ਰਹਿ ਅੱਛੇ ਮਿਲ ਰਹੇ ਆ, ਯੋਗ ਅੱਛੇ ਹੈ, ਅਤੇ ਵਿਆਹ ਹੋ ਰਿਹਾ ਉਹਨਾਂ ਦਾ ਬਿਨਾਂ ਕੁੰਡਲੀ ਮਿਲਾਏ। ਬਿਲਕੁਲ। ਅੱਛਾ, ਜਨਰਲ ਉਪਾਅ ਦੇ ਵਿੱਚ ਹੁਣ ਮੈਂ ਘਰ ਦੀ ਸੁੱਖ ਸ਼ਾਂਤੀ ਦੇ ਲਈ ਜੀ ਜਨਰਲ ਉਪਾਅ ਪੁੱਛਾ ਤੁਹਾਨੂੰ। ਜੀ, ਘਰ ਦੀ ਸੁੱਖ ਸ਼ਾਂਤੀ ਕਿਸ ਟਾਈਪ ਦੀ? ਜਿਹੜੇ ਸ਼ਹਿਰਾਂ ਚ ਉਹ ਆਟਾ ਲੈ ਲੈਣ ਤੇ ਕਿੱਥੇ ਨਾ ਕਿੱਥੇ ਉਹ ਦਾਨ ਕਰ ਦੇਣ, ਚਾਹੇ ਉਹ ਮੰਦਰ ਗੁਰਦੁਆਰਾ ਪਿੰਗਲਵਾੜੇ ਕਿੱਥੇ ਵੀ ਦਾਨ ਕਰ ਦੇਣ, ਤੇ ਸ਼ਾਂਤੀ ਸ਼ਾਂਤੀ ਹੋ ਜੂਗੀ। ਜ਼ਿੰਦਗੀ ਨੂੰ ਬੈਲੈਂਸ ਚਲਾਉਣ ਦੇ ਲਈ ਮੈਂ ਕਹਿੰਦੀ ਸ਼ਾਂਤੀ ਬਹੁਤ ਜ਼ਰੂਰੀ, ਬਹੁਤ ਜ਼ਰੂਰੀ, ਕਿਉਂਕਿ ਸ਼ਾਂਤੀ ਤੁਹਾਨੂੰ ਬੈਲੈਂਸ ਕਰਦੀ ਹੈ, ਔਰ ਸ਼ਾਂਤੀ ਦੇ ਨਾਲ ਕਿਹਾ ਤੁਹਾਡਾ, ਦੇਖੋ ਘਰ ਦੇ ਵਿੱਚ ਸ਼ਾਂਤੀ ਹੋਏਗੀ ਬੰਦੇ ਦਾ ਨਵੀਂ ਚੀਜ਼ ਲਿਆਉਣ ਨੂੰ ਮਨ ਕਰੇਗਾ, ਬਿਲਕੁਲ, ਘਰ 'ਚ ਸ਼ਾਂਤੀ ਹੋਏਗੀ ਘੁੰਮਣ ਵੀ ਜਾਣਗੇ, ਠੀਕ ਹੈ ਜੀ, ਘਰ ਘੁੰਮਣਾ ਕਿੰਨਾ ਜ਼ਰੂਰੀ ਹੈ, ਜ਼ਿੰਦਗੀ ਨੂੰ ਇੰਜੋਏ ਕਰਨਾ ਵੀ ਤਾਂ ਜ਼ਰੂਰੀ, ਬਹੁਤ ਜ਼ਿਆਦਾ ਜ਼ਰੂਰੀ ਹੈ, ਅਸੀਂ ਇਹ ਨਹੀਂ ਸਟਕ, ਜਿੱਦਾਂ ਦੇਖੋ ਆਪਾਂ ਕਿੱਥੇ ਵੀ ਜਾਂਦੇ ਹਾਂ, ਹੁਣ ਇੱਕ ਵੀਕ ਹੈ ਪੂਰਾ, ਹਾਂਜੀ, ਮੰਡੇ ਤੋਂ ਸੈਚਰਡੇ ਆਪਾਂ ਕੰਮ ਕਰ ਰਹੇ ਹਾਂ, ਸੰਡੇ ਜੇ ਬ੍ਰੇਕ ਮਿਲ ਗਈ ਨਾ ਤੁਸੀਂ ਨਵੇਂ ਬੂਸਟ ਹੋ ਜਾਓਗੇ। ਹੁਣ ਕਈ ਲੋਕੀ ਇੱਦਾਂ ਦੇ ਆ ਉਹ ਕੰਮ ਕਰੀ ਜਾਂਦੇ ਆ, ਇਹ ਵੀ ਪੋਜ਼ਿਟਿਵ ਐਨਰਜੀਜ਼ ਲੈ ਕੇ ਆਉਂਦੀਆਂ, ਦੇਖੋ ਬ੍ਰੇਕ ਲੈ ਕੇ ਆਉਂਦੀ ਹੈ, ਆਪਣੇ ਆਪ ਨੂੰ ਸਮਾਂ ਇੰਜੋਏ, ਤੁਸੀਂ ਆਪਣੇ ਆਪ ਨੂੰ ਸਮਾਂ ਦਿਓਗੇ, ਆਪਣੇ ਆਪ ਨਾਲ ਇੰਜੋਏ ਕਰੋਗੇ, ਕਿਤੇ ਨਾ ਕਿਤੇ ਤੁਹਾਨੂੰ ਬਹੁਤ ਅੱਛਾ ਫੀਲ ਹੋਏਗਾ। ਬੱਚਿਆਂ ਦਾ ਜ਼ਿਕਰ ਵੀ ਕੀਤਾ ਆਪਾਂ, ਬੱਚੇ ਤਾਂ ਜੈਂਡਰ ਤੁਸੀਂ ਕਿਹਾ ਕਿ ਪ੍ਰੈਡਿਕਟ ਨਹੀਂ ਕਰਨਾ ਚਾਹੀਦਾ, ਹਨਾ, ਵੀ ਪ੍ਰੈਡਿਕਟ ਨਾ ਕਰਦੇ ਹੋ, ਹਨਾ, ਤੇ ਇੱਕ ਚੀਜ਼ ਜਾਣਨਾ ਪਹਿਲਾਂ ਤਾਂ ਗੰਢ ਮੂਲ ਕੀ ਹੈ ਔਰ ਉਹ ਬੱਚੇ ਕਿਹੜੇ ਹੁੰਦੇ ਆ? ਜੀ, ਗੰਢ ਮੂਲ ਇਹ ਹੁੰਦਾ ਹੈ ਕਿ ਮੈਂ ਤਾਂ ਉਹਨਾਂ ਨੂੰ ਬਹੁਤ ਲੱਕੀ ਪਰਸਨ ਮੰਨਦਾ ਜਿਹੜੇ ਗੰਢ ਮੂਲ ਦੇ ਵਿੱਚ ਹੁੰਦੇ ਆ। ਅੱਛਾ, ਅੰਟਿਲ ਜੇ ਪਿਤਾ 28 ਦਿਨ ਦਾ ਪੀਰੀਅਡ ਹੁੰਦਾ ਹੈ, 28 ਦਿਨ ਦੇ ਵਿੱਚ ਗੰਢ ਮੂਲ ਦੀ ਪੂਜਾ ਹੁੰਦੀ ਹੈ, ਸੇਮ ਨਕਸ਼ਤਰ ਦੇ ਵਿੱਚ ਉਹਦੀ ਪੂਜਾ ਹੁੰਦੀ, ਜਿਸ ਨਕਸ਼ਤਰ ਦੇ ਵਿੱਚ ਬੱਚਾ ਪੈਦਾ ਹੋਇਆ ਉਸ ਨਕਸ਼ਤਰ 28 ਦਿਨ ਬਾਅਦ ਉਹਦੀ ਪੂਜਾ ਹੁੰਦੀ ਹੈ। ਜੇ ਉਹ ਪਿਤਾ ਉਸ ਬੱਚੇ ਦਾ ਮੂੰਹ ਨਾ ਦੇਖੇ, ਅਵੇਅਰ ਰਹਿਣਾ ਪੈਂਦਾ ਸਾਨੂੰ ਕਿ ਮਤਲਬ ਬੇਬੀ ਹੋਇਆ, ਤੇ ਕਈ ਵਾਰੀ ਹੁੰਦਾ ਪਹਿਲਾਂ ਆਪਾਂ ਪੁੱਛ ਸਕਦੇ ਹਾਂ ਕਿ ਗੰਢ ਮੂਲ ਕਿਹੜੇ ਕਿਹੜੇ ਤਰੀਕਾ ਨੂੰ ਹੈਗਾ, ਜੇ ਮੰਨ ਲਓ ਤੁਹਾਡੇ ਬੱਚੇ ਦੀ ਮਤਲਬ ਦੱਸ ਦਿੱਤਾ ਡਾਕਟਰ ਨੇ ਤੁਹਾਨੂੰ ਕਰ ਦਿੱਤਾ ਕੋਲ, ਮਤਲਬ ਜਿੱਦਾਂ ਵੀ ਕੋਈ ਵੀ ਪ੍ਰੋਬਲਮ ਹੋਈ ਤੇ ਫਿਰ ਤੁਸੀਂ ਚੱਲ ਗਏ ਉੱਥੇ ਤੇ ਤੁਸੀਂ ਪੰਡਿਤ ਨੂੰ ਪੁੱਛ ਲਓ ਪੰਡਿਤ ਜੀ ਗੰਢ ਮੂਲ ਤਾਂ ਨਹੀਂ ਹੈਗਾ ਇਹਦੇ ਦਿਨ, ਉਹਨਾਂ ਨੇ ਕਹਿ ਤਾ ਹਾਂਜੀ ਹੈਗਾ, ਤੁਸੀਂ ਕੀ ਕਰਨਾ ਬਸ ਆਪਣੇ ਬੱਚੇ ਦਾ ਫੇਸ ਨਹੀਂ ਦੇਖਣਾ, ਜੇ ਫੇਸ ਦੇਖ ਲਓਗੇ ਤੇ ਫਿਰ ਤੁਹਾਨੂੰ ਕਸ਼ਟ ਆਉਣੇ ਸ਼ੁਰੂ ਹੋ ਜਾਓਗੇ, ਜੇ ਨਹੀਂ ਦੇਖੋਗੇ ਤੇ ਤੁਹਾਡੇ ਲਈ ਉਹ ਪਲੱਸ ਪੁਆਇੰਟ ਹੋ ਜਾਏਗਾ, ਬੱਚਾ ਤੁਹਾਡੇ ਲਈ ਬਹੁਤ ਕੁਛ ਲੈ ਕੇ ਆਏਗਾ, ਬਹੁਤ ਲੱਕੀ ਬੱਚਾ ਹੋਏਗਾ। ਜੋ ਪੂਜਾ ਤੋਂ ਬਾਅਦ ਇੱਕ ਵਿਧੀ ਹੁੰਦੀ ਹੈ ਜਿਹਦੇ ਵਿੱਚ ਤੇਲ ਦੇ ਵਿੱਚ ਘਿਓ ਦੇ ਵਿੱਚ ਬੱਚੇ ਨੂੰ ਦਿਖਾਇਆ ਜਾਂਦਾ, ਉਸ ਤੋਂ ਬਾਅਦ ਬੱਚਾ ਫਿਰ ਡਾਇਰੈਕਟ ਆਪਣੇ ਪੇਰੈਂਟਸ ਨੂੰ, ਆਪਣੇ ਪੇਰੈਂਟਸ ਨੂੰ ਬੱਚੇ ਨੂੰ ਦੇਖ ਸਕਦਾ, ਫਾਦਰ ਦੇਖ ਸਕਦੀ ਹੈ, ਫਾਦਰ ਓਨਲੀ, ਸਿਰਫ ਫਾਦਰ, ਤੇ ਉਹ ਜਦੋਂ ਹੋ ਜਾਂਦਾ ਤੇ ਫਿਰ ਕਾਫੀ ਜ਼ਿਆਦਾ ਕੱਲ ਬੱਚਾ ਲੱਕੀ ਹੁੰਦਾ ਤੇ ਉਹ ਪਰਿਵਾਰ ਇੰਨਾ ਕੁ ਖੁਸ਼ ਹੋ ਜਾਂਦਾ, ਇੰਨਾ ਕੁ ਚੀਜ਼ਾਂ ਉਹ ਹਾਈਪ ਹੁੰਦੀਆਂ। ਮੈਂ ਤਾਂ ਐਸੇ ਵੀ ਪਰਿਵਾਰ ਦੇਖਿਆ ਗੰਢ ਮੁੰਨ ਉਹਨਾਂ ਦਾ ਬੱਚਾ ਹੁੰਦਾ ਤੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਬੱਚਿਆਂ ਨੇ, ਪਰਿਵਾਰ ਨੇ ਬਹੁਤ ਤਰੱਕੀ ਕੀਤੀ। ਫਾਦਰ ਤੇ ਬੱਚੇ ਦਾ ਜ਼ਿਕਰ ਆਇਆ,
ਪੇਰੈਂਟਲ ਜੇ ਗੱਲ ਕਰੀਏ ਤਾਂ ਫਾਦਰ ਜ਼ਿਆਦਾ ਸਟ੍ਰਿਕਟ ਹੀ ਹੁੰਦੇ ਆ ਹਨਾ, ਤੇ ਫਾਦਰਸ ਦੇ ਨਾਲ ਚਾਹੇ ਡਾਟਰ ਫਾਦਰ ਹੈ ਚਾਹੇ ਸਨ ਫਾਦਰ ਹੈ, ਤਾਂ ਬਹੁਤ ਰੇਅਰ ਚਾਂਸਸ ਹੁੰਦੇ ਆ ਕਿ ਇਹਨਾਂ ਦੀ ਆਪਸ ਦੇ ਵਿੱਚ ਬਣਦੀ ਹੈ, ਵਿਗੜੀ ਜ਼ਿਆਦਾ ਹੁੰਦੀ ਹੈ। ਹਾਂ, ਉਹ ਇੱਕ ਗ੍ਰਹਿ ਹੁੰਦਾ। ਅੱਛਾ, ਸੂਰਯ ਤੇ ਸ਼ਨੀ ਇਹ ਗ੍ਰਹਿ ਹੁੰਦਾ ਹੈ, ਜੇ ਇਹ ਇਕੱਠੇ ਹੋਣ ਤੇ ਉਹਦੇ ਵਿੱਚ ਕਾਫੀ ਇਹਦਾ ਪਿਓ ਪੁੱਤ ਦੀ ਅਣਬਣ ਹੁੰਦੀ ਹੈ, ਆਪਸ ਦੇ ਵਿੱਚ ਅੰਡਰਸਟੈਂਡਿੰਗ ਨਹੀਂ ਹੁੰਦੀ ਤੇ ਕਾਫੀ ਚੀਜ਼ਾਂ ਖਰਾਬ ਹੁੰਦੀਆਂ ਉਹਦੇ ਵਿੱਚ ਕਾਫੀ। ਇੱਕ ਤਾਂ ਮੈਂ ਜਨਰਲ ਉਪਾਅ ਦੱਸ ਦਿੰਦਾ ਇਹਦੇ ਵਿੱਚ ਕਿ ਆਪਾਂ ਕੀ ਕਰ ਸਕਦੇ ਹਾਂ। ਇੱਕ ਤਾਂ ਤੁਸੀਂ ਗਲ 'ਚ ਸੋਨੇ ਦੀ ਚੈਨ ਪਾ ਲਓ, ਜੇ ਨਹੀਂ ਚੈਨ ਅਫੋਰਡ ਕਰ ਸਕਦੇ ਪਰਸਨ, ਤੁਸੀਂ ਪੀਲੇ ਰੰਗ ਦਾ ਧਾਗਾ ਪਾ ਲਓ। ਅੱਛਾ, ਠੀਕ ਹੈ ਜੀ, ਪੀਲੇ ਧਾਗ ਦਾ ਚਮਕੀਲਾ ਧਾਗਾ ਪਾਉਣਾ, ਤੁਸੀਂ ਧਾਗਾ ਪਾ ਲਓਗੇ ਉਹਨਾਂ ਵੀ ਕਾਫੀ ਤੁਹਾਨੂੰ ਇਫੈਕਟ ਮਿਲੇਗਾ। ਠੀਕ ਹੈ, ਜਿਹੜੇ ਚੈਨ ਅਫੋਰਡ ਨਹੀਂ ਕਰ ਸਕਦੇ ਵੈਸੇ ਤਾਂ ਚੈਨ ਪਾਓ, ਨਹੀਂ ਪਾ ਸਕਦੇ ਤਾਂ ਫਿਰ ਤੁਸੀਂ ਧਾਗਾ ਪਾ ਲਓ। ਇਹਦੇ ਨਾਲ ਫਾਦਰ ਤੇ ਬੱਚੇ ਦਾ ਰਿਲੇਸ਼ਨ ਚੰਗਾ ਹੋਣਾ ਸ਼ੁਰੂ ਹੋ ਜਾਏਗਾ। ਕਾਰਨ ਕੀ ਹੈ? ਗਲਾ ਸੂਰਯ ਪਹਿਲੇ ਘਰ ਨੂੰ ਪ੍ਰਿਡਿਕਟ ਕਰਦਾ ਤੇ ਸੂਰਯ ਜਿਹੜਾ ਹੋ ਗਈ ਚੈਨ ਹੋ ਗਈ, ਤੋ ਪਹਿਲੇ ਘਰ ਚ ਪਾ ਲਾਂਗੇ ਤਾਂ ਉੱਥੇ ਸੂਰਯ ਬਲਵਾਨ ਹੋ ਜਾਂਦਾ, ਸੂਰਜ ਵਧੀਆ ਹੋ ਜਾਂਦਾ ਤੇ ਪਿਤਾ ਨਾਲ ਬਣਨੀ ਸ਼ੁਰੂ ਹੋ ਜਾਂਦੀ। ਬੇਟਾ ਇਸ ਕੇਸ ਦੇ ਵਿੱਚ ਕੀ ਕਰੇ? ਠੀਕ ਹੈ ਜੀ, ਬੇਟਾ ਜਿਹੜਾ ਹੈਗਾ ਜਿੱਦਾਂ ਆਪਸ ਵਿੱਚ ਅਲੱਗ ਅਲੱਗ ਰਹਿੰਦੇ ਪਏ, ਜਿੱਦਾਂ ਬੱਚਾ ਬਾਹਰ ਰਹਿ ਰਿਹਾ ਇੱਥੇ ਰਹਿ ਰਹੇ, ਮੋਸਟਲੀ ਪੰਜਾਬ ਦੇ ਵਿੱਚ ਇੱਦਾਂ ਹੀ ਚੱਲ ਰਿਹਾ, ਤੇ ਉਹ ਤਾਂ ਚਲੋ ਠੀਕ ਹੈ। ਜੇ ਮਤਲਬ ਇੱਕ ਘਰ ਦੇ ਵਿੱਚ ਤੁਸੀਂ ਰਹਿ ਰਹੇ ਹੋ ਤੇ ਇੱਕ ਲੈਂਟਰ ਥੱਲੇ ਨਾ ਸੋਵੋ, ਇੱਕ ਫਸਟ ਫਲੋਰ ਤੇ ਦੂਜਾ ਗਰਾਊਂਡ ਫਲੋਰ ਤੇ ਇੱਦਾਂ ਸੋਣਾ ਸ਼ੁਰੂ ਕਰ ਦੋਗੇ ਤਾਂ ਵੀ ਆਪਸ ਦੇ ਵਿੱਚ ਕਾਫੀ ਪ੍ਰੋਬਲਮ ਸੋਲਵ ਹੋ ਜਾਣਗੀਆਂ। ਮੈਨੂੰ ਲੱਗਦਾ ਬਹੁਤ ਜਣਿਆਂ ਦੀ ਸੌਰਟ ਆਊਟ ਹੋ ਜਾਣੀ ਹੈ, ਹੋ ਜਾਣੀ 100% ਹੋ ਜਾਣੀ ਜੇ ਇਸ ਚੀਜ਼ ਨੂੰ ਫੋਲੋ ਕਰ ਲਿਆ, ਕਿਉਂਕਿ ਬਹੁਤ ਸਾਰੇ ਬੱਚੇ ਇੱਦਾਂ ਦੇ ਹੁੰਦੇ ਜਿਹਨਾਂ ਦੀ ਨਹੀਂ ਬਣਦੀ, ਨਹੀਂ ਬਣਦੀ ਬਹੁਤ ਕੀ, ਮੈਨੂੰ ਲੱਗਦਾ ਬਹੁਤ ਜ਼ਿਆਦਾ ਜਣੇ ਨੇ, ਚਾਹੇ ਉਹ ਧੀ ਪਿਓ ਕਹਿ ਲਓ ਜਾਂ ਪੁੱਤ ਪਿਓ ਕਹਿ ਲਓ, ਹਨਾ ਵੀ ਇਹਨਾਂ ਦੀ ਹੁੰਦੀ ਹੈ। ਸੋ ਬਹੁਤ ਚੰਗਾ ਉਹ ਬਾਤ ਤੁਸੀਂ ਦੱਸਤਾ, ਮੈਨੂੰ ਲੱਗਦਾ ਬਹੁਤ ਸਾਰੇ ਜੇ ਲੋਕ ਗੌਰ ਕਰਨ ਤਾਂ ਬਹੁਤ ਸਾਰੀਆਂ ਚੀਜ਼ਾਂ ਸੁਧਰ ਜਾਣਗੀਆਂ, ਕਿਉਂਕਿ ਕਨਫਲਿਕਟ ਜੇ ਫਾਦਰ ਦੇ ਨਾਲ ਹੋਵੇ ਤਾਂ ਘਰ ਦੇ ਵਿੱਚ ਵੈਸੇ ਵੀ ਨਾ ਬੱਚਾ ਜਾਣ ਬੱਚੇ ਦਾ ਜਾਣ ਦਾ ਦਿਲ ਕਰਦਾ ਤੇ ਨਾ ਪਿਓ ਦਾ ਜਾਣ ਦਾ ਦਿਲ ਕਰਦਾ। ਹੁਣ ਇੱਦਾਂ ਗ੍ਰਹਿ ਸਾਰੇ ਆਪਣੇ ਘਰ ਦੇ ਵਿੱਚ ਹੀ ਆ। ਫੋਰ ਐਗਜ਼ਾਮਪਲ ਚੰਦਰਮਾ ਆਪਣੀ ਮਦਰ ਨੂੰ ਪ੍ਰੋਡਿਕਟ ਕਰਦਾ, ਮੰਗਲ ਭਰਾ ਨੂੰ, ਜੀਜੇ ਨੂੰ, ਸਾਲੇ ਨੂੰ ਪ੍ਰੋਡਿਕਟ ਕਰਦਾ। ਅੱਛਾ, ਬੁੱਧ ਗ੍ਰਹਿ ਆਪਣੀ ਭੈਣ ਨੂੰ, ਆਪਣੀ ਮਾਸੀ ਨੂੰ, ਭੂਆ ਨੂੰ ਪ੍ਰੋਡਿਕਟ ਕਰਦਾ। ਇੱਦਾਂ ਹੀ ਸਾਰੇ ਗ੍ਰਹਿ ਨੇ। ਜੇ ਕਿਸੇ ਵੀ ਗ੍ਰਹਿ ਕੋਈ ਖਰਾਬ ਹੈ ਤੇ ਆਪਾਂ ਉਸ ਚੀਜ਼ ਦਾ ਸੁਧਾਰ ਕਰਨਾ ਤਾਂ ਉਹਦੇ ਘਰ ਦੇ ਵਿੱਚ ਵੀ ਹੋ ਸਕਦਾ, ਅੰਤਿਮ ਲੋਕ ਗ੍ਰਹਿ ਜ਼ਿਆਦਾ ਖਰਾਬ ਨਾ ਹੋਇਆ ਹੋਵੇ ਤਾਂ। ਬਿਲਕੁਲ, ਮੋਸਟਲੀ ਲੋਕੀ ਉਦੋਂ ਹੀ ਆਉਂਦੇ ਆ, ਮਤਲਬ ਕਹਿੰਦੇ ਜਦੋਂ ਆਪਾਂ ਡਾਕਟਰ ਕੋਲ ਉਦੋਂ ਹੀ ਜਾਣਾ ਜਦੋਂ ਸਿਹਤ ਜ਼ਿਆਦਾ ਖਰਾਬ ਹੋ ਜਾਂਦੀ ਹੈ। ਪਰ ਮੈਨੂੰ ਲੱਗਦਾ ਵੀ ਉਦੋਂ ਪੰਡਿਤ ਜੀ ਤੋਂ ਵੀ ਉਦੋਂ ਜਾਂਦੇ ਨੇ ਜਦੋਂ ਮਾਹੌਲ ਤੇ ਕੰਮ ਜ਼ਿਆਦਾ ਖਰਾਬ ਹੋ ਜਾਂਦਾ। ਸੋ ਫਿਰ ਸਮਾਂ ਲੱਗਦਾ, ਸਮਾਂ ਲੱਗਦਾ ਤੇ ਓਨਾ ਹੀ ਕਰੋ, ਜਿਹੜੀ ਚੀਜ਼ ਆਪਾਂ ਐਮਰਜੈਂਸੀ ਚ ਕਰਾਂਗੇ ਓਨਾ ਹੀ ਉਹ ਚੀਜ਼ਾਂ ਦਾ ਕੋਸਟ ਵੀ ਵੱਧ ਜਾਂਦੀ ਹੈ, ਸਮਾਂ ਵੀ ਜ਼ਿਆਦਾ ਲੱਗਦਾ ਹੈ ਤੇ ਉਸ ਚੀਜ਼ ਦਾ ਕਈ ਵਾਰੀ ਰਿਜ਼ਲਟ ਵੀ ਬਹੁਤ ਘੱਟ ਆਉਂਦਾ। ਜੇ ਤੁਸੀਂ ਟਾਈਮ ਸਿਰ ਚੀਜ਼ਾਂ ਕਰਾ ਰਹੇ ਹੋ, 101% ਤੁਹਾਨੂੰ ਮੈਂ ਰਿਜ਼ਲਟ ਦੇ ਸਕਦਾ। ਅੱਛਾ, 99 ਨਹੀਂ 100% ਰਿਜ਼ਲਟ ਮਿਲ ਸਕਦਾ ਉਸ ਚੀਜ਼ ਦਾ, ਕਿਉਂ? ਟਾਈਮ ਸਿਰ ਜੇ ਤੁਸੀਂ ਆਓਗੇ। ਤੇ ਇਹ ਪਤਾ ਕਿੱਦਾਂ ਲੱਗੇ ਗ੍ਰਹਿ? ਇਹ ਜਦ ਮੈਂ ਕਹੋ ਰੈਗੂਲਰ ਚੈੱਕ ਕਰਾਓ, ਬੱਚਿਆਂ ਦੇ ਟੈਸਟ ਕਰਾਉਂਦੇ ਰਹੀਏ, ਸਭ ਕੁਝ ਕਰਾਉਂਦੇ ਰਹੀਏ ਤੇ ਕੋਈ ਪ੍ਰੋਬਲਮ ਆਏਗੀ ਨਹੀਂ। ਏਦਾਂ ਹੀ ਸੇਮ ਹੈ, ਇਹੀ ਚੀਜ਼ ਹੈ। ਬਿਲਕੁਲ, ਇੱਕ ਵਿਗਿਆਨ ਹੈ, ਅੰਧ ਵਿਸ਼ਵਾਸ ਨਹੀਂ ਹੈ। ਮੈਂ ਬਾਰ ਬਾਰ ਇਹ ਚੀਜ਼ ਕਹਿੰਦਾ ਕਿ ਇਹ ਇੱਕ ਵਿਗਿਆਨ ਹੈ, ਜਿੰਨੀ ਤੁਸੀਂ ਇਹਦੀ ਹੈਲਪ ਲੈ ਸਕਦੇ ਹੋ ਤੁਹਾਡੇ ਲਈ ਬੈਨੀਫੀਸ਼ੀਅਲ ਹੈ। ਔਰ ਐਸਟ੍ਰੋਲੋਜੀ ਨੂੰ ਵੈਸੇ ਵੀ ਸਾਇੰਸ ਦੇ ਨਾਲ ਜੋੜ ਕੇ ਬਹੁਤ ਚੀਜ਼ਾਂ ਸਾਹਮਣੇ ਆਈਆਂ ਨੇ। ਸਾਇੰਸ ਦੇਖੋ, ਮੈਂ ਇੱਥੇ ਕੀ ਕਹਾਂ, ਸਾਇੰਸ ਨੂੰ ਚੀਜ਼ਾਂ ਅੱਜ ਪਤਾ ਲੱਗੀਆਂ ਜੋ ਜੋਤਿਸ਼ ਨੇ ਕਿੰਨੇ ਸਾਲ ਪਹਿਲਾਂ ਕੱਢ ਦਿੱਤੀਆਂ ਸੀਗੀਆਂ। ਸਾਇੰਸ ਅੱਜ ਜਾਣਾ ਸ਼ੁਰੂ ਹੋਇਆ ਸੋਲਰ ਸਿਸਟਮ ਤੇ। ਹਾਂਜੀ, ਜਿਹੜੇ ਸੋਲਰ ਸਿਸਟਮ ਦੇ ਗ੍ਰਹਿ ਨੇ ਕਿੰਨੇ ਸਾਲ ਪਹਿਲਾਂ ਜੋਤਿਸ਼ ਨੇ ਦੱਸਦੇ ਸੀਗੇ ਕਿੰਨੇ ਗ੍ਰਹਿ ਨੇ। ਹੁਣ ਮੰਨ ਲਓ ਚੰਦਰਮਾ ਚ ਗਏ ਆ, ਚੰਦਰਮਾ ਦਾ ਰੰਗ ਉਸ ਅੱਜ ਪਤਾ ਲੱਗਾ ਸਾਇੰਸ ਨੂੰ ਉੱਥੇ ਵਾਈਟ ਹੈ। ਜੋਤਿਸ਼ ਨੇ ਕਿੰਨੇ ਸਾਲ ਪਹਿਲਾਂ ਚੰਦਰਮਾ ਦੇ ਵਾਈਟ ਰੰਗ ਨਾ ਉਪਾ ਕਰਾਉਣੇ ਸ਼ੁਰੂ ਕਰਾ ਦਿੱਤੇ ਸੀਗੇ।
ਮੰਗਲ ਲਾਲ ਹੈ, ਹੁਣ ਕਹਿੰਦਾ ਮੰਗਲਵਾਰ ਨੂੰ ਲਾਲ ਚੀਜ਼ਾਂ, ਹਾਂਜੀ ਮੰਗਲ ਗ੍ਰਹਿ ਲਾਲ ਹੈ ਇਸ ਲਈ ਲਾਲ ਚੀਜ਼ ਨੂੰ ਪ੍ਰਿਡਿਕਟ ਕਰਦਾ। ਹੁਣ ਏਦਾਂ ਹੀ ਬ੍ਰਹਿਸਪਤੀ ਗ੍ਰਹਿ ਹੈ, ਹੁਣ ਮੰਨ ਲਓ ਇਨ ਕੇਸ ਇਨ ਫਿਊਚਰ ਸਾਇੰਸ ਆਪਣੀ ਆਪਣੇ ਬੁੱਧ ਉੱਤੇ ਜਾਂਦੀ ਹੈ, ਗੁਰੂ ਗ੍ਰਹਿ ਤੇ ਜਾਂਦੀ ਹੈ, ਬ੍ਰਹਿਸਪਤੀ ਗ੍ਰਹਿ ਤੇ ਜਾਂਦੀ ਹੈ, ਹਾਂਜੀ ਉਹਨਾਂ ਨੂੰ ਡੈਫੀਨੇਟਲੀ ਪੀਲਾ ਦੇਖੂਗਾ ਉੱਥੇ। ਇਹ ਕਲਰਸ ਦਾ ਜ਼ਿਕਰ ਹੋਇਆ ਤੇ ਹੈ ਚੀਜ਼ਾਂ ਜਿੱਦਾਂ ਹੁਣ ਡੇ ਵਾਈਜ਼ ਵੀ ਆਪਾਂ ਕਹਿੰਦੇ ਹਾਂ ਕਿ ਆਪਾਂ ਬਹੁਤ ਸਾਰੇ ਦੇਖੇ ਹੋਣੇ, ਜਿਵੇਂ ਤੁਸੀਂ ਰਾਸ਼ੀ ਦੇ ਵਿੱਚ ਵੀ ਕਹਿ ਰਹੇ ਸੀ ਅਸੀਂ ਦੇਖਦੇ ਹਾਂ ਮੰਡੇ ਟਿਊਜ਼ਡੇ ਵੈਨਸਡੇ ਦਾ ਵੀ ਕਲਰ ਪ੍ਰੈਡਿਕਟ ਕਰ ਲੈਂਦੇ ਨੇ, ਲੱਕੀ ਹੁੰਦੇ ਨੇ, ਇਹ ਚੀਜ਼ਾਂ ਹੈ, ਇਹ ਚੀਜ਼ਾਂ ਪੋਸੀਬਲ ਹੈ। ਹੁਣ ਜਿੱਦਾਂ ਕਈਆਂ ਦਾ ਰਾਹੂ ਖਰਾਬ ਹੁੰਦਾ, ਸ਼ਨੀ ਖਰਾਬ ਹੁੰਦਾ, ਉਹਨਾਂ ਨੂੰ ਬਲੈਕ ਵਾਲੀ ਅਸੀਂ ਅਵੋਇਡ ਕਰਵਾ ਦਿੰਦੇ ਹਾਂ ਕਿ ਨਾ ਪਾਓ ਫੋਰ ਅ ਟਾਈਮ ਪੀਰੀਅਡ, ਫੋਰ ਅ ਟਾਈਮ ਪੀਰੀਅਡ। ਜਿੱਦਾਂ ਕਾਫੀ ਚੀਜ਼ਾਂ ਹੁੰਦੀਆਂ ਕਈਆਂ ਦੀ, ਮੈਂ ਤਾਂ ਅਲਕੋਹਲ ਵੀ ਛੁਡਾ ਦਿੰਦਾ। ਅੱਛਾ, ਕਿਉਂਕਿ ਅਲਕੋਹਲ ਤੁਸੀਂ ਦੇਖਿਆ ਹੋਊਗਾ ਮੋਸਟਲੀ ਆਪਣਾ ਜਿਹੜਾ ਦਿਨ ਵੇਲੇ ਵਿਆਹਾਂ ਦੇ ਵਿੱਚ ਲੜਾਈ ਝਗੜਾ ਹੁੰਦਾ, ਦਿਨ ਵੇਲੇ ਪਾਰਟੀਆਂ ਹੁੰਦੀਆਂ ਉਹਨਾਂ ਲੜਾਈ ਝਗੜਾ ਹੁੰਦਾ, ਹਾਂਜੀ ਉਹਦਾ ਕਾਰਨ ਕੀ ਹੈ? ਦਿਨ ਵੇਲੇ ਸ਼ਰਾਬ ਦਾ ਸੇਵਨ ਕਰਨਾ। ਸ਼ਰਾਬ ਕੀ ਹੈ? ਸ਼ਨੀ। ਦਿਨ ਕੀ ਹੈ? ਸੂਰਯ। ਆਪਸ 'ਚ ਦੋਨਾਂ ਦਾ ਕੋਂਬੀਨੇਸ਼ਨ ਹੀ ਨਹੀਂ ਹੈ। ਤੁਸੀਂ ਦਿਨ ਵੇਲੇ ਸ਼ਰਾਬ ਪੀਓਗੇ ਤਾਂ ਕਿੱਥੇ ਨਾ ਕਿੱਥੇ ਲੜਾਈ ਝਗੜਾ ਹੋਣਾ ਹੀ ਹੋਣਾ। ਸ਼ਨੀ ਅੱਠਵੇਂ ਘਰ ਦੇ ਵਿੱਚ ਬੈਠਾ ਕਈਆਂ ਦਾ, ਹਨਾ ਉਹ ਆਪਣੀ ਪਾਰਟੀ ਫੰਕਸ਼ਨ ਕਰਦੇ ਆ, ਠੀਕ ਹੈ ਜੀ, ਉਹਨਾਂ ਦੀ ਪਾਰਟੀ ਫੰਕਸ਼ਨ ਬਿਨਾਂ ਲੜਾਈ ਤੋਂ ਹੋ ਹੀ ਨਹੀਂ ਸਕਦੀ। ਹੁਣ ਇੱਕ ਬੱਚਾ ਹੈ, ਉਹਦਾ ਸ਼ਨੀ ਅੱਠਵੇਂ ਘਰ ਦੇ ਵਿੱਚ ਬੈਠਾ, ਠੀਕ ਹੈ ਜੀ, ਉਹ ਆਪਣੇ ਬਰਥਡੇ ਪਾਰਟੀ ਮਨਾ ਰਿਹਾ, ਬਰਥਡੇ ਪਾਰਟੀ ਇੰਜੋਏ ਕਰ ਰਿਹਾ, ਕਿੱਥੇ ਨਾ ਕਿੱਥੇ ਲੜਾਈ ਝਗੜਾ ਹੋਣਾ ਹੀ ਹੋਣਾ, ਕੋਈ ਨਾ ਕੋਈ ਨਾਰਾਜ਼ ਮੂੰਹ ਬਣਾ ਕੇ ਬੈਠਾ ਹੀ ਹੋਊਗਾ। ਸੋ ਇਹ ਸਾਰੇ ਗ੍ਰਹਿ ਨੇ, ਗ੍ਰਹਿ ਨੇ। ਅੱਛਾ, ਉਹ ਕਲਰਸ ਦਾ ਵੀ ਮੈਂ ਪੁੱਛ ਰਹੀ ਸੀ, ਜਿੱਦਾਂ ਤੁਸੀਂ ਕਿਹਾ ਕਿ ਜਿਹਨਾਂ ਦਾ ਸ਼ਨੀ ਸਟਰੋਂਗ ਹੈ ਖਰਾਬ ਹੋਵੇ ਉਹਨਾਂ ਨੂੰ, ਮਤਲਬ ਰਾਹੂ ਤੇ ਸ਼ਨੀ ਖਰਾਬ ਹੋਣ, ਹਾਂ ਖਰਾਬ ਹੋਏ ਤਾਂ ਬਲੈਕ ਬਲੂ ਕੱਪੜੇ ਨਹੀਂ ਪਾਣੇ ਚਾਹੀਦੇ, ਇਨਰ ਵੇਅਰ। ਨੀਚੇ ਆਪਾਂ ਵਾਈਟ ਕਲਰ ਦੀ ਕੋਈ ਵੀ ਚੀਜ਼ ਪਾ ਕੇ ਉੱਪਰ ਪਾ ਸਕਦੇ ਹਾਂ ਆਪਾਂ, ਅੱਛਾ, ਕਿਉਂਕਿ ਸਕਿਨ ਬੋਡੀ ਨਾਲ ਟੱਚ ਹੀ ਨਹੀਂ ਹੋਣਾ। ਠੀਕ ਹੈ, ਸੋ ਇਹ ਕਲਰਸ ਵੀ ਤੁਹਾਡੀ ਲਾਈਫ ਤੇ ਬਹੁਤ ਅਸਰ ਕਰਦੇ ਆ। ਸੋ ਡੇ ਵਾਈਜ਼, ਡੇ ਵਾਈਜ਼ ਬਹੁਤ ਇਫੈਕਟ ਕਰਦੇ ਆ, ਜਿਵੇਂ ਮੰਡੇ ਕਿਹੜਾ ਜ਼ਿਆਦਾ ਕਲਰ ਪਾਉਣਾ ਚਾਹੀਦਾ ਹੈ, ਟਿਊਜ਼ਡੇ ਜੀ। ਇਹ ਹੁਣ ਦੇਖੋ ਮੰਡੇ ਲੋਕਾਂ ਨੂੰ ਇੱਕ ਤੁਹਾਨੂੰ ਮੈਂ ਗੱਲ ਤੇ ਮੈਨੂੰ ਗੱਲ ਯਾਦ ਆ ਗਈ, ਕਈ ਲੋਕਾਂ ਨੂੰ ਲੱਗਦਾ ਕਿ ਮੰਗਲਵਾਰ ਨੂੰ ਜੇ ਉਹਨਾਂ ਦਾ ਬੋਨ ਹੋਇਆ ਤਾਂ ਮੰਗਲੀਕ ਨੇ, ਹਾਂਜੀ ਇਹ ਚੀਜ਼ ਪੋਸੀਬਲ ਨਹੀਂ ਹੁੰਦੀ। ਉਹ ਮੰਗਲ ਜਿਹੜਾ ਹੁੰਦਾ ਉਹ ਗ੍ਰਹਿਆਂ ਨਾਲ ਦੇਖਿਆ ਜਾਂਦਾ ਕਿ ਮੰਗਲੀਕ ਹੈ ਕਿ ਨਹੀਂ ਹੈ, ਇਹ ਦਿਨ ਨਾਲ ਡਿਸਾਈਡ ਨਹੀਂ ਹੁੰਦਾ ਕਿ ਮੰਗਲਵਾਰ ਨੂੰ ਹੋਇਆ ਤੇ ਉਹ ਮੰਗਲੀਕ ਹੈ, ਇੱਦਾਂ ਨਹੀਂ ਹੁੰਦਾ। ਤੇ ਇਸ ਚੀਜ਼ ਨੂੰ ਆਪਾਂ ਅਵੋਇਡ ਕਰਾਂਗੇ ਤੇ ਅੰਦਰ ਚੈੱਕ ਕਰਾਂਗੇ ਉਹ ਮੰਗਲੀਕ ਹੈ ਕਿ ਨਹੀਂ ਹੈ। ਜੇ ਆਪਾਂ ਕਲਰ ਦੀ ਗੱਲ ਕਰੀਏ, ਜਿੱਦਾਂ ਚੰਦਰਮਾ ਲੋਕੀ ਵਾਈਟ ਕਲਰ ਬਹੁਤ ਜ਼ਿਆਦਾ ਪਾਉਂਦੇ ਆ, ਹਾਂਜੀ ਸੋਮਵਾਰ ਨੂੰ, ਹਾਂਜੀ ਸੋਮਵਾਰ ਨੂੰ ਲੋਕੀ ਵਾਈਟ ਕਲਰ ਬਹੁਤ ਪਾਉਂਦੇ ਆ, ਮੰਗਲਵਾਰ ਨੂੰ ਜਿਹੜਾ ਰੈੱਡ ਕਲਰ ਬਹੁਤ ਪਾਉਂਦੇ ਆ, ਬੁੱਧਵਾਰ ਨੂੰ ਜਿਹੜਾ ਹੈਗਾ ਗ੍ਰੀਨ ਤੇ ਵਾਈਟ ਦੋਨੋਂ ਚੱਲ ਜਾਂਦੇ ਆ, ਵੀਰਵਾਰ ਨੂੰ ਯੈਲੋ ਚੱਲ ਜਾਂਦਾ, ਸ਼ੁੱਕਰਵਾਰ ਨੂੰ ਵਾਈਟ ਚੱਲ ਜਾਂਦਾ, ਸ਼ਨੀਵਾਰ ਨੂੰ ਜਿਹੜਾ ਹੈਗਾ ਬਲੈਕ ਕਲਰ ਪਾਉਂਦੇ ਆ। ਸੋ ਇਹ ਵੇਅਰ ਕਰਨੇ ਜ਼ਰੂਰੀ ਨੇ? ਜ਼ਰੂਰੀ ਨਹੀਂ ਹੈ, ਜੇ ਅਸੀਂ ਚਾਹੁੰਦੇ ਕਿ ਸਾਡਾ ਕਰੀਅਰ ਅੱਗੇ ਤੱਕ ਫੋਕਸ ਰਹੇ, ਗੁੱਡ ਵਾਈਬਸ ਹੀ ਆਉਣ, ਪੋਜ਼ਿਟਿਵ ਐਨਰਜੀਜ਼ ਆਉਣ, ਤੇ ਉਹਦੇ ਲਈ ਤੁਹਾਨੂੰ ਦੇਖਣਾ ਪੈਂਦਾ। ਜਿੱਦਾਂ ਮੰਨ ਲਓ ਇੱਕ ਕਾਫੀ ਮਤਲਬ ਵੱਡੀ ਇੰਡਸਟਰੀ, ਮੰਨ ਲਓ ਕੋਈ ਵੀ ਸਟਾਫ ਰੱਖਿਆ ਹੋਇਆ, ਇਮੀਗ੍ਰੇਸ਼ਨ ਮੰਨ ਲਓ ਉਹਦਾ ਕਾਫੀ ਵੱਡਾ ਕੰਮ ਹੈ, ਸਾਰਾ ਸਟਾਫ ਰੱਖਿਆ ਹੋਇਆ, ਹੁਣ ਉਹਦਾ ਡਰੈਸ ਕੋਡ ਕੀ ਰੱਖਣਾ ਚਾਹੀਦਾ? ਹਾਂਜੀ ਉਹ ਵੀ ਇਫੈਕਟ ਕਰਦਾ, ਉਹ ਵੀ ਬਿਜ਼ਨਸ ਤੇ, ਬਿਜ਼ਨਸ ਦੇ ਉੱਤੇ ਇਫੈਕਟ ਕਰਦਾ। ਆਪਣੇ ਸਟਾਫ ਦਾ ਡਰੈਸ ਕੋਡ ਕੀ ਹੋਣਾ ਚਾਹੀਦਾ, ਤੇ ਆਪਾਂ ਕਿਸੇ ਮੀਟਿੰਗ 'ਚ ਜਾ ਰਹੇ ਹਾਂ ਤੇ ਕਿਹੜਾ ਕੱਪੜਾ ਵੇਅਰ ਕਰਕੇ ਜਾਈਏ, ਜਿਹੜਾ ਸਾਹਮਣੇ ਵਾਲਾ ਪਰਸਨ ਸਾਡੇ ਲਈ ਅਟਰੈਕਟ ਹੋਵੇ, ਸਾਡੀ ਗੱਲ ਸੁਣੇ। ਹਾਂ ਇਹ ਵੀ ਮੈਂ ਦੇਖੀ ਸੀ ਸੋਸ਼ਲ ਮੀਡੀਆ ਤੇ, ਜੇ ਕਿਸੇ ਨੇ ਜੋਬ ਲੈਣੀ ਹੈ, ਇੰਟਰਵਿਊ ਦੇ ਲਈ ਜਾਣਾ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਕਈ ਵਾਰੀ ਏਦਾਂ ਵੀ ਹੁੰਦਾ ਕਿ ਲੈਫਟ ਪੈਰ ਨਹੀਂ ਰੱਖਣਾ ਤੇ ਰਾਈਟ ਪੈਰ ਰੱਖਣਾ, ਜੀ ਇਹ ਚੀਜ਼ ਬਹੁਤ ਇਫੈਕਟ ਕਰਦੀ ਹੈ ਕਈਆਂ ਦੇ। ਹੁਣ ਜਿੱਦਾਂ ਕਹਿ ਲਓ ਕਿ ਬਾਹਰ ਜਾਂਦੇ ਇੰਟਰਵਿਊ ਹੁੰਦੇ ਕਈ ਕੰਟਰੀ ਦਾ, ਅਮਰੀਕਾ ਦਾ ਫੋਰ ਐਗਜ਼ਾਮਪਲ ਲਾ ਲਈਏ, ਉਹਦਾ ਇੰਟਰਵਿਊ ਦੇਣ ਜਾਣੇ ਹੁੰਦੇ, ਉਹਨਾਂ ਨੂੰ ਮੈਂ ਕਾਫੀ ਚੀਜ਼ਾਂ ਕਹਿੰਦਾ ਕਿ ਅਸੀਂ ਇਹ ਕਲਰ ਦੇ ਕੱਪੜੇ ਪਾ ਕੇ ਜਾਓ, ਇਹ ਚੀਜ਼ ਕਰਕੇ ਜਾਓ, ਇਹ ਚੀਜ਼ਾਂ ਹੋਣਗੀਆਂ ਤੇ ਕਰੋਗੇ, ਇੰਨੇ ਵਜੇ ਤੁਸੀਂ ਮਤਲਬ ਟਾਈਮਿੰਗ ਉਹਨੂੰ ਦਿੱਤੀ ਹੁੰਦੀ, ਉਸ ਟਾਈਮ ਦਾ ਕਈ ਵਾਰੀ ਹੁੰਦਾ ਕਈ ਪਰਸਨ ਨਾਲ ਮੈਚ ਨਹੀਂ ਕਰਦੀ,
ਉਸ ਟਾਈਮ ਰਾਹੂ ਕਾਲ ਹੁੰਦਾ ਜਾਂ ਉਹਦਾ ਕੋਈ ਨਾ ਕੋਈ ਪੰਗਾ ਹੁੰਦਾ ਤੇ ਉਹ ਪਰਸਨ ਦਾ ਵੀਜ਼ਾ ਜਿਹੜਾ ਹੁਣ ਦਾ ਸਭ ਕੁਛ ਓਕੇ ਹੈ, ਡਾਕੂਮੈਂਟੇਸ਼ਨ ਪੂਰੀ ਵਧੀਆ, ਸਭ ਕੁਛ ਠੀਕ ਹੈ, ਲੇਕਿਨ ਤਾਂ ਵੀ ਉਹਦਾ ਵੀਜ਼ਾ ਨਹੀਂ ਲੱਗਦਾ, ਉਹਦਾ ਕਾਰਨ ਇਹੀ ਹੈ ਠੀਕ ਹੈ ਕਿ ਉਹ ਮੈਚ ਨਹੀਂ ਕਰ ਪਾਉਂਦੇ ਚੀਜ਼ਾਂ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਾਂ ਦਿੱਤਾ ਔਰ ਬਹੁਤ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਤੇ ਮੈਨੂੰ ਲੱਗਦਾ ਕਿ ਅੱਜ ਦਾ ਇਹ ਪੋਡਕਾਸਟ ਵਾਕਈ ਬਹੁਤ ਹੈਲਪਫੁਲ ਹੋਏਗਾ ਮੇਰੇ ਲਈ ਵੀ, ਖੁਦ ਲਈ ਵੀ, ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸੀ ਜੋ ਮੈਂ ਜਾਣੀ ਹਾਂ ਔਰ ਮੈਨੂੰ ਲੱਗਦਾ ਮੇਰੇ ਲਈ, ਮੇਰੇ ਲਈ ਤਾਂ ਮੈਂ ਤਾਂ ਡਾਇਰੈਕਟ ਬੈਠੀ ਹਾਂ ਤਾਂ ਮੇਰੇ ਲਈ ਤਾਂ ਹੈਲਪਫੁਲ ਸੀਗਾ ਔਰ ਜਿੰਨੇ ਵੀ ਦੇਖ ਰਹੇ ਹੋਣਗੇ ਦਰਸ਼ਕ ਉਹਨਾਂ ਦੇ ਲਈ ਵੀ ਹੈਲਪਫੁਲ ਰਹੇਗਾ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ। ਥੈਂਕ ਯੂ ਮੈਮ।